ਅਸੀਂ ਇੱਕ ਥਾਂ ਕੰਮ ਕਰਦੇ ਹਾਂ ਅਤੇ ਬਹੁਤ ਸਾਰੇ ਤੁਹਾਡੇ ਸਰੋਤੇ ਜਿਹੜੇ ਹੁੰਦੇ ਆ ਉਹ ਇਸ ਤਰ੍ਹਾਂ ਹੀ ਲੱਗਦਾ ਵੀ ਉਹ ਕਰਦੇ ਹੁੰਦੇ ਆ। ਅਤੇ ਤੁਸੀਂ ਅੱਜ ਗੱਲ ਕਰ ਸਕੋਗੇ, ਤੁਸੀਂ ਕਾਲ ਕਰਕੇ ਮਸੂਦ ਹੋਰਾਂ ਨੂੰ ਵਧਾਈਆਂ ਵੀ ਦੇ ਸਕਦੇ ਆ, ਤੁਸੀਂ ਉਹਨਾਂ ਦੇ ਨਾਲ ਗੱਲ ਵੀ ਕਰ ਸਕਦੇ ਆ। ਅਤੇ ਆਪਣੇ ਵਿੱਚ ਮਧਾਣੀ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਬੁਝਾਰਤਾਂ ਤਾਂ ਨਹੀਂ ਹੋਣਗੀਆਂ, ਪਰ ਮਸੂਦ ਮੱਲੀ ਹੋਣਾਂ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੁਸੀਂ ਕਾਲ ਕਰ ਸਕਦੇ ਹੋ 408-272-5200 ਅਤੇ ਆਪਾਂ ਹੁਣ ਸਿੱਧੇ ਚੱਲਦੇ ਹਾਂ ਲਾਹੌਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਕਬਲ ਹਮ ਸਨਾ ਇਲਾਹੀ ਜੋ ਮਾਲਿਕ ਹਰ ਹਰਦਾ ਤੇ ਉਸ ਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨਾ ਹਰਦਾ। ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ, ਇੰਟਰਨੈਸ਼ਨਲ ਨੈਟਵਰਕ, ਸਾਡੀ ਵੈਬਸਾਈਟ, ਸਾਡੀ ਐਂਡਰਾਇਡ ਸਰਵਿਸ, ਸਾਡੀ ਟੈਲੀਫੋਨਿਕ ਸਰਵਿਸ, ਰੇਡੀਓ ਸੈਟ ਰਾਹੀਂ ਔਰ ਜਿੱਥੇ ਜਿੱਥੇ ਵੀ ਇਹ ਆਵਾਜ਼ ਆ ਰਹੀ ਹੈ ਪ੍ਰੋਗਰਾਮ ਲੈਂਦੇ ਪੰਜਾਬ ਦੀਆਂ ਬਾਤਾਂ ਚੋਂ। ਮੈਂ ਤੁਹਾਡਾ ਪ੍ਰੈਜੈਂਟਰ, ਤੁਹਾਡਾ ਮੇਜ਼ਬਾਨ ਮਸੂਦ ਮੱਲੀ ਤੇ ਸਾਡੇ ਨਾਲ ਨੇ ਮੌਜੂਦ ਪਰਵੀਨ ਮਸੂਦ। ਉੱਚੇ ਚੀਆਂ ਉਮੀਦਾਂ ਤੇ ਡੂੰਘੀਆਂ ਆਸਾਂ, ਸਾਡੇ ਸਭ ਸੁਣਨ ਵਾਲੇ ਬਿਲਕੁਲ ਠੀਕ ਠਾਕ, ਹਸ਼ਾਸ਼ ਬਸ਼ਾ ਅਸ਼ਾਸੇ ਵਾਸਤੇ ਤੇ ਜਿੱਥੇ ਜਿੱਥੇ ਹੋਣਗੇ ਰਾਜ਼ੀ ਬਾਜ਼ੀ ਹੋਣਗੇ। ਅਸੀਂ ਹਾਂ ਜੀ ਤੁਹਾਡੇ ਨਾਲ ਲੈਂਦੇ ਪੰਜਾਬ ਲਾਹੌਰ ਸ਼ਹਿਰ ਤੋਂ, ਦਾਤਾ ਦੀ ਨਗਰੀ ਤੋਂ, ਪਾਕਿਸਤਾਨ ਤੋਂ, ਟੋਟਲੀ ਲਾਈਵ। ਜੀ ਚਾਚੀਆਂ ਉਮੀਦਾਂ ਤੇ ਡੂੰਘੀਆਂ ਆਸਾਂ ਕਿ ਸਾਡੇ ਸਭ ਸੁਣਨ ਵਾਲੇ ਬਿਲਕੁਲ ਠੀਕ ਠਾਕ, ਹਸ਼ਾਸ਼ ਬਸ਼ਾਸ ਕਿਸਤੇ ਵਾਸਤੇ ਤੇ ਜਿੱਥੇ ਜਿੱਥੇ ਹੋਣਗੇ ਰਾਜ਼ੀ ਬਾਜ਼ੀ ਹੋਣਗੇ। ਜਿੱਥੇ ਤੱਕ ਮੇਰੀ ਗੱਲ ਹੈ ਜੀ, ਰੱਬ ਸੋਹਣੇ ਦੇ ਫਜ਼ਲ, ਉਹਦੇ ਕਰਮ ਤੇ ਉਹਦੇ ਰਹਿਮ ਦੇ ਨਾਲ ਪ੍ਰੋਗਰਾਮ ਸ਼ੁਰੂ ਹੋਣ ਤੱਕ ਤਾਂ ਮੈਂ ਬਿਲਕੁਲ ਠੀਕ ਠਾਕ ਹਾਂ, ਔਰ ਉਮੀਦ ਕਰਨਾ ਆ ਕਿ ਅੱਜ ਖੈਰ ਮਿਲ ਰਹੇਗੀ, ਕਿਉਂਕਿ ਪਹਿਲਾਂ ਸਾਡੇ ਸੁਣਨ ਵਾਲੇ ਨੇ ਜਿਹੜੇ ਉਹ ਸਿਰਫ ਸਾਡੀ ਆਵਾਜ਼ ਸੁਣਦੇ ਸੀਗੇ, ਸੋ ਭੇਤ ਨੇ ਜਿਹੜੇ ਉਹ ਉਹਨਾਂ ਨੂੰ ਨਹੀਂ ਸੀਗੇ ਪਤਾ। ਅੱਜ ਮੈਂ ਉਮੀਦ ਕਰਨਾ ਕਿ ਪ੍ਰਵੀਨ ਥੋੜ੍ਹੀ ਜਿਹੀ ਮੇਰੇ ਨਾਲ ਜ਼ਰਾ ਰਿਆਇਤ ਕਰੇਗੀ। ਕਹਿੰਦੇ ਨਾ ਕਿ ਉਹ ਜਦੋਂ ਮਾਮਲੇ ਜ਼ਰਾ ਪਤਾ ਹੋਵੇ ਕਿ ਇੱਥੇ ਖਿਲਾਰ ਖਿਲਰ ਜਾਣਾ ਤੇ ਉੱਥੇ ਬੰਦੇ ਨੂੰ ਜ਼ਰਾ ਮੱਠਿਆਂ ਪੈ ਜਾਣਾ ਚਾਹੀਦੇ, ਵੇਲੇ ਦੀ ਨਜ਼ਾਕਤ ਨੂੰ ਵੇਖਦੇ ਹੋਏ ਅੱਜ ਮੈਂ ਮੱਠਿਆਂ ਪੈ ਗਿਆ। ਜੀ ਪ੍ਰਵੀਨ ਜੀ, ਕੀ ਹਾਲ ਚਾਲ? ਵੇਖੋ ਮੇਰੀ ਗੱਲ ਸੁਣੋ, ਆਮ ਦਿਨਾਂ 'ਚ ਅਸੀਂ ਰਿਆਇਤ ਕਰ ਲਈ ਦੀ, ਜਦੋਂ ਅਸੀਂ ਜਾਈਦਾ ਨਾ ਪੇਕੇ ਤੇ ਫਿਰ ਕੋਈ ਰਿਆਇਤ ਸ਼ਾਇਦ, ਮਤਲਬ ਕਿ ਅੱਜ ਜੀ ਭੂਤਰੇ ਹੋਣ ਤੋਂ ਕੋਈ ਡਰ। ਸੋ ਅਸੀਂ ਉਮੀਦ ਕਰਨੇ ਆ ਕਿ ਤੁਸੀਂ ਸਾਰੇ ਵੀ ਸਾਡਾ ਬੜਾ ਭਰਵਾਂ ਸਾਥ ਦਿਓਗੇ, ਅੱਜ ਗੱਲਬਾਤ ਵੀ ਹੋਏਗੀ, ਗੱਪਸ਼ਪ ਵੀ ਹੋਏਗੀ, ਵਿਚਾਰ ਵਟਾਂਦਰਾ ਵੀ ਹੋਏਗਾ, ਅੱਜ ਲਾਈਵ ਕਾਲਾਂ ਵੀ ਹੋਣਗੀਆਂ, ਅੱਜ ਕੋਈ ਥੋੜ੍ਹਾ ਜਿਹਾ ਅਸੀਂ ਯਾਦ ਕਰਾਂਗੇ ਉਸ ਵਕਤ ਨੂੰ ਜਦੋਂ 15 ਅਕਤੂਬਰ ਦਾ ਦਿਨ ਸੀਗਾ, ਸਾਲ 2010 ਸੀਗਾ, ਔਰ ਬੜਾ ਵਕਤ ਪਿਆ ਸੀਗਾ। ਸੱਚੀ ਗੱਲ ਇਹ ਹੈ ਕਿ ਅੱਜ ਵੀ ਵਕਤ ਕੋਈ ਉਹੋ ਜਿਹਾ ਹੀ ਪਿਆ, ਇਹ ਨਾ ਆਪਣੇ ਚ ਮੁੱਕਿਆ, ਮਤਲਬ 10 ਸਾਲਾਂ 'ਚ ਬਦਲ ਗਈ ਵਕਤ ਆ ਜਿਹੜਾ, ਜਿਹਨੂੰ ਕਹਿੰਦੇ ਨੇ ਕਿ ਵਕਤਾਂ ਮਾਰੇ, ਉਹੋ ਜਿਹਾ ਮਾਮਲਾ ਨਹੀਂ। ਵਕਤ ਮੁਰਾਦ ਇਹ ਹੈ ਕਿ ਭਾਜੜਾਂ ਜਿਹੜੀਆਂ ਸਨ ਉਹ ਉਦੋਂ ਜ਼ਰਾ ਹੋਰ ਤਰ੍ਹਾਂ ਦੀਆਂ ਸਨ, ਅੱਜ ਜ਼ਰਾ ਬੜਾ ਮਾਡਰਨ ਹੋ ਗਿਆ, ਜਦੀਦ ਹੋ ਗਿਆ ਸਭ ਕੁਛ। ਆ ਵੇਖਣ ਡੇ ਤੁਸੀਂ ਇੱਕ ਬੜਾ ਆਲੀਸ਼ਾਨ ਕਿਸਮ ਦਾ ਸਟੂਡੀਓ ਹੋ ਗਿਆ, ਜਿਹਦੇ 'ਚ ਮੇਰਾ ਰੰਗ ਉਹੋ ਜਿਹਾ ਹੀ ਆਉਣ ਡਿਆ ਜਿੱਦਾਂ 10 ਸਾਲ ਪਹਿਲਾਂ ਸੀ। ਇਸ ਤੋਂ ਬਾਅਦ ਕੀ ਦੁੱਖ ਹੋਣਾ ਆ। ਤੇ ਪ੍ਰਵੀਨ ਹੋਣੇ ਨੇ ਜਿਹੜੇ ਉਹ ਵੀ ਮੇਰੇ ਨਾਲ ਬੈਠੇ ਆ, ਪਹਿਲਾਂ ਤੁਸੀਂ ਸਾਡੀ ਆਵਾਜ਼ ਸੁਣਦੇ ਸੀਗੇ, ਅੱਜ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਲਾਈਵ ਦੇਖ ਵੀ ਸਕਦੇ ਜੀ। ਸਾਡੇ ਸਭ ਸੁਣਨ ਵਾਲੇ ਜਿਹੜੇ ਰੇਡੀਓ ਸੈਟ ਰਾਹੀਂ ਇਸ ਵੇਲੇ ਸਾਨੂੰ ਸੁਣ ਰਹੇ ਨੇ, ਸਾਡਾ ਪ੍ਰੋਗਰਾਮ ਉਹਨਾਂ ਤੱਕ ਪਹੁੰਚ ਰਿਹਾ ਆ, ਉਹਨਾਂ ਨੂੰ ਕਹਾਂਗੇ ਕਿ ਕਮ ਆਨ, ਤੁਸੀਂ ਦਵਾ ਦਵ ਆਓ, ਔਰ ਸਾਨੂੰ ਸਾਡੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਲਾਈਵ ਹੀ ਤੁਸੀਂ ਸਾਡੇ ਨਾਲ ਵੇਖ ਵੀ ਸਕਦੇ ਜੀ। ਅਸੀਂ ਇਸ ਵੇਲੇ ਜਨਾਬ ਲਾਹੌਰ ਸਟੂਡੀਓਸ ਤੋਂ ਤੁਹਾਡੇ ਨਾਲ ਆ। ਸੋ ਉਹ 10 ਵਰੇ ਪਹਿਲਾਂ ਦੀਆਂ ਯਾਦਾਂ ਨੇ ਜਿਹੜੀਆਂ ਉਹ ਪੂਰੀਆਂ ਕਰਨ ਤੋਂ ਪਹਿਲਾਂ ਮੇਰਾ ਖਿਆਲ ਹੈ ਕਿ ਇੱਕ ਸਲੂਣਾ ਜਿਹਾ ਤੜਕਾ ਗੀਤ ਦਾ ਪ੍ਰਵੀਨ ਲਾ ਲਈਏ, ਔਰ ਫਿਰ ਕੰਮ ਆ ਜਿਹੜਾ ਉਹ ਚੱਲ ਰਹੇਗਾ, ਗੀਤ ਚੱਲੇਗਾ ਪਰ ਫੋਟੋ ਸਾਡੀ ਹੀ ਆਵੇਗੀ। ਬਹੁਤ ਸਾਰੇ ਸਾਡੇ ਸਰੋਤ ਨੇ ਜਿਹੜੇ ਉਹਨਾਂ ਨੇ ਇਹ ਚਾਹ ਜ਼ਾਹਰ ਕੀਤਾ ਸੀਗਾ ਕਿ ਜੀ ਬੜੀ ਰੀਝ ਹੈ ਕਿ ਅਸੀਂ ਕਿਤੇ ਰੂਬਰੂ ਹੋਈਏ, ਸੋ ਉਹ ਵੇਲਾ ਤੇ ਆਉਂਦਿਆਂ ਆਉਣਾ। ਲਓ ਜੀ, ਅੱਜ ਸੋਸ਼ਲ ਮੀਡੀਆ ਨੇ ਕਰ ਦਿੱਤਾ, ਸੋ 10 ਵਰਿਆਂ ਦਾ ਇਹ ਸਪੈਸ਼ਲ ਪ੍ਰੋਗਰਾਮ, ਇਹ ਖਾਸ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਮੈਂ ਮਸੂਦ ਮੱਲੀ ਤੇ ਮੈਂ ਪਰਵੀਨ ਮਸੂਦ ਪੰਜਾਬੀ ਰੇਡੀਓ USA ਤੋਂ ਨਾਲੇ ਮੇਰੇ ਵੱਲ ਵੇਖ ਕੇ ਸਜਦੀ ਗਈ ਅੱਜ ਹੋ ਕਹਿੰਦੇ ਨੇ ਕਿ ਗੱਲ ਪਿਆ ਢੋਲ ਵਜਾਉਣਾ ਹੀ ਪੈਂਦਾ ਆ, ਹੁਣ ਗੱਲ ਤੇ ਬਣ ਗਈ, ਇਹ ਕਿੱਦਾਂ ਬਣ ਗਈ ਇਹ ਤਾਂ ਗੁਜ਼ਾਰਾ ਕਰਨ ਵਾਲੇ ਨੂੰ ਪੁੱਛੋ। ਪਰ ਅੱਜ ਮੈਂ ਇਹੋ ਜਿਹੀ ਕੋਈ ਛੇੜ ਨਹੀਂ ਛੇੜਨੀ, ਅੱਜ ਮੈਂ ਬਿਲਕੁਲ ਨੌਂਦਰ ਨਹੀਂ ਮਾਰਨੀ, ਕਿਉਂਕਿ ਮੈਨੂੰ ਪਤਾ ਮੈਂ ਛਿਲਿਆ ਜਾਣਾ। ਸੋ ਅਸਾਂਝ ਪਾਉਣ ਲਈ ਡਾਇਲ ਕਰਿਆ ਸਾਡਾ ਟੈਲੀਫੋਨ ਨੰਬਰ 408-272-5200, ਤੇ ਜੇ ਤੁਸੀਂ ਅਮਰੀਕਾ ਤੋਂ ਬਾਹਰੋਂ ਕਾਲ ਕਰਨ ਦੇ ਜੇ ਤਾਂ ਫਿਰ 0001 ਯਾਨੀ 001, ਉਸ ਤੋਂ ਬਾਅਦ 408-272-5200। ਲੋ ਜੀ, ਫਿਰਕੀਆਂ ਘੁਮਾ ਦਿਓ, ਟੱਲੀਆਂ ਵਜਾ ਦਿਓ, ਤੇ ਨੰਬਰ ਆ ਜਿਹੜਾ ਉਹ ਘੁਮਾ ਦਿਓ, ਜਿਹਦੀ ਜਿਹਦੀ ਕਾਲ ਲੱਗੀ ਗਈ ਬਸ ਉਹ ਪ੍ਰੋਗਰਾਮ ਦਾ ਹਿੱਸਾ ਬਣਦਾ ਜਾਏਗਾ। ਮਿਲਣਾ ਗੀਤ ਤੋਂ ਬਾਅਦ। ਹਾਏ ਤੇਰੀ ਮੇਰੀ ਗੱਲ ਬਣ ਗਈ, ਹਾਏ
ਅੱਜ ਤੇਰੀ ਮੇਰੀ ਗੱਲ ਬਣ ਗਈ ਗੱਲ ਬਣੀ ਨੂੰ ਤੇ ਜਨਾਬ 10 ਸਾਲ ਹੋ ਗਏ ਉਸ ਨੂੰ ਵੀ ਤੇ ਐਸ ਨੂੰ ਵੀ ਅੱਛਾ ਜੀ ਟੱਲੀਆਂ ਖੜਕ ਪਈਆਂ ਆ ਔਰ ਘੰਟੀਆਂ ਵੱਜ ਪਈਆਂ ਆ ਔਰ ਇਸ਼ਾਰੇ ਮਿਲ ਪਏ ਨੇ ਕਿ ਜੀ ਇਸ ਵੇਲੇ ਕਾਲਾਂ ਨੇ ਜਿਹੜੀਆਂ ਉਹ ਆ ਗਈਆਂ ਨੇ ਹੁਣ ਅੱਜ ਦੇ ਪ੍ਰੋਗਰਾਮ ਦੀ ਖਾਸ ਗੱਲ ਇਹ ਹੈ ਕਿ ਕਾਲ ਤੇ ਜਦੋਂ ਵੀ ਗੱਲ ਕਰਨੀ ਪਏਗੀ ਉਦੋਂ ਮੈਨੂੰ ਪ੍ਰਵੀਨ ਦੀ ਮੁਹਤਾਜੀ ਵੇਖਣੀ ਪਏਗੀ ਕਿ ਇਹ ਇੰਜ ਕਰਕੇ ਅਮਰੀਕਾ ਵਾਲਾ ਬਟਨ ਨੱਪਣਗੀਆਂ ਤੇ ਤਾਂ ਹੀ ਮੈਂ ਆਪਣੇ ਸੁਣਨ ਵਾਲੇ ਨਾਲ ਗੱਲ ਕਰ ਸਕਾਂਗਾ ਚੈੱਕ ਕਰਨੇ ਆ ਕਿ ਇਸ ਵੇਲੇ ਲਾਈਨ ਤੇ ਸਾਡੇ ਨਾਲ ਕੌਣ ਨੇ ਔਰ ਉਹ ਕੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਔਰ ਵੈਲਕਮ ਟੂ ਪੰਜਾਬੀ ਰੇਡੀਓ USA बहुत वधिया सब तो पहला ते तुहानू बहुत बहुत मुबारक मैं सिर्फ हां जी दो लाइना तुहाडे लई ते अपने पंजाबी रेडियो USA लई कहना चाहनी हां जरूर जरूर राया तू रुकना नित दे मुसाफर निराशा दे नजदीक ढुकदे नहीं हुंदे ऐ सूरज चंदा ऐ हवा ते सितारे सदा चलदे रहिंदे ने रुकदे नहीं हुंदे पहाड़ां दी छाती नूं छाननी बना के जो सोमे निकलदे ने सुकदे नहीं हुंदे जिन्हां ने हथेली ते रखी होई आ अपनी जान ओह दुनिया झुकाउंदे ने झुकदे नहीं हुंदे यकीन करो कि अज चा वध गए ने जो मेनू पता है कि तुसी आए ते प्रोग्राम च अजे पर तुसी वकालत प्रवीण दी नहीं 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 आपा मैं किसी दी वकालत नहीं कीती आपा तो सारा एक परिवार आ हां जी तुहानू एक धिर पानी पैणी इसे तरह स्रोतियां दे गां कहिंदे हुंदे खुशियां बटोरदे रहांगे ते चलदे रहांगे अपनी अपनी चाले हां जी ते पिछे मुड़ के आपा देखणा नहीं प्रवीण जी तुसी की कीता दोखे जिहड़ा अज तुहानू दसना चाह रहे ने इहनां दी सुन लो प्रवीन क्योंकि आई टी स्पेशलिस्ट सी अहीं बहुत होया ते चीची मीची गेम खेड लैंदे सां मोबाइल ते इस तों अगे आई टी दा सानूं पता नहीं सी हुंदा ते इह दसो कि अज जदों असीं इत्थे खड़े आ ते की महसूस करदे जे की ओह गल्लां चेते पैंदियां कित्थों सफर शुरू होया सीगा और अज इक डिजिटल स्टूडियो च बैठे असीं तुहाडे नाल गल्लबात कर रहे हैं कि पाकिस्तान तों साडी वीडियो भी लाइव आ रही है हालांकि मैं इदां नहीं चाहुंदा क्यों नहीं सी चाहुंदे पहला सब तो गल ए दसो वे क्यों नहीं सी चाहुंदे देखो इन्नियां लाइटां शैटां एडा डिजिटल स्टूडियो ला के एक मैं मेकअप नहीं कीता ते कम माड़ा रह गया ना हिसाब किताब क्योंकि उस तरह तो सारे एक दूजे तो डरदे ही रहन जे असली शक्लां देख लैन ते सब तो वधिया सुत्ते उठिया नहीं अहीं रेडियो दी सब तो वधिया खासियत सब तो वड्डी खासियत यही आ कि इहदे ते शकल घट देखण नूं मिलदी आ इस करके बोली जाओ ते ना किसे तों शर्म आउंदी आ ते ना किसे तों गुस्सा हां जी मजे नाल अपनी आवाज दे विच तुसी बोल सकदे आ हां जी ते अज ते फिर पता ही आ तुहानूं कि तुसी जदों सारिया दे रूबरू होए ते फिर पता तां लगणा ही सी ਬਸ ਤੁਸੀਂ ਆ ਕੇ ਕਰਤਾਰਪੁਰ ਸਾਹਿਬ ਨੂੰ ਪਰਲੇ ਪਾਸੇ ਹੱਥ ਲਾ ਕੇ ਟੁਰ ਗਏ ਜੀ ਅਸੀਂ ਤੇ ਉਰਲੇ ਪਾਸੇ ਖਲੋ ਗਏ ਉਡੀਕਦੇ ਹੀ ਰਹੇ ਕਿ ਕਦੋਂ ਉਰਾ ਆਉਂਦੇ ਨੇ ਕਦੋਂ ਮਰੂੰਡਾ ਖਾਈਏ ਐਪੀਨੀਆਂ ਫਚਾਪਰ ਚ ਬੱਜੀਆਂ ਦੀਆਂ ਬੱਜੀਆਂ ਰਹਿ ਗਈਆਂ ਸਾਡੀਆਂ ਕਿਉਂ ਝੂਠ ਬੋਲਦੇ ਆ ਕਿਉਂ ਝੂਠ ਬੋਲਦੇ ਆ ਇੰਡੀਆ ਕੌਣ ਗਿਆ ਹੈਗਾ ਜੇ ਪਿਆਰ ਨਾਲ ਬਣਾਈਆਂ ਹੁੰਦੀਆਂ ਜੇ ਪਿਆਰ ਨਾਲ ਬਣਾਈਆਂ ਹੁੰਦੀਆਂ ਖਵਾਲਣੀਆਂ ਖਵਾਉਣੀਆਂ ਹੁੰਦੀਆਂ ਤੇ ਫਿਰ ਕਿੱਦਾਂ ਨਹੀਂ ਮੈਂ ਆ ਸਕਦੀ ਸੀ ਜਦ ਤੁਹਾਡੇ ਬਿਲਕੁਲ ਨਜ਼ਦੀਕ ਤਾਂ ਮੈਂ ਗਈ ਹੋਈ ਸੀ
हाँ हुण इत्थे खलोया जे तुसी नजदीक जाके ते इत्थों मुड़ आए जे असीं परले पासे जांदे ते मैनूं पता सीगा मैं जलंधर जेल च होणा ते प्रवीन ने तिहाड़ जेल च मुड़ना भी नहीं सी खा लैंदे पिनियां फिर पिनियां कट्ठे बैठ के क्यों मैं उत्थे आ जाणा सी फिर पिनियां तां कट्ठे बैठ के खाणियां सी ना 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 रब ना इहो जिहा वेला लियावे ते राणी आपां कोई गल सोहणी बड़ी कोई अज दा दिन जिहड़ा चावां वाला आ खुशियां वाला आ सोहणियां यादां वाला आ साडी दोहां दी तरक्की वाला आ पानी दिया छल्ला होवन तू हो मैं होवां प्यार दिया गल्ला होवन तू हो मैं होवां कुछ गल्ला तू करे कुछ गल्ला मैं करा कुछ गल्ला तू करे कुछ गल्ला मैं करा मुके ना साड़ी गलबात पानी दिया छल्ला होवन तू हो मैं होवा मोरां दी रुण चुण होवे चिड़िया दिया चहका होवन पौना विच कुड़िया नाचक कलियां दिया महका होवन रिम छिम जई हुंदी होवे तू हो मैं होवा होर ना कोई होवे मैं होवा तू हो मैं कुछ गल्ला तू करे कुछ गल्ला मैं करा कुछ गल्ला तू करे कुछ गल्ला मैं करा सुत्ती पई होवे कायनात पानी दिया छल्ला होवन तू हो मैं होवा पुन्यां दा चन्न भी अपने जोवन ते आया होवे मस्ती विच आके सारा आलम नशियाया होवे मस्ती ही मस्ती होवे तू हो मैं होवा एक रब दी हस्ती होवे तू हो मैं होवा कुछ गल्ला तू करे कुछ गल्ला मैं करा कुछ गल्ला तू करे कुछ गल्ला मैं करा उमरों ल मेरी हो जरात पानी दिया छल्ला होवन तू हो मैं होवा आजा अज लिख ही दईए एक दूजे ना जिंदगानी उमरा ले रह जांदी है कोई ना कोई प्यार निशानी ए मेरे दिलवर जानी तू हो मैं होवा एक साड़ी प्यार निशानी तू हो मैं होवा कुछ गल्ला तू करे कुछ गल्ला मैं करा कुछ गल्ला तू करे कुछ गल्ला मैं करा मुके ना साड़ी मुलाकात पानी दिया छल्ला होवन तू हो मैं धन्यवाद तुहाडा पिछे सुनिया के लैना लग गई है ते टिटा वाले काले पहन दे ने आपां फिर किसी टाइम में तुहानू कॉल करांगे थैंक यू सो मच कि तुसी आए ते प्रोग्राम नु शिंगार बख्शिया बहुत धन्यवाद तुहाडा थैंक यू सत श्री अकाल जी ए सन राणी भैन जी ते मेरा ख्याल है कि हुण दवा दव अगले पासे चलिए ते देखने आ कि अगले साडे नाल जेडे कॉलर ने ओ कौन ने हेलो वेलकम टू पंजाबी रेडियो यूएसए प्रोग्राम लेंदे पंजाब दीयां बातां टेस्टिंग टेस्टिंग दिस इज मसूद विद यू वेलकम आल्सो परवीन भाजी सतरी काल भाजी प्रधानिया जी थानू दस जी सतरी काल हां जी भैन जी जेडे अपने 10 साल पहला भैन जी ने लोहड़ी गाई सी थोड़ी घोड़ी जिदा
ਤੇ 10 ਸਾਲ ਤੁਹਾਨੂੰ ਮੁੜ ਕੇ ਘੋੜੀ ਚੜਨ ਦਾ ਮੌਕਾ ਨਹੀਂ ਮਿਲਿਆ ਉਸ ਤੋਂ ਬਾਅਦ ਹੁਣ ਦੁਬਾਰੇ 10 ਸਾਲ ਬਾਅਦ ਚੜਿਆ ਜਿਹੜਾ ਜੀ ਉਹ ਘੋੜੀ ਤਾਂ ਪਤਾ ਨਹੀਂ ਕਿੱਥੇ ਗਈ ਮੈਂ ਗਿੱਟੇ ਕਢਾਉਂਦਾ ਕੀ ਹਾਲ ਆ ਆਪਣਾ ਨਾਮ ਦੱਸੋ ਹਾਂਜੀ ਭਾਜੀ ਮੈਂ ਜਸਵੰਤ ਸਿੰਘ ਜੋੜ ਬੋਲਦਾ ਜੀ ਬਿਆਨਾ ਤੋਂ ਜੀ 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 ਆਇਆਂ ਨੂੰ ਜੀ ਕੀ ਹਾਲ ਚਾਲ ਆ ਖੈਰ ਖਰੀਅਤ ਨਾਲ ਹਾਂ ਜੀ ਖੈਰੀਅਤ ਹੈ ਬਹੁਤ ਵਧੀਆ ਜੀ ਭੈਣ ਜੀ ਰਾਣੀ ਜੀ ਭੈਣ ਬਲਿੰਦਰ ਕੌਰ ਜੀ ਪ੍ਰਵੀਨ ਜੀ ਤੁਹਾਨੂੰ ਜੀ ਬਹੁਤ ਮੁਬਾਰਕਾਂ ਸਤਿ ਸ੍ਰੀ ਅਕਾਲ ਜੀ ਜੀ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਔਰ ਅਸੀਂ ਤੁਹਾਡੇ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਅਸੀਂ ਹੱਥ ਜੋੜ ਕੇ ਤੁਹਾਡਾ ਬਹੁਤ ਧੰਨਵਾਦ ਕਹਿੰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਦੋਵਾਂ ਜੀਆਂ ਨੂੰ ਔਰ ਇੰਨਾ ਸਤਿਕਾਰ ਦਿੱਤਾ ਕਿ ਅਸੀਂ ਆਮ ਤੋਂ ਬੜੇ ਖਾਸ ਬਣ ਗਏ ਥੈਂਕ ਯੂ ਸੋ ਮਚ ਬਿਲਕੁਲ ਇਹ ਪ੍ਰਵੀਨ ਜੀ ਨੂੰ ਪੁੱਛਣਾ ਜੀ ਪ੍ਰਵੀਨ ਜੀ ਘੋੜੀ ਦੂਜੀ ਆ ਕਿ ਪਹਿਲੀ ਆ ਜੀ ਮੈਂ ਹੱਥ ਜੋੜ ਲੈ ਭਰਾ ਮੈਂ ਬਸ ਪੁੱਛਣਾ ਸੀ ਆਪਾਂ ਤਾਂ ਅਜੇ ਤੱਕ ਇੰਜੋਏ ਕਰ ਰਹੇ ਹਾਂ ਤੁਸੀਂ 10 ਸਾਲ ਮੌਕਾ ਨਹੀਂ ਦਿੱਤਾ ਜੀ ਘੋੜੀ ਚੜਨ ਦਾ ਜਿਨ੍ਹਾਂ ਨੂੰ ਨਹੀਂ ਨਹੀਂ ਮੈਂ ਆਪ ਹੀ ਬੜਾ ਰੱਜ ਗਿਆ ਆ ਮੈਂ ਹੁਣ ਕੋਈ ਹਰਕਤ ਨਹੀਂ ਕਰਨੀ ਉਹ ਕਹਿੰਦੇ ਨੇ ਮੈਂ ਇੱਕ ਤੋਂ ਇੰਨਾ ਕੁ ਰੱਜ ਗਿਆ ਹਾਂ ਕਿ ਮੈਂ ਹੋਰ ਸੋਚ ਹੀ ਨਹੀਂ ਸਕਦਾ ਕੁਝ ਨਹੀਂ ਜੀ ਮੈਂ ਤਾਂ ਪਹਿਲਾਂ ਸੋਚਣ ਡਿਆ ਸੀ ਮੈਂ ਕਿਹਾ ਪਾਕਿਸਤਾਨ ਦਾ ਆਪਣਾ ਭਾਜੀ ਦੇ ਨਾਲ ਦੇ ਤਿੰਨ ਚਾਰ ਚਾਰ ਘਰਾਂ ਲੈ ਹੁਣੇ ਹਲੇ ਪਹਿਲੇ ਹੀ ਘੋੜੀ ਜਿਹੜੇ ਖੜਦੇ ਆ ਜੀ ਬਾਬਾ ਜੀ ਰੱਜ ਗਏ ਆ ਹੁਣ ਤੇ ਉਹ ਨਿਆਣੇ ਨੇ ਜਿਹੜੇ ਹੁਣ ਤੇ ਮੈਂ ਘੋੜੀ ਬਣਨਾ ਤੇ ਉਹ ਕਹਿੰਦੇ ਨੇ ਚੱਲ ਬਾਬਾ ਤਗੜੀ ਤਗੜ ਤਗੜੀ ਤਗੜ ਤੇ ਲਾਈਫ ਹੀ ਬਹੁਤ ਮਾਰਕਾ ਤੁਹਾਨੂੰ ਜੀ ਥੈਂਕ ਯੂ ਸੋ ਮਚ ਬਹੁਤ ਸਾਰੇ ਜੀ ਹੋਰ ਨੇ ਹਾਂਜੀ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਏ ਥੈਂਕ ਯੂ ਜੀ ਇਹ ਸਨ ਸਾਡੇ ਜੀ ਜਿਹੜੇ ਆਏ ਔਰ ਉਹਨਾਂ ਨੇ ਪ੍ਰੋਗਰਾਮ ਜੀ ਸਾਂਝ ਪਾਈ ਦਵਾ ਤਾਂ ਮੇਰਾ ਖਿਆਲ ਅਗਲੇ ਕਾਲਰ ਆ ਜਾਣਗੇ ਜੀ ਚੈੱਕ ਕਰਾਂਗੇ ਕਿ ਸਾਡੇ ਨਾਲ ਅਗਲੇ ਸਾਡੇ ਹਰਮਨ ਪਿਆਰੇ ਕੌਣ ਨੇ ਸਤਿ ਸ੍ਰੀ ਅਕਾਲ ਮੈਨੂੰ ਤੁਸੀਂ ਦੋਨੋ ਜਣੇ ਬੜੇ ਪਿਆਰੇ ਹੋ ਪਰ ਪ੍ਰਵੀਨ ਤੂੰ ਬਾਹਲੀ ਫੱਬ ਦੀ ਪਈ ਮਹਿਰੂਨ ਸੂਟ ਵਿਚ ਬੜੀ ਮਿਹਰਬਾਨੀ ਹੈ ਕੀ ਹਾਲ ਚਾਲ ਹੈ ਤੁਹਾਡੀ ਸਿਹਤ ਠੀਕ ਹੈ ਕਸ਼ਮੀਰ ਅੰਕਲ ਠੀਕ ਨੇ ਰੌਕੀ ਭਾਈ ਠੀਕ ਨੇ ਬਿਲਕੁਲ ਠੀਕ ਠਾਕ ਤੂੰ ਸੁਣਾ ਪ੍ਰਵੀਨ ਮੈਨੂੰ ਬਹੁਤ ਚੰਗਾ ਲੱਗਾ ਤੁਹਾਨੂੰ ਵੇਖ ਕੇ ਔਰ ਆਪਣੇ ਤੁਹਾਡੇ ਆਪਣੇ ਸਟੂਡੀਓ ਚ ਵੇਖ ਕੇ ਬਹੁਤ ਚੰਗਾ ਲੱਗਾ ਬਸ ਅਸੀਂ ਇਹ ਸਟੂਡੀਓ ਚ ਉਡੀਕਦੇ ਰਹੇ ਪਰ ਪਿਛਲੇ ਸਾਲ ਤੁਸੀਂ ਨਵੰਬਰ ਚ ਆਏ ਹੀ ਨਹੀਂ ਹੁਣ ਜਦੋਂ ਤੁਸੀਂ ਆਉਣਾ ਤਾਂ ਫਿਰ ਸਿਰਫ ਇਸੇ ਸਟੂਡੀਓ ਚ ਹੀ ਅਸੀਂ ਕੋਸ਼ਿਸ਼ ਕਰਨੀ ਹੈ ਕਿ ਇੱਥੇ ਆਲੇ ਦੁਆਲੇ ਹੀ ਤੁਹਾਨੂੰ ਰੱਖੀਏ ਕਿਤੇ ਬਾਹਰ ਨਾ ਜਾਣ ਦਈਏ ਪਰ ਫਿਰ ਉਤਰੋ ਸ਼ਾਮ ਨੂੰ ਟਿਕਾਣਾ ਹੀ ਸਿੱਧੀ ਤੁਹਾਡੇ ਕੋਲ ਆਵਾਂ ਮਸੂਦ ਸਿੱਧੀ ਜੀ ਜ਼ਰੂਰ ਉਡੀਕ ਰਹੇਗੀ ਤੇ ਕਿਹਦਾ ਲੱਗ ਰਿਹਾ ਤੁਹਾਨੂੰ ਅੱਜ 10 ਵਰਿਆਂ ਦਾ ਇਹ ਖਾਸ ਪ੍ਰੋਗਰਾਮ ਸੁਣਦੇ ਹੋਇਆ ਬਲਕਿ ਸੁਣਦੇ ਹੋਇਆ ਨਹੀਂ ਅੱਜ ਵੇਖਣ ਦੇ ਜੀ ਬਿਲਕੁਲ ਯਾਦ ਮੈਨੂੰ ਆਉਂਦਾ ਪਿਆ ਹੈ ਜਦ ਅਸੀਂ ਲੈਂਦੇ ਪੰਜਾਬ ਤੋਂ ਖਬਰਾਂ ਸੁਣਦੇ ਹੁੰਦੇ ਸਾਂ ਹੈਨਾ ਜੀ 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 ਹਾਂਜੀ ਬੜਾ ਚੰਗਾ ਲੱਗਦਾ ਹੈ ਉਹ ਸਾਰੇ ਦਿਨ ਚੇਤੇ ਆਉਂਦੇ ਆ ਉਦੋਂ ਤੋਂ ਲੈ ਕੇ ਅੱਜ ਤੱਕ ਕਿੰਨਾ ਸੋਹਣਾ ਸਾਥ ਲੰਘਿਆ ਹੈ ਔਰ ਖਾਸ ਕਰਕੇ ਉਹ ਦਿਨ ਬਹੁਤ ਵਧੀਆ ਲੰਘੇ ਜਦੋਂ ਆਪਾਂ ਲਾਹੌਰ ਵਿੱਚ ਮਿਲੇ ਉਹ ਤੇ ਵਕਤ ਸਾਨੂੰ ਨਹੀਂ ਭੁੱਲਦਾ ਸਾਡੇ ਨਿਆਣਿਆਂ ਨੂੰ ਨਹੀਂ ਭੁੱਲਦਾ ਤੇ ਹਜੇ ਤੱਕ ਉਹ ਚੇਤੇ ਕਰਦੇ ਨੇ ਸਾਰੀਆਂ ਸ਼ਿਆਵਾਂ ਵਾਈਟ ਚਾਕਲੇਟ ਅਮਰੀਕਾ ਦੀ ਖਾਦੀ ਉਹਨਾਂ ਨੇ ਪਹਿਲੀ ਵਾਰ ਇੰਨਾ ਚੰਗਾ ਲੱਗਦਾ ਹੈ ਕਿ ਸਾਡਾ ਉਸ ਮੁਲਕ ਵਿੱਚ ਸਾਡਾ ਆਪਣਾ ਕੋਈ ਹੈਗਾ ਹੈ ਅਸੀਂ ਬਿਲਕੁਲ ਇਹ ਮਹਿਸੂਸ ਕਰਨੇ ਇੱਕ ਅਸੀਂ ਸਾਰੇ ਜੀ ਤੁਹਾਡੇ ਆ ਇਹ ਮੁਹੱਬਤ ਹੈ ਤੁਹਾਡੀਆਂ ਇਹ ਪਿਆਰ ਹੈ ਤੁਹਾਡਾ ਔਰ ਇਹ ਰੱਬ ਸਦਾ ਸਲਾਮਤ ਰੱਖੇ ਥੈਂਕ ਯੂ ਸੋ ਮਚ ਤੁਸੀਂ ਇਹਨਾਂ ਸਤਿਕਾਰ ਬਖਸ਼ਦੇ ਜੇ ਤੇ ਦਵਾ ਦਵ ਜੀ ਅੱਗੇ ਚਲੀਏ ਅਗਰ ਇਜਾਜ਼ਤ ਦਿਓ ਆਪਾਂ ਫਿਰ ਕਿਸੇ ਸਮੇਂ ਤੁਹਾਨੂੰ ਮੋਬਾਈਲ ਤੇ ਵੀ ਕਾਲ ਕਰ ਲਾਂਗੇ ਇਸ ਵੇਲੇ ਕਾਲਰ ਸਾਨੂੰ ਪਤਾ ਲੱਗ ਰਿਹਾ ਕਿ ਜੀ ਧੰਨਵਾਦ ਨੇ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਔਰ ਥੋੜੀ ਜਿਹੀ ਮਾਫੀ ਵੀ ਕਿ ਅਸੀਂ ਤੁਹਾਡੇ ਬੜੇ ਲਾਡਲੇ ਹਾਂ ਪਰ ਅੱਜ ਨਾ ਬਹੁਤ ਸਾਰੇ ਜੀਆਂ ਕਾਰਨ ਕੋਈ ਗੱਲ ਖੋਲ ਡੁੱਲ ਕੇ ਨਹੀਂ ਹੋ ਸਕੀ ਇਹ ਸਨ ਜੀ ਸੁਵਿੰਦਰ ਆਂਟੀ ਸਾਡੇ ਬੜੇ ਹਰਮਨ ਪਿਆਰੇ ਸਾਡੇ ਬੜੇ ਰਾਜ ਦੁਲਾਰੇ ਜਿਹੜੇ ਸਾਨੂੰ ਬਹੁਤ ਪਿਆਰ ਕਰਦੇ ਨੇ ਵੇਖਨੇ ਆ ਕਿ ਅਗਲੇ ਕਾਲਰ ਸਾਡੇ ਨਾਲ ਇਸ ਵੇਲੇ ਕੌਣ ਨੇ ਹੈਲੋ ਐਂਡ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਸੂਦ ਜੀ ਮੈਂ ਵੀ ਉਹੀ ਜੀ ਮਾਇਆ ਨਾਜ ਮੰਨੇ ਪਰਮੰਨੇ ਦਿਲਾਂ ਤੇ ਰਾਜ ਕਰਨ ਵਾਲੇ ਰਾਜ ਕਰਨਵੀਰ ਜੀ ਸਤਿ ਸ੍ਰੀ ਅਕਾਲ ਔਰ ਵੈਲਕਮ ਕਹਿੰਦੇ ਔਰ ਜੀ ਆਇਆਂ ਨੂੰ ਕਹਿੰਦੇ ਜਨਾਬ ਤੁਹਾਨੂੰ ਅੱਜ ਦੇ ਸਪੈਸ਼ਲ ਸ਼ੋਅ 'ਚ ਕੀ ਹਾਲ ਚਾਲ ਆ ਬਿਲਕੁਲ ਠੀਕ ਆ ਸਤਿ ਸ੍ਰੀ ਅਕਾਲ ਮਸੂਦ ਜੀ ਸਤਿ ਸ੍ਰੀ ਅਕਾਲ ਪ੍ਰਵੀਨ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ 10 ਵਰੇ ਪੰਜਾਬੀ ਰੇਡੀਓ USA ਨੂੰ ਹੋਏ ਸਾਡੇ 10 ਵਰੇ ਸਾਲ ਤੇ 10 ਵਰੇ ਮਸੂਦ ਮੱਲੀ ਹੁਣਾਂ ਦੇ ਨਾਲ ਤੇ ਰਾਵਲਪਿੰਡੀ ਐਕਸਪ੍ਰੈਸ ਇੱਕ ਟਾਈਮ ਤੇ ਸ਼ੋਅਬ ਅਖਤਰ ਨੂੰ ਆਖਿਆ ਜਾਂਦਾ ਸੀ ਪਰ ਜਦੋਂ ਅਸੀਂ ਖਬਰਾਂ ਤੁਹਾਡੀਆਂ ਸੁਣਦੇ ਸੀ ਲੱਗਦਾ ਸਾਨੂੰ ਵੇਖਦਾ ਸੀਗਾ ਵੀ ਰਾਵਲਪਿੰਡੀ ਐਕਸਪ੍ਰੈਸ ਅਸਲੀ ਇਹ ਆ ਨਾਲੇ ਗੱਲ ਇਹ ਆ ਵੀ ਜਿੱਦਾਂ ਮੋਤੀ ਪਰੋ ਪਰੋ ਕੇ ਮਾਲਾ ਜੜੀ ਹੁੰਦੀ ਆ ਓਦਾਂ ਖਬਰਾਂ ਸੀ ਜਿੰਨਾ ਮਰਜ਼ੀ ਤੇਜ਼ ਬੋਲਣ
ਪਰ ਇਹ ਨੀ ਸੀ ਵੀ ਕਿਤੇ ਅੱਖਰ ਕੋਈ ਇੱਧਰ ਉੱਧਰ ਹੋ ਜਾਏ ਤੇ ਕੋਈ ਬਹੁਤ ਹੀ ਸ਼ਾਨਦਾਰ, ਬਹੁਤ ਹੀ ਏਦਾਂ ਹੀ ਪ੍ਰਮਾਤਮਾ ਪਿਆਰ ਇਤਫਾਕ ਏਦਾਂ ਹੀ ਮੁਹੱਬਤ ਜਿਹੜੀ ਉਹ ਬਣਾ ਕੇ ਰੱਖੇ। ਫਿਰ ਜਿਹੜੀ ਸੇਵਾ ਤੁਸੀਂ ਕਰਦੇ ਰਹੇ ਉਹ ਨਨਕਾਣਾ ਸਾਹਿਬ ਜਾ ਕੇ ਉੱਥੋਂ ਸਾਨੂੰ ਗੁਰੂ ਧਾਮਾਂ ਦੇ ਉੱਥੋਂ ਦਰਸ਼ਨ, ਉੱਥੋਂ ਦੇ ਕੀਰਤਨ ਦੇ, ਉੱਥੋਂ ਦੇ ਦੀਵਾਨਾਂ ਦੇ ਜਿਹੜੇ ਆ ਉਹ ਤੁਸੀਂ ਦਰਸ਼ਨ ਕਰਾਉਂਦੇ ਰਹੇ ਹੋ, ਸੁਣਾਉਂਦੇ ਰਹੇ ਹੋ ਪੰਜਾਬੀ ਰੇਡੀਓ USA ਦੇ ਨਾਲ ਜੁੜ ਕੇ, ਬਹੁਤ ਬਹੁਤ ਆਨੰਦ ਅਸੀਂ ਲੈ ਰਹੇ ਹਾਂ। ਤੇ ਇਹ 10 ਸਾਲ ਬੀਤੇ ਨੇ ਤੇ ਮੈਂ 10 ਸਾਲਾਂ ਦੇ ਲਈ ਏਦਾਂ ਹੀ ਕਿਆ ਬਾਤ ਹੈ ਰਾਜ ਜੀ, ਮੈਨੂੰ ਚੇਤਾ ਹੈ ਕਿ ਜਦੋਂ ਆਪਾਂ ਸਾਰਿਆਂ ਰਲ ਕੇ ਪਹਿਲੀ ਪੰਜਾਬੀ ਕ੍ਰਿਕਟ ਕਮੈਂਟਰੀ ਜਿਹੜੀ ਦਿੱਤੀ ਸੀਗੀ, ਉਹ ਬਹੁਤ ਸਾਰੇ ਅਸੀਂ ਕੰਮ ਜਿਹੜੇ ਉਹ ਕੀਤੇ ਬਹੁਤ ਸਾਰਾ, ਔਰ ਨਨਕਾਣਾ ਸਾਹਿਬ ਰੱਬ ਦੀ ਕਿਰਪਾ ਦੇ ਨਾਲ ਇਹੋ ਜਿਹਾ ਇੱਕ ਲੇਬਲ ਬਣ ਗਿਆ ਕਿ ਹੁਣ ਤੇ ਸ਼ੁਰੂ ਦੇ ਕਹਿ ਲਵੋ ਕਿ 10, 11, 12 ਇੱਥੇ ਤੱਕ 2013 ਤੋਂ ਮੈਂ ਨਹੀਂ ਸੀ ਲੱਭਦਾ, ਮੈਨੂੰ ਮੇਰੇ ਮਾਈਕ ਨੂੰ ਵੇਖ ਕੇ ਬਾਕੀ ਸਾਰੇ ਜੀ ਆ ਜਾਂਦੇ ਸੀਗੇ, ਮਲੀ ਜੀ ਕੀ ਹਾਲ ਆ, ਤੇ ਮੇਰਾ ਇੱਕ ਵਾਰ ਰੰਗ ਉੱਠਦਾ ਸੀਗਾ ਕਿ ਇਹ ਮੈਨੂੰ ਕਿਵੇਂ ਜਾਣਦੇ ਆ, ਤੇ ਉਹ ਫਿਰ ਦੱਸਦੇ ਜੀ ਅਸੀਂ ਕੈਲੀਫੋਰਨੀਆ ਤੋਂ ਆਏ, ਅਸੀਂ USA ਤੋਂ ਆਏ, ਕੋਈ ਕੈਨੇਡਾ ਤੋਂ, ਕੋਈ ਨਿਊਜ਼ੀਲੈਂਡ, ਕੋਈ ਆਸਟ੍ਰੇਲੀਆ, ਕੋਈ ਯੂਰਪ ਤੋਂ, ਔਰ ਉਹ ਸਾਰੇ ਮੈਨੂੰ ਜਾਣਦੇ ਸੀ, ਇਹ ਪਛਾਣ, ਇਹ ਸ਼ਨਾਖਤ। ਅੱਜ ਮੈਂ ਇਹਦਾ ਐਲਾਨ ਰੂਬਰੂ ਸਭ ਦੇ ਕਹਿ ਰਹੇ ਹਾਂ ਕਿ ਮੈਨੂੰ ਪੰਜਾਬੀ ਰੇਡੀਓ USA ਦਿੱਤੀ। ਬਿਲਕੁਲ, ਬਹੁਤ ਚੰਗਾ ਲੱਗ ਰਿਹਾ। ਅੱਜ ਪਹਿਲੀ ਵਾਰੀ ਆਪਾਂ ਫੇਸਬੁੱਕ ਤੇ ਨਾਲੇ ਲਾਈਵ ਹੋ ਰਹੇ ਹਾਂ, ਇਹ ਵੀ ਇੱਕ ਟੈਕਨੀਕਲ ਡਿਫੀਕਲਟੀ ਨੂੰ ਆਪਾਂ ਪਿਛਲੇ ਕਈ ਦਿਨਾਂ ਤੋਂ ਸੁਲਝਾ ਰਹੇ ਸੀ। ਸੋ ਉਮੀਦ ਕਰ ਰਹੇ ਹਾਂ ਵੀ ਜਿਹੜੇ ਸਾਡੇ ਦਰਸ਼ਕ ਵੀ ਦੇਖ ਰਹੇ ਆ ਉਹ ਵੀ ਆਨੰਦ ਮਾਣ ਰਹੇ ਹੋਣਗੇ। ਜੀ ਬਿਲਕੁਲ, ਇਸ ਤਰ੍ਹਾਂ ਹੀ ਆ, ਔਰ ਉਹ ਹੁਣ ਫੀਡਬੈਕ ਆਏਗਾ ਤਾਂ ਪਤਾ ਲੱਗੇਗਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਕੋਈ ਇਹੋ ਜਿਹੀਆਂ ਹਰਕਤਾਂ ਦਿਸਣ ਦੁਸਣ ਵਾਲੀਆਂ ਕਰਦੇ ਰਹਾਂਗੇ, ਕਿਉਂਕਿ 10 ਸਾਲ ਸਾਨੂੰ ਸੁਣਿਆ, ਤੇ ਉਹ ਜਿਹਨੂੰ ਕਹਿੰਦੇ ਨੇ ਕਿ ਸੁਣ ਸੁਣ ਕੇ ਕੰਨ ਪੱਕੇ ਹੋਣੇ ਆ, ਹੁਣ ਜ਼ਰਾ ਦੇਖ ਵੀ ਲੈਣ। ਨਹੀਂ ਓਦਾਂ ਮੈਂ ਚਲੋ ਤੁਹਾਡੇ ਸੂਟ ਦਾ ਧੰਨਵਾਦ ਉਹ ਕਰ ਗਏ ਨੇ, ਬਹੁਤ ਸੋਹਣੇ ਲੱਗ ਰਹੇ ਨੇ, ਤੇ ਜਿਹਨੇ ਸੂਟ ਦਵਾਇਆ ਉਹਦਾ ਵੀ ਅਸੀਂ ਧੰਨਵਾਦ ਕਰ ਦਿੰਦੇ ਹਾਂ। ਚਲੋ ਕੋਈ ਮਾੜਾ ਮੋਟਾ ਜਿਹੜੇ ਬੰਦੇ ਨੂੰ ਰਗੜਾ ਹੋਵੇ ਉਹਨੂੰ ਕੋਈ ਮਰਮ ਪੱਟੀ ਕਰਨ ਜੋਗੀ ਤੇ ਤਾਰੀਫ ਕਰ ਲੈਂਦੇ ਆ ਕਰੇ। ਤੁਸੀਂ ਨਹੀਂ, ਇਹ ਸਾਡਾ ਹੀ ਕੋਈ ਰੂਪ ਆ, ਸਾਡਾ ਹੀ ਕੋਈ ਸਰੂਪ ਆ ਜਿਹੜਾ ਉਹ ਬੋਲਣ ਡਿਆ ਹੈ, ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ, ਔਰ ਇਸੇ ਤਰ੍ਹਾਂ ਆਵਾਜ਼ ਆ ਜਿਹੜੀ ਇਹਨੂੰ ਸੁਰ, ਇਹਨੂੰ ਤਾਸੀਰ, ਇਹਦੇ ਵਿੱਚ ਡੂੰਘਿਆਈ, ਇਹਦੇ ਵਿੱਚ ਅਸਰ ਆ ਜਿਹੜਾ ਉਹ ਪਾਈ ਰੱਖੇ। ਸਲਾਮਤ ਰਹੋ, ਬੱਚਿਆਂ ਨੂੰ ਬੜਾ ਪਿਆਰ ਦਿਆ ਜੇ, ਭਾਬੀ ਹੋਣਾਂ ਨੂੰ ਵੀ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਬੋਲਿਆ ਜੇ, ਔਰ ਸ਼ਿੰਗਾਰ ਪ੍ਰੋਗਰਾਮ ਨੂੰ ਲਾਉਣ ਦਾ ਬਹੁਤ ਸ਼ੁਕਰੀਆ। ਯਕੀਨ ਕਰੋ ਕਿ ਬਹੁਤ ਵਧੀਆ ਲੱਗਾ ਕਿ ਤੁਸੀਂ ਅੱਜ ਆ ਕੇ ਇਸ ਪ੍ਰੋਗਰਾਮ 'ਚ, ਇਸ ਖਾਸ ਪ੍ਰੋਗਰਾਮ 'ਚ ਵਿਸ਼ ਕੀਤਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਰੱਬ ਰੱਖਾ ਜੀ। ਥੈਂਕ ਯੂ ਜੀ। ਇਹ ਸਨ ਰਾਜਕਰਨ ਵੀਰ ਸਿੰਘ ਹੁਣੇ ਜਿਹੜੇ ਆਏ, ਔਰ ਇਹ ਸਾਡੀ ਟੀਮ ਦੇ ਸਭ ਤੋਂ ਐਕਟਿਵ ਮੈਂਬਰ ਨੇ ਜੀ, ਔਰ ਹੁਣ ਤੋਂ ਬਾਅਦ ਅੱਗੇ ਚੱਲਨੇ, ਵੇਖਨੇ ਸਾਡੇ ਨਾਲ ਕੌਣ ਨੇ। ਹੈਲੋ, ਸਤਿ ਸ੍ਰੀ ਅਕਾਲ। ਹੈਲੋ, ਦਿਨ ਚੜ ਗਿਆ ਜੀ ਪਾਕਿਸਤਾਨ 'ਚ, ਉਧਰ ਰਾਤ ਹੋ ਨਹੀਂ, ਕੋਈ ਗੱਲ ਨਹੀਂ, ਕਦੀ ਕਦਾਰ ਇਦਾਂ ਵੀ ਹੁੰਦਾ ਹੈ। ਔਰ ਅਸੀਂ ਆਪਣੇ ਸੁਣਨ ਵਾਲੇ ਨੂੰ ਜਿਹੜੇ ਉਹਨਾਂ ਦੱਸ ਦਈਏ ਕਿ ਤੁਸੀਂ ਇਸ ਵੇਲੇ ਲਹਿੰਦੇ ਪੰਜਾਬ ਤੋਂ, ਲਾਹੌਰ ਸ਼ਹਿਰ ਤੋਂ, ਪਾਕਿਸਤਾਨ ਤੋਂ ਲਾਈਵ ਸਾਨੂੰ ਸਾਡੇ ਫੇਸਬੁੱਕ ਪੇਜ ਪੰਜਾਬੀ ਰੇਡੀਓ USA ਦੇ ਅਫੀਸ਼ੀਅਲ ਫੇਸਬੁੱਕ ਪੇਜ 'ਤੇ ਦੇਖ ਵੀ ਸਕਦੇ ਜੇ, ਰੇਡੀਓ 'ਤੇ ਤੁਸੀਂ ਸਾਨੂੰ ਲਾਈਵ ਸੁਣ ਵੀ ਸਕਦੇ ਜੇ। 10 ਵਰੇ ਪਹਿਲਾਂ ਸ਼ੁਰੂ ਕੀਤੇ ਗਏ ਸਫ਼ਰ ਦਾ ਇਹ ਖਾਸ ਪ੍ਰੋਗਰਾਮ ਤੁਹਾਡੇ ਵਾਸਤੇ ਲਹਿੰਦੇ ਪੰਜਾਬ ਤੋਂ, ਮੈਂ ਮਸੂਦ ਮੱਲੀ ਅਤੇ ਮੈਂ ਪਰਵੀਨ ਮਸੂਦ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹਾਂ। ਔਰ ਅੱਜ ਅਸੀਂ ਉਹਨਾਂ ਕੰਧਾਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਕਿ ਜਿਹੜੀਆਂ ਪਹਿਲਾਂ ਕਹਿ ਲਵੋ ਕਿ ਸਿਰਫ ਸੁਣਦੀ ਹੱਦ ਤੱਕ ਸਨ, ਅੱਜ ਮੈਂ ਆਖਿਆ ਕਿ ਚਲੋ ਫੇਸਬੁੱਕ 'ਤੇ ਜ਼ਰਾ ਲਾਈਵ ਵੀ ਕੰਮ ਨੇ ਜਿਹੜੇ ਉਹ ਨਾਲ ਚੱਲਣ। ਸੋ ਪ੍ਰਵੀਨ ਨੂੰ ਦੇ ਆਪਣੀ ਤਾਰੀਫ ਤੋਂ ਬਾਅਦ ਇਹ ਦਿਲ 'ਚ ਰੀਝ ਹੋਣੀ ਹੈ ਕਿ ਹਰ ਪ੍ਰੋਗਰਾਮ ਲਾਈਵ ਹੀ ਹੋਵੇ, ਮੇਰੀ ਬੜੀ ਤਾਰੀਫ ਹੁੰਦੀ ਹੈ, ਹਾਲਾਂਕਿ ਇੱਕ ਵਰਕਾ ਖੋਲਿਆ ਜਾਂਦਾ ਮੇਰੇ ਕੋਲੋਂ। ਔਰ ਮੈਨੂੰ ਯਾਦ ਹੈ ਕਿ ਜਦੋਂ ਪਾਕਿਸਤਾਨ 'ਚ ਜਦੋਂ ਅਸੀਂ ਸਰਵਿਸਿਸ ਸ਼ੁਰੂ ਕੀਤੀਆਂ ਸਨ, ਉਦੋਂ ਬਥੇਰਾ ਕੁਛ ਆ ਜਿਹੜਾ ਉਹ ਬਿਜਲੀ ਵੱਲੋਂ ਮੇਰੇ ਖਿਆਲ ਇੱਕ ਕਾਲ ਉਹ ਨਾਲ ਚੱਲੀ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮਕਸੂਦ ਜੀ, ਮੈਂ ਨਰਿੰਦਰ ਬੋਲਦੀ ਹਾਂ। ਨਰਿੰਦਰ ਕੌਰ ਚੱਠਾ ਹੋਣੇ ਅਗਰ ਮੈਂ ਗਲਤ ਨਹੀਂ। ਹਾਂਜੀ ਹਾਂਜੀ, ਤੁਹਾਡੀ ਮੈਮਰੀ ਬੜੀ ਜ਼ਿਆਦਾ ਵਧੀਆ ਹੈ। ਹਾਂਜੀ, ਨਰਿੰਦਰ ਚੱਠਾ ਬੋਲਦੀ ਹਾਂ। ਹਾਂਜੀ, ਤੇ ਤੁਹਾਡਾ ਪ੍ਰੋਗਰਾਮ, ਹਾਂਜੀ ਬਹੁਤ ਵਧੀਆ ਹਾਲ ਚਾਲ ਹੈਗਾ। ਮੈਂ ਸਪੈਸ਼ਲੀ ਹੁਣ ਮੈਂ ਕੰਮ ਤੇ ਚੱਲੀ ਸੀ ਤੇ ਤੁਹਾਡਾ ਪ੍ਰੋਗਰਾਮ ਸੁਣਨ ਵਾਸਤੇ ਮੈਂ ਰੈਡੀਓ ਆਨ ਕੀਤਾ। ਹਾਂਜੀ ਸੋ ਮਚ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ, ਤੁਹਾਡੀਆਂ ਗੱਲਾਂ ਕਰਨ ਦਾ ਅੰਦਾਜ਼ ਬੜਾ ਵਧੀਆ ਲੱਗਦਾ ਆ।
ਅਸੀਂ ਵੀ ਪਾਕਿਸਤਾਨ ਆਏ ਸੀ ਪਰ ਤੁਹਾਡੇ ਨਾਲ ਸਾਨੂੰ ਮਿਲ ਨਹੀਂ ਹੋਇਆ ਉਦੋਂ। ਉਹ ਸੁਰਿੰਦਰ ਆਂਟੀ ਨੇ ਬਾਅਦ ਚ ਦੱਸਿਆ ਸੀ ਤੁਸੀਂ ਉਹਨਾਂ ਨੂੰ ਮਿਲਣ ਆਏ ਸੀਗੇ ਉੱਥੇ। ਓਕੇ, ਇਹ ਤਾਂ ਫਿਰ ਰੁਸਣ ਵਾਲੀ ਗੱਲ ਹੈ, ਨਹੀਂ ਸਾਨੂੰ ਨਹੀਂ ਪਤਾ ਤੁਸੀਂ ਮਿਲੇ ਕਿਉਂ ਨਹੀਂ। ਮੈਂ ਨਹੀਂ ਪਤਾ, ਮੈਂ ਲੇਟਣੀਆਂ ਲੈਣ ਲੱਗਾ ਯਾਰ। ਜਦੋਂ ਫਿਰ ਨੈਕਸਟ ਟਾਈਮ ਆਏ ਜ਼ਰੂਰ ਤੁਹਾਨੂੰ ਮਿਲਾਂਗੇ, ਹੈ ਨਾ। ਹਾਂਜੀ, ਬਹੁਤ ਤੁਹਾਨੂੰ ਮਿਲ ਕੇ ਉਡੀਕ ਦੇ ਵਿੱਚ ਰਹਾਂਗੇ, ਅਸੀਂ ਉਡੀਕ ਦੇ ਵਿੱਚ ਰਹਾਂਗੇ। ਸਾਨੂੰ ਸੁਰਿੰਦਰ ਆਂਟੀ ਕਿੱਥੇ ਮਿਲੇ? ਸੁਰਿੰਦਰ ਆਂਟੀ ਸੀਗੀ, ਹੈਪੀ ਸੀ, ਇਬਰਾਹਿਮ ਸੀ, ਉਹਨਾਂ ਨੇ ਉਂਗਲ ਲਾਈ ਸੀ, ਬਾਜ਼ਾਰ ਸਨ, ਸ਼ੋਪਿੰਗਾਂ ਸਨ, ਤੁਰਦੇ ਫਿਰਦੇ ਸਨ, ਅਸੀਂ ਤੇ ਮਗਰ ਮਗਰ ਜ਼ਰਾ ਤੁਰੇ ਜਾਣ ਡੇ ਸਾਂ। ਤੇ ਐਰ ਕੀ ਇਹ ਹੁਣ ਪੱਕਾ ਸਾਡਾ ਨਾ ਨੋਟਬੁੱਕ 'ਚ ਨੋਟ ਕਰ ਲਵੋ ਕਿ ਪਾਕਿਸਤਾਨ ਜਿਹੜਾ ਤੁਹਾਡਾ ਜਿਹੜਾ ਉਹ ਸਾਡੇ ਨਾਲ ਹੋਣਾ। ਹਾਂਜੀ ਹਾਂਜੀ, ਫਿਰ ਅਸੀਂ ਤੁਹਾਨੂੰ ਪਹਿਲਾਂ ਕੰਟੈਕਟ ਕਰ ਲਾਂਗੇ ਵੀ ਅਸੀਂ ਪਾਕਿਸਤਾਨ ਆ ਰਹੇ ਹਾਂ ਨਾ। ਜੀ ਉਡੀਕ ਰਹੇਗੀ, ਉਡੀਕ ਰਹੇਗੀ, ਉਡੀਕ ਰਹੇਗੀ। ਆਏ ਤੁਸੀਂ ਪ੍ਰੋਗਰਾਮ ਦੀ ਸਾਂਝ ਪਾਈ, ਬਹੁਤ ਧੰਨਵਾਦ ਤੁਹਾਡਾ। ਹਾਂਜੀ, ਤੁਹਾਡਾ ਗੱਲ ਕਰਨ ਦਾ। ਪ੍ਰਵੀਨ ਜੀ ਨੂੰ ਵੀ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ, ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਨਰਿੰਦਰ ਕੌਰ ਚੱਟਾ ਹੁਣ ਸਾਡੇ ਨਾਲ ਸਨ, ਔਰ ਹੁਣ ਤੋਂ ਬਾਅਦ ਅਗਲੇ ਕਾਲਰ ਵੱਲ ਚੱਲੀਏ, ਸਮਾਂ ਥੋੜ੍ਹਾ ਜਿਹਾ, ਕਾਲਾਂ ਬਹੁਤੀਆਂ ਆ ਹੈ, ਔਰ ਸ਼ੁਕਰ ਹੈ ਕਿ ਫੀਡਬੈਕ ਨਹੀਂ ਤਾਂ ਵਰਕਾ ਪ੍ਰਵੀਨ ਨੇ ਖੋਲ ਲੈਣਾ ਸੀਗਾ ਜੀ। ਚੈੱਕ ਕਰਾਂਗੇ ਸਾਡੇ ਨਾਲ ਕੌਣ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਪ੍ਰੋਗਰਾਮ 'ਚ। ਹੈਲੋ, ਕੋਈ ਗੱਲ ਨਹੀਂ, ਕਦੀ ਕਦਾਰ ਇੱਦਾਂ ਹੋ ਜਾਂਦਾ ਜੀ। ਸਾਡੇ ਨਾਲ ਕੌਣ ਨੇ? ਹੈਲੋ, ਹੈਲੋ ਜੀ, ਸਤਿ ਸ੍ਰੀ ਅਕਾਲ ਜੀ, ਵੈਲਕਮ। ਹੈਲੋ ਜੀ, ਜੀ ਹੈਲੋ, ਸਾਡੀ ਆਵਾਜ਼ ਤੁਹਾਨੂੰ ਆ ਰਹੀ ਹੈ? ਹਰਜਿੰਦਰ ਸਿੰਘ ਬਰਾੜ, ਹਰਜਿੰਦਰ ਜੀ, ਜੀ ਮੈਂ ਮਸੂਦ ਬੋਲ ਰਿਹਾ ਹਾਂ, ਪੰਜਾਬ ਨੂੰ ਜੋੜਨ ਵਾਲੇ। ਕੀ ਹਾਲ ਚਾਲ ਆ? ਠੀਕ ਆ ਜੀ, ਤੁਹਾਡੇ ਬੋਲ ਸੁਣ ਕੇ ਜਾਨ ਚ ਜਾਨ ਪੈ ਜਾਂਦੀ, ਦੋਨੇ ਪੰਜਾਬ ਇਕੱਠੇ ਹੋ ਜਾਂਦੇ ਆ, ਕੀ ਦੱਸਾਂ, ਟਾਈਮ ਵੀ ਬੜਾ ਸੋਹਣਾ ਹੈ। ਜਿਹੜੇ 10 ਸਾਲ ਪਹਿਲਾਂ ਚੜੇ ਸੀ ਘੋੜੀ, ਸਦਾ ਹੀ ਸਲਾਮਤ ਰਵੇ ਇਹਨਾਂ ਦੀ ਜੋੜੀ। ਬਰਾੜ ਵੈਰੂ ਅੱਲਾ ਅੱਗੇ ਹੱਥ ਹਰ ਦਮ ਜਾਵੇ ਜੋੜੀ। ਮਸੂਦ ਮੱਲੀ ਪ੍ਰਵੀਨ ਮੱਲੀ ਪੰਜਾਬੀ ਜੋ ਸੋ ਰੇਡੀਓ ਤੇ ਦੋਵੇਂ ਜਾਣੇ ਉਹ ਲੱਖ ਕਰੋੜੀ, ਲੱਖ ਕਰੋੜੀ ਜਾਂਦੇ ਦੋਵਾਂ ਪੰਜਾਬਾਂ ਨੂੰ ਜੋੜੀ। ਬੜਾ ਧੰਨਵਾਦ, ਥੋੜਾ ਲਫ਼ਜ਼ ਨੀ ਮੇਰੇ ਕੋਲ ਮੱਲੀ ਸਾਹਿਬ। ਥੈਂਕ ਯੂ, ਤੁਹਾਡਾ ਇਹ ਪਿਆਰ ਆ ਜਿਹੜਾ ਇਹ ਅਸੀਂ ਮਰੂੰਡੇ ਤਰ੍ਹਾਂ ਝੋਲੀਆਂ ਭਰ ਲਈਆਂ। ਥੈਂਕ ਯੂ ਸੋ ਮਚ, ਹਾਏ ਹਾਏ ਪਿਆਰ ਜੀ, ਪਿਆਰ ਮੱਲੀ ਸਾਹਿਬ ਤੁਹਾਡੇ, ਤੁਸੀਂ ਦਿਲ ਚ ਵਸੇ ਆ ਜੀ, ਦਿਲ ਤੁਹਾਡਾ, ਅਸੀਂ ਦਿਲ ਤੁਹਾਡੇ ਕਦਮਾਂ ਚ ਰੱਖਿਆ ਦਿਲ, ਤੁਸੀਂ ਦੋਵਾਂ ਪੰਜਾਬਾਂ ਨੂੰ ਜੋੜਨ ਵਾਲੇ, ਸਾਡੇ ਸਾਹ ਜਾਨਾਂ ਪਾਉਣ ਵਾਲੇ, ਪੰਜਾਬੀਆਂ ਨੂੰ ਮਨਾਉਣ ਵਾਲੇ, ਤੁਹਾਡੀ ਬਾਹਲੀ ਲੰਮੀ ਉਮਰ ਹੋਵੇ ਸੱਚੇ ਪਾਤਸ਼ਾਹ, ਰੱਬ ਮਿਹਰ ਰੱਖੇ ਤੁਹਾਡੇ ਤੇ ਵੀ, ਸਦਾ ਸ਼ਾਦ ਰਹੋ, ਆਬਾਦ ਰਹੋ। ਕੈਸਾ ਲੱਗ ਰਿਹਾ ਅੱਜ ਇੰਨੇ ਵਰਿਆਂ ਮਗਰੋਂ, ਇੰਨੇ ਚਿਰਾਂ ਮਗਰੋਂ ਆ ਜਿਹੜਾ ਸੁਣ ਕੇ? ਬੜਾ ਵਧੀਆ ਜੀ, ਬੜਾ ਵਧੀਆ, ਬੜਾ ਵਧੀਆ, ਇੰਨਾ ਮਨ ਖੁਸ਼ ਹੈ ਨਾ, ਲਫ਼ਜ਼ ਨਹੀਂ ਆ ਰਹੇ। ਲਿਖਣੀ ਚਾਹੀਦੀ ਸੀ ਕਵਿਤਾ, ਲਿਖ ਲੈਣਾ, ਲਿਖਣੀ ਚਾਹੀਦੀ ਸੀ, ਮੈਨੂੰ ਫਿਰ ਲਿਖੂੰਗਾ ਤੁਹਾਡੇ ਤੇ ਜ਼ਰੂਰ। ਸਾਨੂੰ ਮੇਰਾ ਇੰਨਾ ਮਨ ਖੁਸ਼, ਇੰਨਾ ਮਨ ਖੁਸ਼ ਹੈ ਨਾ, ਇੰਨਾ ਮਨ, ਲਾਹੌਰ ਦਾ ਨਾਂ ਸੁਣ ਕੇ, ਆਪਣੇ ਪੰਜਾਬਾਂ ਦਾ ਨਾਂ ਸੁਣ ਕੇ, ਪੰਜਾਬੀਆਂ ਦਾ, ਬਜ਼ੁਰਗਾਂ ਦੀਆਂ ਯਾਦਾਂ ਆ ਜਾਂਦੀਆਂ ਜੀ, ਜਦੋਂ ਬਜ਼ੁਰਗਾਂ ਤੋਂ ਸੁਣਦੇ ਸੀ ਨਾ, ਪਿਆਰ ਨਾਲ ਕਿਵੇਂ ਰੋਂਦੇ ਸੀਗੇ, ਗਲੇ ਲੱਗ ਲੱਗ ਕੇ, ਉਹ ਬੜਾ ਮੁੱਲ ਤਾਰਿਆ ਲੀਡਰਾਂ ਦੀ ਤੌਰ ਦਾ। ਲੋ ਜੀ, ਹੁਣ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਲਾਹੌਰ ਆਉਣਾ ਹੈ, ਤੇ ਫਿਰ ਆਪਾਂ ਤੁਹਾਨੂੰ ਚਬੁਰਜੀ ਵੀ ਲੈ ਕੇ ਚੱਲਾਂਗੇ, ਔਰ ਉੱਥੇ ਖਲੋ ਕੇ ਮੈਂ ਤੁਹਾਨੂੰ ਕਵਿਤਾ ਸੁਣਾਵਾਂਗਾ ਕਿ ਉੱਚੇ ਬੁਰਜ ਲਾਹੌਰ ਦੇ ਜਿੱਥੇ ਬਲਦੇ 4 ਚਿਰਾਗ, ਤੇ ਫਿਰ ਉੱਥੋਂ ਆਪਾਂ ਅਨਾਰਕਲੀ ਵੀ ਚੱਲਾਂਗੇ, ਅਨਾਰਕਲੀਆਂ ਫਿਰ ਇੰਪੋਰੀਆ ਮਾਲ ਆਵਾਂਗੇ, ਫਿਰ ਲਿਬਰਟੀ ਮਾਰਕੀਟ ਚੱਲਾਂਗੇ, ਇੰਨੇ ਚਿਰ 'ਚ ਭੁੱਖ ਲੱਗ ਜਾਏਗੀ, ਤੇ ਫਿਰ ਅਸੀਂ ਭਟੂਰੇ ਖਾਵਾਂਗੇ, ਭਟੂਰੇ ਖਾ ਕੇ ਅਚਾਰ ਤੇ ਨਾਲ ਉਹ ਜਨਾਬ ਲੱਸੀ ਦਾ ਵੱਡਾ ਗਲਾਸ ਆ ਜਿਹੜਾ ਬਰਫੀ ਤੇ ਪੇੜਿਆਂ ਵਾਲਾ ਉਹ ਪੀਵਾਂਗੇ, ਤੇ ਫਿਰ ਉਸ ਤੋਂ ਬਾਅਦ ਚੱਲ ਤੋਂ ਚੱਲ ਰਹੇਗੀ। ਹੁਣ ਤੁਸੀਂ ਲਾਹੌਰ ਜ਼ਰੂਰ ਆਉਣਾ, ਠੀਕ ਹੈ? ਮੇਰੀਆਂ ਨਜ਼ਰਾਂ ਤੁਹਾਡੇ ਪੈਰਾਂ ਦੇ ਵਿੱਚ, ਹੁਣੇ ਤੋਂ ਲਾਹੌਰ ਤੇ ਉੱਥੇ ਹੋ ਗਈਆਂ ਸਾਡੇ, ਆਉਣਾ ਹੀ ਆਉਣਾ ਜੀ, ਹਰੇਕ ਸਾਲ ਆਇਆ ਕਰਾਂਗੇ, ਆਉਣਾ ਹੀ ਆਉਣਾ, ਬਿਲਕੁਲ ਸਪੀਡ ਤੋਂ ਹੋ ਜਾਂਦੇ ਸੀ, ਪਰ ਆਉਣਾ ਹੀ ਆਉਣਾ ਹਰਜਿੰਦਰ ਸਿੰਘ ਹੋਣੇ ਜਿਹੜੇ ਸਾਡੇ ਨਾਲ ਇਸ ਵੇਲੇ ਟੈਲੀਫੋਨ ਲਾਈਨ ਤੇ ਮੌਜੂਦ ਸਨ, ਔਰ ਜਿਨ੍ਹਾਂ ਨੇ ਪ੍ਰੋਗਰਾਮ 'ਚ ਸਾਂਝ ਬਣਾਈ, ਪ੍ਰੋਗਰਾਮ ਨੂੰ ਰੌਣਕ ਲਾਈ। ਪ੍ਰਵੀਨ, ਤੁਸੀਂ ਕੋਈ ਗੱਲ ਸ਼ੇਅਰ ਕਰੋ, 10 ਵਰੇ ਪੁਰਾਣੀ। ਮੈਂ ਤੇ ਬੜਾ ਇਮੋਸ਼ਨਲ ਹੋ ਕੇ ਪ੍ਰੋਗਰਾਮ 'ਚ ਦੱਸਣਾ ਆ, ਬੈਠਿਆਂ ਬਿਠਾਇਆਂ ਐਂਕਰ ਬਣ ਗਏ, ਕਬਜ਼ੇ ਕਰ ਲਏ ਪ੍ਰੋਗਰਾਮਾਂ ਤੇ, ਫੀਡਬੈਕ ਖੋਲੇ, ਰਾਜ ਬਣ ਗਿਆ, ਮਤਲਬ ਦੱਸੋ ਨਾ ਕੋਈ, ਮੈਂ ਚਾਹੁੰਦਾ ਕਿ ਕੋਈ ਸੱਚ ਗੱਲ ਮੂੰਹ ਚੋਂ ਨਿਕਲੇ।
ਮੈਂ ਇਹ ਵੇਖ ਕੇ ਜ਼ਹਿਰ ਉਦੋਂ ਤੇ ਪੰਜਾਬੀ ਰੇਡੀ ਇਸ ਦੀ ਟੀਮ ਨਾਲ ਨਵੀਂ ਨਵੀਂ ਕਹਿ ਲੋ ਕਿ ਤੁਸੀਂ ਤੇ ਮੈਨੂੰ ਪਹਿਲੇ ਕਰ ਲਾਈਨ ਤੇ ਨੇ ਦਵਾ ਦਵ ਗੱਲ ਨੇ ਬੇੜੀ ਚਲੋ ਠੀਕ ਹੈ ਪਹਿਲੇ ਗੱਲ ਕਰ ਨਹੀਂ ਨਹੀਂ ਕਰ ਲੈ ਕਰ ਲੈ ਨਹੀਂ ਪਹਿਲੇ ਗੱਲ ਕਰ ਮੈਨੂੰ ਪਤਾ ਕਿ ਪੱਤ ਪੈਣਾ ਹੈ ਕਰ ਲੈ ਮੇਰੇ ਮਤਲਬ ਮੈਂ ਪੰਜਾਬੀ ਰੇਡੀਓ ਤੋਂ ਸਿੱਖਿਆ ਬਹੁਤ ਜ਼ਿਆਦਾ ਬਹੁਤ ਕੁਝ ਸਿੱਖਿਆ ਮੈਂ ਸੱਚੀ ਗੱਲ ਹੈ ਕਿ ਐਲਫ ਬੇ ਵੀ ਕਹਿੰਦੇ ਨੇ ਸਹੀ ਤਰ੍ਹਾਂ ਨਹੀਂ ਆਉਂਦੀ ਹੋਣੀ ਪਰ ਇਹ ਕਿ ਪੰਜਾਬੀ ਰੇਡੀਓ ਯੂਐਸ ਨੇ ਬੜਾ ਕੁਝ ਸਿਖਾਇਆ ਜੀ ਹੁਣ ਬਾ ਬ੍ਰੌਡਕਾਸਟਿੰਗ ਚ ਪੀਐਚਡੀ ਹੋਣ ਵਾਲੀ ਇਹਨਾਂ ਦੀ ਬਹੁਤ ਕੁਝ ਸਿੱਖਿਆ ਇਹਨਾਂ ਨੇ ਜੀ ਸਤਿ ਸ੍ਰੀ ਅਕਾਲ ਅਮਰਜੀਤ ਜੀ ਜੀ ਆਇਆਂ ਨੂੰ ਕਹਿੰਦੇ ਪ੍ਰੋਗਰਾਮ ਚ ਪੂਰੇ ਕੈਲੀਫੋਰਨੀਆ ਨੂੰ ਪਤਾ ਹੋਣਾ ਐਡਵਾਂਸ ਹੀ ਰੇਡੀਓ ਤੇ ਧੁੰਮਾ ਪੈ ਜਾਣੀਆਂ ਹਾਂ ਤੁਸੀਂ ਆਓ ਮੇਰੀ ਬੜੀ ਰੀਝ ਆ ਆਪਾਂ ਇੱਥੋਂ ਗੱਡੀ 'ਚ ਬਿਠਾਈਏ ਤੁਹਾਨੂੰ ਪਹਿਲੇ ਨਨਕਾਣਾ ਸਾਹਿਬ ਦਰਸ਼ਨ ਕਰਾਈਏ ਫਿਰ ਆਪਾਂ ਸੱਚੇ ਸੌਦੇ ਚੱਲੀਏ ਫਿਰ ਚੱਲੀਏ ਕਰਤਾਰਪੁਰ ਲੰਗਰ ਚੱਖੀਏ ਉੱਥੋਂ ਤੇ ਫਿਰ ਮੋਟਰਵੇ ਤੇ ਜਿਹਨੂੰ ਕਹਿੰਦੇ ਗੱਡੀ ਆਉਂਦੀ ਹੈ ਛਲਾਂਗਾ ਮਾਰਦੀ ਫਿਰ ਆਈਏ ਲਾਹੌਰ ਕੀ ਖਿਆਲ ਆ ਲੈਣੇ ਨਹੀਂ ਆ ਰਹੇ ਅੱਛਾ ਠੀਕ ਆ ਜੀ ਚਲੋ ਚਲੋ ਪਰਮਾਤਮਾ ਨੇ ਬਾਬੇ ਨਾਨਕ ਨੇ ਮਿਹਰ ਕੀਤੀ ਤੁਸੀਂ ਅਰਦਾਸਾਂ ਕੀਤੀਆਂ ਅਸੀਂ ਵੀ ਜ਼ਰੂਰ ਆਵਾਂਗੇ ਪਰ ਜਦੋਂ ਤੁਸੀਂ ਆਉਣਾ ਤੇ ਤੁਸੀਂ ਇੱਥੇ ਮੈਨੂੰ ਮਿਲ ਕੇ ਜਾਣਾ ਇਹਨਾਂ ਨੂੰ ਪੰਜਾਬੀ ਰੇਡੀਓ ਨਾਲ ਮੇਰਾ ਬਹੁਤ ਪਿਆਰ ਆ ਇਹ ਮੈਨੂੰ ਸਾਰੇ ਜਾਣਦੇ ਨੇ ਪਰ ਤੁਹਾਡਾ ਪ੍ਰੋਗਰਾਮ ਇੰਨਾ ਵਧੀਆ ਹੁੰਦਾ ਜਿਹੜਾ ਦੁਪਹਿਰ ਵਾਲਾ ਵੀ ਹੁੰਦਾ ਨਾ ਜਾਂ ਸ਼ਨੀਵਾਰ ਨੂੰ ਜੀ ਜੀ ਜਦ ਵੀ ਅਸੀਂ ਕਿਤੇ ਆਦਮੀ ਅਸੀਂ ਵਾਈਫ ਤੇ ਮੈਂ ਲੜਦੇ ਹਾਂ ਅਸੀਂ ਤੇ ਅਸੀਂ ਤੁਹਾਨੂੰ ਦੇਖ ਕੇ ਖੁਸ਼ ਹੋ ਜਾਈਦਾ ਮੈਂ ਕਿਹਾ ਯਾਰ ਬਹੁਤ ਘੱਟ ਲੱਗਦੇ ਨਨਕਾਣਾ ਸਾਹਿਬ ਜਾ ਕੇ ਦਿੰਦੇ ਆ ਨਾ ਪ੍ਰੋਗਰਾਮ ਸਾਰਾ ਲਾਈਵ ਨੱਚ ਭੱਜ ਕਰਦੇ ਆ ਹਨਾ ਪਰ ਅਸੀਂ ਜਿੰਨੇ ਇੱਥੇ ਬੰਦੇ ਬੈਠੇ ਆ ਸਾਨੂੰ ਸੋਚਣਾ ਚਾਹੀਦਾ ਯਾਰ ਭਾਜੀ ਉਹਨੀ ਇੰਨੀ ਮਿਹਨਤ ਕਰਦੇ ਆ ਮੈਂ ਤੁਹਾਡਾ ਦਿਲੋਂ ਸਤਿਕਾਰ ਕਰਦਾ ਭਾਜੀ ਉਹਨਾਂ ਨੂੰ ਇੰਨਾ ਹਰਜੋਤ ਕਰੋ ਰਾਜ ਕਰੋ ਉਹਨਾਂ ਨੂੰ ਸਾਰਾ ਪਤਾ ਹੈ ਆਪਣੇ ਸਿਰ ਦੀ ਪੱਗ ਸਮਝਣਾ ਇਸ ਮਾਣ ਨੂੰ ਕਿ ਪੰਜਾਬੀ ਰੇਡੀਓ ਯੂਐਸਏ ਨੇ ਮੈਨੂੰ ਇਹ ਮੌਕਾ ਦਿੱਤਾ ਔਰ ਉਸ ਤੋਂ ਵੱਡੀ ਵਡਿਆਈ ਹੈ ਜਿਹੜੀ ਉਹ ਹੈ ਕਿ ਮੇਰੇ ਇਸ ਕੀਤੇ ਦਾ ਮੁੱਲ ਇਹ ਹੈ ਕਿ ਅੱਜ ਤੁਸੀਂ ਮੈਨੂੰ ਇੰਨਾ ਸਤਿਕਾਰ ਇੰਨਾ ਪਿਆਰ ਦਿੰਦੇ ਜੇ ਮੇਰੀਆਂ ਇਹਨਾਂ ਸੇਵਾਵਾਂ ਨੂੰ ਮਾਨਤਾ ਦਿੰਦੇ ਜੀ ਇਸ ਤੋਂ ਬਾਅਦ ਕੀ ਗੱਲ ਹੋਈ ਤੁਹਾਡਾ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਔਰ ਤੁਹਾਡਾ ਵੱਡਾ ਪਾ ਬਿਲਕੁਲ ਭਾਜੀ ਮੱਲੀ ਸਾਹਿਬ ਤੁਸੀਂ ਜਿਵੇਂ ਇਹਨਾਂ ਨਾਲ ਭਾਜੀ ਉਹਨਾਂ ਨੂੰ ਲੱਗਿਆ ਇਹ ਵੀ ਇੰਨੇ ਹੀ ਚੰਗੇ ਆ ਇਹ ਵੀ ਇੰਨੇ ਇਮਾਨਦਾਰ ਬੰਦੇ ਨੇ ਸਾਰੇ ਪੰਜਾਬੀ ਰੇਡੀਓ ਯੂਐਸਏ ਵਾਲੇ ਤੇ ਇੰਨੇ ਕੁ ਇਮਾਨਦਾਰ ਬੰਦੇ ਆ ਵੀ ਇਹਨਾਂ ਦੀ ਸਿਫਤ ਨੀ ਕੀਤੀ ਜਾ ਸਕਦੀ ਬੜੇ ਸਤਿਕਾਰ ਯੋਗ ਆ ਸਾਰੇ ਥੈਂਕ ਯੂ ਸੋ ਮਚ ਥੈਂਕ ਯੂ ਅਮਰਜੀਤ ਜੀ ਅੱਗੇ ਚਰਨਜੀਤ ਸਾਡੇ ਨਾਲ ਮੌਜੂਦ ਨੇ ਤੇ ਮੇਰਾ ਖਿਆਲ ਹੈ ਕਿ ਉਹਨਾਂ ਨਾਲ ਦਵਾ ਦਵ ਚੱਲੀਏ ਥੈਂਕ ਯੂ ਸੋ ਮਚ ਫਿਰ ਕਿਸੇ ਸਮੇਂ ਗੱਲਬਾਤ ਹੋਏਗੀ ਕਿਉਂਕਿ ਸਮਾਂ ਥੋੜ੍ਹਾ ਹੈ ਤੇ ਬਹੁਤ ਸਾਰੇ ਜੀ ਨੇ ਜਿਹੜੇ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਅਸੀਂ ਵੀ ਇਹ ਰੀਝ ਰੱਖਦੇ ਹਾਂ ਕਿ ਸਾਡੇ ਨਾਲ ਗੱਲ ਕਰ ਲਈਏ ਬਹੁਤ ਧੰਨਵਾਦ ਕਿ ਤੁਸੀਂ ਆਏ ਅਸੀਂ ਠੀਕ ਆ ਬੇਟਾ ਜੇ ਤੁਹਾਡਾ ਬੋਲ ਸੁਣ ਕੇ ਵੀ ਇੰਨੀ ਠੰਡ ਪੈਂਦੀ ਮਨ ਨੂੰ ਤੇ ਅਸੀਂ ਕਹਿੰਦੇ ਸੁਣੀ ਜਾਈਏ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਇਹੀ ਅਰਦਾਸ ਇਹੀ ਬੇਨਤੀ ਪ੍ਰਵੀਨ ਦਾ ਤਾਂ ਤੁਹਾਡਾ ਬੋਲ ਸੁਣ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਹੁਣ ਵੀ ਹਾਂਜੀ ਹੁਣ ਕੰਮ ਤੋਂ ਆਏ ਸੀ ਕੰਮ ਤੋਂ ਆ ਕੇ ਪਹਿਲਾਂ ਪਾਣੀ ਨੀ ਪੀਤਾ ਤੁਹਾਡਾ ਬੋਲ ਦਾ ਬੜਾ ਸੁਣਿਆ ਰੇਡੀਓ ਲਾ ਕੇ ਹਾਂਜੀ ਹੋਰ ਪੁੱਤਰ ਬਹੁਤ ਬਹੁਤ ਤੁਹਾਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਿਆਰ ਭਰੀ ਦੋਹਾਂ ਜਣਿਆਂ ਨੂੰ ਬਹੁਤ ਬਹੁਤ ਤੁਹਾਡਾ ਪ੍ਰੋਗਰਾਮ ਵਧੀਆ ਹੁੰਦਾ ਜੋ ਤੁਹਾਡਾ ਪ੍ਰੋਗਰਾਮ ਸ਼ਨੀਵਾਰ ਨੂੰ ਆਉਂਦਾ ਤਾਂ ਬੜਾ ਮਨ ਨੂੰ ਸਕੂਨ ਆਉਂਦਾ ਬਹੁਤ ਖੁਸ਼ ਹੁੰਦਾ ਮਨ ਤੁਹਾਡਾ ਪ੍ਰੋਗਰਾਮ ਸੁਣ ਕੇ ਪਹਿਲੀ ਗੱਲ ਤਾਂ ਬੇਟਾ ਤੁਹਾਡਾ ਬੋਲ ਸੁਣ ਕੇ ਹੀ ਮਨ ਨੂੰ ਸ਼ਾਂਤੀ ਆਉਣੀ ਗੱਲ ਤਾਂ ਤੁਹਾਡੇ ਨਾਲ ਕੀ ਕਰਨੀ ਆ ਗੱਲਾਂ ਕਰਕੇ ਨੂੰ ਤਾਂ ਬਹੁਤ ਮਨ ਖੁਸ਼ ਹੁੰਦਾ ਤੁਹਾਡਾ ਅੱਛਾ ਬੇਟਾ ਓਕੇ ਓਕੇ ਬੇਟਾ ਬਾਏ ਬੇਟਾ ਬਾਏ ਪ੍ਰਵੀਨ ਜੀ ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਮਹਾਰਾਜ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੰਦਰੁਸਤੀਆਂ ਰੱਖੇ ਮਹਾਰਾਜ ਜੀ ਓਕੇ ਬੇਟਾ ਓਕੇ ਬਾਏ ਥੈਂਕ ਯੂ ਜੀ ਥੈਂਕ ਯੂ ਇਹ ਸਨ ਆਂਟੀ ਹਰਵਿੰਦਰ ਕੌਰ ਹੋਣੇ ਭੈਣ ਜੀ ਔਰ ਉਹਨਾਂ ਨੇ ਸਾਡੇ ਨਾਲ ਸਾਂਝ ਬਣਾਈ ਪ੍ਰੋਗਰਾਮ 'ਚ
ਤੇ ਅਸੀਂ ਜਨਾਬ ਗੱਲ ਕਰਨ ਦੇ ਸਾਂ ਪ੍ਰਵੀਨ ਨਾਲ ਦਬਾ ਬੇੜੇ ਆ ਜੀ 10 ਵਜੇ ਮੈਂ ਇਹ ਕਹਿ ਰਹੀ ਸੀ ਮਲੀ ਸਾਹਿਬ ਕਿ ਚਲੋ ਤੁਹਾਡੇ ਕੋਲ ਤਾਂ ਜੋ ਸਿੱਖਣਾ ਸੀ ਉਹ ਸਿੱਖ ਹੀ ਲਿਆ ਪੰਜਾਬੀ ਰੇਡੀਓ ਹੈਗੀ ਐ ਸੇ ਤੁਸੀਂ ਚਲੋ ਹੁਣ ਇਹਨਾਂ ਵਿੱਚ ਝੂਠ ਨਾ ਨਾ ਬੋਲ ਯਾਰ ਦੇਖੋ ਟੈਕਨੀਕਲੀ ਜਿਹੜੀਆਂ ਨਾ ਗੁੱਸਾਵਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਕਈ ਵਾਰੀ ਇਹ ਹੁੰਦਾ ਸੀ ਕਿ ਸੋ ਜਿਹੜਾ ਉਹ ਕੋਈ ਇਸ਼ੂ ਹੋ ਜਾਂਦਾ ਸੀ ਤੁਸੀਂ ਮਤਲਬ ਕਿਧਰੇ ਆਊਟ ਆਫ ਸਟੇਸ਼ਨ ਹੁੰਦੇ ਸੀ ਤੇ ਉਹ ਜਦੋਂ ਪਿੱਛੋਂ ਹੈਂਡਲ ਕਰਨਾ ਪੈਂਦਾ ਸੀ ਸਾਰਾ ਕੁਝ ਉਹ ਪੰਜਾਬੀ ਰੇਡੀਓ ਜੀ ਐਸੇ ਦੀ ਕਹਿ ਲਓ ਕਿ ਬਲਵਿੰਦਰ ਜੀ ਹੋਰਾਂ ਦੀ ਮਿਹਰਬਾਨੀ ਹੈ ਕਿ ਉਹ ਜੋ ਵੀ ਮੈਂ ਭੇਜ ਦਿੰਦੀ ਸੀ ਉਹਨਾਂ ਨੂੰ ਉਹ ਉਹਨੂੰ ਕਬੂਲ ਕਰਦੇ ਸਨ ਇਹ ਬੜੀ ਮਿਹਰਬਾਨੀ ਉਹਨਾਂ ਦੀ ਤੇ ਕਿਉਂਕਿ ਆਪਣੀ ਨਾ ਅਹਿਲੀ ਦੇ ਵਿੱਚ ਵੀ ਜਿੱਦਾਂ ਕੀ ਕਹਿੰਦੇ ਨੇ ਕਿ ਨਲਾਇਕੀਆਂ ਚ ਸਭ ਕੁਝ ਕੀਤਾ ਉਹਨਾਂ ਨੇ ਗੱਲ ਲਾਈ ਰੱਖਿਆ ਸਿਰ ਤੇ ਹੱਥ ਰੱਖ ਛੱਡਿਆ ਥੈਂਕ ਯੂ ਸੋ ਮਚ ਆਓ ਜੀ ਅਗਲੇ ਕਾਲਰ ਹਾਲ ਚੱਲ ਰਹੇ ਆ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਮਨੀ ਸਾਹਿਬ ਕੀ ਹਾਲ ਚਾਲ ਹੈ ਜੀ ਅਸੀਂ ਬਿਲਕੁਲ ਵਧੀਆ ਤੁਸੀਂ ਸੁਣਾਓ ਠੀਕ ਹੈ ਮੇਰੇ ਵੀ ਦਿਲ ਕੀਤਾ ਕਿ ਵੈਸੇ ਆਪਾਂ ਜਾਣਦੇ ਤਾਂ ਬਹੁਤਾ ਹੈ ਨਹੀਂ ਫਿਰ ਵੀ ਮੈਂ ਤੁਹਾਡਾ ਪ੍ਰੋਗਰਾਮ ਸੁਣਦੀ ਸੀ ਤੇ ਅੱਗੇ ਪਹਿਲਾਂ ਤੁਹਾਡੀ ਖ਼ਬਰਾਂ ਸੁਣ ਚੱਲਦੀਆਂ ਹੁੰਦੀਆਂ ਸੀ ਉਹ ਵੀ ਸੁਣਦੀ ਸੀ ਜਦੋਂ ਇਹ ਰੇਡੀਓ ਸ਼ੁਰੂ ਹੋਇਆ ਉਦੋਂ ਮੈਂ ਗਾਉਂਦੀ ਵੀ ਹੁੰਦੀ ਸੀ ਹੁਣ ਤੱਕ ਤਾਂ ਖ਼ਰਾਬ ਰਹਿੰਦਾ ਮੇਰਾ ਉਦੋਂ ਇਹਨਾਂ ਦਾ ਪੰਜਾਬ ਸੁਰ ਪੰਜਾਬ ਦੇ ਰੋਜ਼ ਹੀ ਹੁੰਦਾ ਸੀ ਪ੍ਰੋਗਰਾਮ ਹਾਂਜੀ ਮੈਂ ਵੀ ਫਿਰ ਤੁਹਾਡਾ ਮੈਂ ਜਦੋਂ ਨਾਲੇ ਤੁਹਾਨੂੰ ਸੱਚ ਮੁਬਾਰਕਬਾਦ ਆਪਣਾ ਇਹਦਾ 10 ਸਾਲ ਹੋਣੇ ਰੱਬ ਮਹਿਰ ਰੱਖੇ ਇਸੇ ਤਰ੍ਹਾਂ ਕਾਇਮ ਦਾਇਮ ਰਹੇ ਔਰ ਦਿਨ ਦੁਗਣਾ ਰਾਤ ਚੁਗਣਾ ਵਾਧਾ ਹੁੰਦਾ ਰਹੇ ਜੀ ਮੇਰਾ ਖਿਆਲ ਹੈ ਕਿ ਉਹ ਜਾ ਚੁੱਕੇ ਨੇ ਅਸੀਂ ਅਗਲੇ ਕਾਲਰ ਵੱਲ ਚੱਲਾਂਗੇ ਜਿਹੜੇ ਸ਼ਾਇਦ ਸਾਡੇ ਨਾਲ ਨੇ ਗੁਰਨਾਮ ਸਿੰਘ ਜੀ ਗੁਰਨਾਮ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਮਕਸੂਦ ਜੀ ਆਪ ਜੀ ਦਾ ਤੇ ਪ੍ਰਵੀਨ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡੀ ਆਵਾਜ਼ 'ਚ ਜਿੰਨੀ ਮਿਠਾਸ ਆ ਨਾ ਤੇ ਜਿੰਨੀ ਤੁਹਾਡੀ ਨੋਕ ਝੋਕ ਦਾ ਮਜ਼ਾ ਆਉਂਦਾ ਵਾ ਪ੍ਰੋਗਰਾਮ ਤੇ ਬਹੁਤ ਲੋਕ ਕਰਦੇ ਆ ਜਿਹੜੀ ਨੋਕ ਝੋਕ ਆ ਨਾ ਇਹ ਅਸਲ ਚ ਇਹ ਹਰ ਇੱਕ ਇਨਸਾਨ ਦੇ ਚਿਹਰੇ ਤੇ ਖੁਸ਼ੀ ਲਿਆਉਂਦੀ ਆ ਤੇ ਪਰਮਾਤਮਾ ਕਰੇ ਬਸ ਏਦਾਂ ਹੀ ਚੜ੍ਹਦੀ ਕਲਾ ਬੁਲੰਦੀਆਂ ਨੂੰ ਛੋ ਤੇ ਬਹੁਤ ਵਧੀਆ ਬਹੁਤ ਤੁਹਾਡਾ ਸਤਿਕਾਰ ਆ ਜੀ ਅਗਲੇ ਕਾਲਰ ਵੱਲ ਚੱਲਾਂਗੇ ਸਾਡੇ ਨਾਲ ਨੇ ਸੁਰਜੀਤ ਕੌਰ ਜੀ ਸੁਰਜੀਤ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸੁਰਜੀਤ ਜੀ ਹਾਂ ਸੁਰਜੀਤ ਕੌਰ ਬੋਲਦੀ ਹੈ ਜੀ ਕੱਲੇ ਬੋਲ ਰਹੀ ਹਾਂ ਤੋਂ ਮਲੀ ਸਾਹਿਬ ਤੇ ਪ੍ਰਵੀਨ ਜੀ ਬੇਟਾ ਵਾਲਾ ਵਾਲਾ ਪਿਆਰ ਅਰਵਾ ਖਰਵਾ ਸੁਰਜੀਤ ਆਂਟੀ ਬਣੇ ਹੋ ਤੇ ਬਹੁਤ ਤੁਹਾਡਾ ਦੋਗ ਚੋਗ ਸੁਣਦੇ ਆ ਤੇ ਮੇਰੇ ਇੱਕ ਵਾਰ ਗੱਲ ਤੁਹਾਨੂੰ ਸੁਣਾਉਂਦੀ ਆ ਮੇਰੀ ਭੈਣ ਦਾ 1946 ਚ ਵਿਆਹ ਹੋਇਆ ਸੀਗਾ ਤੇ ਸਿਆਲਕੋਟ ਤੋਂ ਘੋੜੀ ਲਿਆਂਦੀ ਸੀ ਪਾਕਿਸਤਾਨ ਤੋਂ ਹੈ ਬਹੁਤ ਸੋਹਣੀ ਘੋੜੀ ਸੀ ਤੇ ਮੈਂ ਤੁਹਾਡੇ ਸਾਰੀਆਂ ਖਬਰਾਂ ਸਾਰੀਆਂ ਸੁਣਦੀ ਆ ਬੇਟਾ ਜੀ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਓਕੇ ਬਾਏ ਥੈਂਕ ਯੂ ਬੇਟਾ ਜੀ ਸਿਆਲਕੋਟ ਹੀ ਹੈ ਜੀ ਸਤਨਾਮ ਸਿੰਘ ਹੁਣੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਤਿ ਸ੍ਰੀ ਅਕਾਲ ਔਰ ਵੈਲਕਮ ਟੂ ਦੀ ਸ਼ੋ ਬੈਕ ਸੀ ਜੀ ਤੋਂ ਆ ਸਾਡਾ ਪਿੰਡ ਹੈਗਾ ਉੱਥੇ ਇੰਡੀਆ 'ਚ ਅਸੀਂ ਕਈ ਵਾਰ ਗਏ ਜਦ ਤੁਹਾਡਾ ਗੱਲ ਕੀਤੀ ਤੁਸੀਂ ਰੇਡੀਓ 'ਤੇ ਕਰ ਰਹੇ ਹਾਂ ਮੈਂ ਉਹੀ ਮਿਸ ਕਰਦਾ ਕਿ ਹੁਣ ਅਸੀਂ ਇੰਡੀਆ ਜਾ ਨਹੀਂ ਸਕਦੇ ਤੁਹਾਨੂੰ ਮਿਲ ਨਹੀਂ ਸਕਦੇ ਬਹੁਤ ਦਿਲ ਉਦਾਸ ਹੁੰਦਾ ਤੁਹਾਡੀ ਗੱਲ ਬਹੁਤ ਚੰਗੀ ਲੱਗਦੀ ਸਾਨੂੰ ਬਹੁਤ ਚੰਗਾ ਲੱਗਦਾ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਤੁਹਾਡਾ ਬਹੁਤ ਅਸੀਂ ਉਸਦਾ ਬੈਕ ਪੀਜੀ ਤੋਂ ਆ ਸਾਡਾ ਬੋਨ ਪੀਜੀ ਕੇ ਹੋਇਆ ਅਸੀਂ ਇੰਡੀਆ ਸਾਡਾ ਬਹੁਤ ਪ੍ਰੇਮ ਆ ਆਪਣੇ ਪਿੰਡ ਨਾਲ ਸਾਰਿਆਂ ਨਾਲ ਅਸੀਂ ਗਏ ਇੱਕ ਦੋ ਵਾਰ ਗਏ ਇੰਡੀਆ ਘੁੰਮ ਕੇ ਆਏ ਸਾਰੇ ਸਾਡਾ ਪਿੰਡ ਹੈਗਾ ਉੱਥੇ ਆਪਣੇ ਸਾਰੀ ਹੈਗੇ ਨਜ਼ਾਰੇ ਵੀ ਕਰਾਈਏ
ठीक हो गया। थैंक यू सतनाम जी, बहुत धन्यवाद तुहाडा जी। अगे सतविंदर सिंह हुण साडे नाल मौजूद ने जी। सतविंदर जी, जी आयां नूं प्रोग्राम च, वेलकम, सत श्री अकाल। सत श्री अकाल जनाब, सत श्री अकाल, की हाल चाल है? बहुत वधिया जी। मैं कहा तुहानूं पहलां दा मुबारकां जी, 10 साल पूरे करते फिर। थैंक यू, थैंक यू सर, थैंक यू। ते बाकी असीं तां ट्रक ते ट्रक जदों चलाईदा ते मैं तां जदों तुहाडा प्रोग्राम सुणदा ना तां नजारा वध जांदा सब तो बहुता असि ट्रकां च सुने जाने, उस तरह पाकिस्तान ट्रकां दा रतावला सुनिया जांदा। झोल नहीं मारदा कभी लफ्ज घूमदे नहीं सजे खबे नहीं होंदे बिलकुल टिकाने ते तीर लाउणे तुसी। सतविंदर जी के तुसी आए और सांझ पाई, आने वाले दिनों भी रबते जे हम असि दबा तब प्रवीन अगले जे साडे कॉलर ने उन्हां नाल चलने आ। चरणजीत कौर जी साडे नाल जुड़ चुकी हैं जी। चरणजीत जी, जी आयां नूं कहिंदे आ सत श्री अकाल। हां जी सत श्री अकाल वीर जी, मल्ली ते रमणीक कौर भैन जी। प्रवीन कौर। हां जी प्रवीन कौर, नो रमणीक कौर। बड़ी मेहरबानी चाहे रब तुम चढ़ती कला च रखे, सेहत तंदुरुस्ती सुख चैन जरा दबे। बहुत शुक्रिया कि तुम याद किया, बहुत चंगा लगा जी। अगे चलिए रघबीर सिंह हुणे वी साडे नाल जुड़ चुके ने जी। रघबीर जी, जी आयां नूं कहिंदे आ सत श्री अकाल। कहिंदे हां जी सत श्री अकाल जी, थोनूं 10 सालां दीआं बहुत बहुत वधाईआं। ओह थैंक यू सो मच, थैंक यू सो मच। की हाल चाल आ, तगड़े हो, राजी हो? हां जी बहुत वधिया। जिन्ने थोड़ी आवाज प्यारी लगदी आ उन्ने अज फेसबुक ते देखण नूं वी बहुत प्यारे लगदे हो। थैंक यू सो मच, थैंक यू सो मच। ये ताड़ा लाड़ है, ताड़ा प्यार है, ताड़ी वड़ियाई है कि तुसी इन्नी मुहब्बत देंदे जे। मैं समझना कि मेरे जिहदे आ जिहड़ी मैं फोटो वेखणी एडी खूबी कोई नहीं है, जिहड़े सामने चार राड लगे ने ना इन्हां ने कोई कमाल वहा लिया जे। हां जी प्रवीण नूं भी बोलण दिया करो। बोलो जी बोलो, ओही तो बोलदी है, इक प्रोग्राम च मैं बोलणा हुंदा, बाकी ते ओही बोलदी आ, नहीं गवांढी सुणदे। हां जी ते बाकी करतारपुर साहब दा ना कदे कदे फेसबुक ते दिखा दिया करो, इन्ने ना दर्शन हो जांदे आ। अब्बा जी इस साल सरकार जे इजाजत दिती कवरेज दी गुरपुरब दी ते नवंबर महीने 28-29-30 है जिहड़ा ये मिथिया गया, कोशिश करांगे कि एक दिन होर आ जिहड़ा उह करके करतारपुर साहब तो भी अपने सुनने वाले ने जिहड़े उन्हां नूं कवरेज जिहड़ी उह भेजा। ये मेरी बहुत रीझ है, पिछले साल रश सीगा, इनविटेशन है सी, इस साल रश ते शायद ना होवे एडा, पर कवरेज वालों मैनूं हजे तक ये नहीं समझ आ रही कि पाकिस्तानी सरकार कवरेज की इजाजत देंदी दित्ती ते डेफिनेटली तुहानूं एर की करतारपुर साहब दे दर्शन ने जिहड़े उह करवावांगे। मैं बहुत चंगा गल करना चाहता है, मेरे ना बच्चे
ਕਰਤਾਰਪੁਰ ਸਾਹਿਬ ਉਹਨਾਂ ਨੇ ਇੰਨੀ ਸੇਵਾ ਕੀਤੀ ਉਹਨਾਂ ਦਾ ਇੰਨਾ ਮਾਣ ਦੇ ਨਹੀਂ ਸਕਦੇ। ਵਾਹ ਵਾਹ ਵਾਹ। ਇਹ ਤਾਂ ਜੀ ਪਾਕਿਸਤਾਨ ਚ ਪੱਗ ਦੇ ਨਾਲ ਪਿਆਰ ਨਾਲ ਅਸੀਂ ਇਹ ਕਹਿੰਦੇ ਇਸ਼ਕ ਆ, ਪੱਗ ਦੇ ਨਾਲ ਇਸ਼ਕ ਆ ਇੱਥੇ। ਔਰ ਉਹਦੇ ਚ ਕੋਈ ਧਰਮ ਜਿਹੜਾ ਉਹ ਵਿੱਚ ਨਹੀਂ ਹੈ, ਇਹ ਐ ਪੱਧਰ ਆ ਜਿਹਦੇ ਚ ਕੋਈ ਸਪੀਡ ਬ੍ਰੇਕਰ ਨਹੀਂ ਹੈ। ਤੁਸੀਂ ਆਓਗੇ ਤੇ ਇਹ ਮੁਹੱਬਤ ਤੁਸੀਂ ਆਪ ਵੀ ਮਹਿਸੂਸ ਕਰੋਗੇ, ਬਿਸ਼ਕ ਕਿਸੇ ਬਾਜ਼ਾਰ ਚ ਨਿਕਲ ਜਾਓ, ਕਿਸੇ ਸੜਕ ਤੇ ਨਿਕਲ ਜਾਓ, ਅਸੀਂ ਆਵਾਂਗੇ ਤੁਹਾਨੂੰ ਮਿਲ ਕੇ ਆਵਾਂ ਜਰੂਰ। ਅਸੀਂ ਉਡੀਕਣ ਹਾਰ ਰਾਂਗੇ, ਅਸੀਂ ਉਡੀਕਣ ਹਾਰ ਰਾਂਗੇ ਰਾਬਤੇ ਚ ਰਿਹਾ ਜੇ ਜਦੋਂ ਆਉਣਾ। ਸਾਡੇ ਸੇਵਾਦਾਰ ਸੀਗੇ ਉਹ ਸਾਡੇ ਬੱਚਿਆਂ ਨੂੰ ਇਹ ਓਨਲੇ ਕੋਲ ਛੱਡ ਕੇ ਵੀਲ ਚੇਅਰ ਦੇ ਉੱਤੇ ਉੱਥੇ ਚੜਾ ਗਏ, ਅਰਦਾਸ ਕਰਕੇ ਗਏ ਕਿ ਤੁਸੀਂ ਮੁੜ ਕੇ ਆਓਗੇ, ਤੁਰ ਕੇ ਆਓ। ਕਿਆ ਬਾਤ ਹੈ, ਕਿਆ ਬਾਤ ਹੈ। ਥੈਂਕ ਯੂ ਸੋ ਮਚ, ਕੈਨੇਡਾ ਤੋਂ ਇੱਕ ਕਾਲ ਜੁੜ ਚੁੱਕੀ ਹੈ। ਅਗਰ ਸਾਨੂੰ ਇਜਾਜ਼ਤ ਦੋਗੇ ਤੇ ਅਸੀਂ ਵੀ ਸੁਣ ਲਈਏ ਤਾਂ ਜੇ ਸਾਰੇ ਜੀਆਂ ਦੀ ਸਾਂਝ ਪੈ ਜੇ। ਥੈਂਕ ਯੂ ਜੀ। ਰਗਬੀਰ ਸਿੰਘ ਕੈਨੇਡਾ ਤੋਂ ਸਾਡੇ ਨਾਲ ਨੇ, ਸਤਿ ਸ੍ਰੀ ਅਕਾਲ ਭਾਈ ਜੀ, ਇਹਨੂੰ ਕਹਿੰਦੇ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਰਗਬੀਰ ਸਿੰਘ ਹੋਣੇ ਕੈਨੇਡਾ ਤੋਂ ਸਨ। ਅੱਗੇ ਚੱਲਦੇ ਹਾਂ, ਅੱਗੇ ਸਾਡੇ ਨਾਲ ਸੁਖਵਿੰਦਰ ਕੌਰ ਜੀ ਜੁੜ ਚੁੱਕੀਆਂ ਨੇ। ਸੁਖਵਿੰਦਰ ਕੌਰ ਜੀ, ਜੀ ਆਇਆਂ ਨੂੰ ਕਹਿੰਦੇ ਆ, ਸਤਿ ਸ੍ਰੀ ਅਕਾਲ, ਵੈਲਕਮ ਟੂ ਦੀ ਸ਼ੋ। ਮੱਲੀ ਵੀਰ ਜੀ, ਪ੍ਰਵੀਨ ਕੌਰ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਤੁਸੀਂ ਇਹਨਾਂ ਕੀਲ ਕੇ ਰੱਖ ਦਿੰਦੇ ਆ। ਛੋਟੇ ਹੁੰਦੇ ਜੀ ਇੰਡੀਆ ਜੀ ਟੀਵੀ ਮਹਾਭਾਰਤਾਂ ਸੀਗਾ, ਉਹਦੇ ਮੂਹਰੇ ਬੜੇ ਸੋਹਣੇ ਕੰਮ ਨਿਬੜ ਕੇ ਬੈਠੇ ਸੀਗੇ। ਹੁਣ ਅਸੀਂ ਹੁਣ ਵੀ ਮੈਂ ਸੌਣ ਲੱਗੀ ਸੀਗੀ, ਮਾੜਾ ਫੇਸਬੁੱਕ ਖੋਲਿਆ, ਤੁਹਾਡਾ ਫੋਨ ਪ੍ਰੋਗਰਾਮ ਲਾਈਵ ਚੱਲਣ ਲੱਗਾ ਸੀ, ਉੱਠ ਕੇ ਬਹਿ ਗਏ। ਬਾਬੇ ਦੇ ਪ੍ਰਾਹੁਣੇ ਨੇ ਜਿਹੜੇ, ਅਸੀਂ ਸਮਝਨੇ ਸਾਡੇ ਪ੍ਰਾਹੁਣੇ, ਸਾਨੂੰ ਕੋਈ ਸੇਵਾ ਦਾ ਮੌਕਾ ਦਵੋ। ਅਸੀਂ ਵੀ ਤੁਹਾਡੇ ਇੱਥੇ ਏਅਰਪੋਰਟ ਤੇ ਉਤਰੋ, ਬੜੀ ਰੀਝ ਆ ਕੇ ਪੈਰਾਂ ਥੱਲੇ ਤਲੀਆਂ ਰੱਖ ਦਈਏ, ਤੇ ਫਿਰ ਜਦੋਂ ਤੁਸੀਂ ਉੱਥੇ ਜਾਵੋ ਫਿਰ ਅਸੀਂ ਆਈਏ, ਫਿਰ ਸਵਾਦ ਹੋਣ ਤੇ ਰੱਬੇ ਮੇਲ ਛੇਤੀ ਕਰਾ। ਹਾਂਜੀ, ਇੱਕ ਜੀ ਵੱਡੀ ਸਾਰੀ ਸਰਾਂ ਬਣਾ ਲਓ ਇੱਥੇ ਜੀ, ਹੁਣ ਤਾਂ ਅਮਰੀਕਨ ਨੇ ਤੁਰੇ ਰਿਆ ਕਰਨਾ। ਬਾਬਾ ਤੁਸੀਂ ਆਉਣ ਵਾਲੀ ਗੱਲ ਕਰੋ, ਦਿਲ ਖੁੱਲਾ ਹੋਣਾ ਚਾਹੀਦਾ, ਦਿਲ ਕੁਸ਼ਾਦਾ ਹੋਣਾ ਚਾਹੀਦਾ ਹੈ। ਸਰਾਵਾਂ ਨੂੰ ਕੀ ਕਰਨਾ ਹੈ ਜੀ, ਅਗਰ ਤੁਹਾਡਾ ਖੁੱਲਾ ਹੈ ਤੇ ਫਿਰ ਤੇ ਸਬਾ ਬਣ ਜਾਂਦੇ ਆ। ਥੈਂਕ ਯੂ ਸੁਖਵਿੰਦਰ ਜੀ, ਥੈਂਕ ਯੂ, ਬਹੁਤ ਵਧੀਆ ਲੱਗਾ ਜੀ। ਹੁਣ ਸਾਡੇ ਨਾਲ ਜਸਪਾਲ ਸਿੰਘ ਵਿਰਕ ਜੀ ਜੁੜ ਚੁੱਕੇ ਨੇ। ਹਾਏ ਮੇਰੇ ਨਾਨਕਿਓਂ ਕੋਈ ਆਇਆ ਜੀ। ਜਸਪਾਲ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ। ਜਸਪਾਲ ਸਿੰਘ ਵਿਰਕ ਸਾਹਿਬ ਸਾਨੂੰ ਸੁਣ ਰਹੇ ਨੇ, ਸਤਿ ਸ੍ਰੀ ਅਕਾਲ ਬੋਲਣਾ ਜੀ। ਜੀ ਜਸਪਾਲ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਤੁਸੀਂ ਸਾਨੂੰ ਸੁਣ ਸਕ ਰਹੇ ਜੇ? ਜਸਪਾਲ ਸਾਹਿਬ ਸਾਡੇ ਨਾਲ ਨੇ। ਚਲੋ ਜੀ, ਕਦੀ ਕਦਾਰ ਏਦਾਂ ਵੀ ਹੁੰਦਾ ਹੈ, ਬਹਰਹਾਲ ਇਹ ਇੱਕ ਚਾਹ ਹੈ, ਇੱਕ ਮੁਹੱਬਤ ਹੈ, ਇੱਕ ਪਿਆਰ ਜਿਹੜਾ ਉਹ ਆ। ਔਰ ਸੁਣਿਆ ਕਿ ਅਮਰੀਕਾ 'ਚ ਸਾਡਾ ਜਿਹੜਾ ਟੈਲੀਫੋਨ ਨੰਬਰ ਆ 4682752500 ਉਹ ਜਾਮ ਹੋ ਗਿਆ ਆ, ਇੰਨੀ ਟੈਲੀਫੋਨ ਦੀ ਜਿਹੜੀ ਟ੍ਰੈਫਿਕ ਆ ਉਹ ਹੈ ਆ। ਕਿੱਦਾਂ ਇਸ ਪਿਆਰ ਦਾ ਸ਼ੁਕਰਾਨਾ ਅਸੀਂ ਦੇ ਸਕਦੇ ਹਾਂ, ਕਿੱਦਾਂ ਅਸੀਂ ਇਹ ਮੁਹੱਬਤਾਂ ਦੇ ਸਕਦੇ ਹਾਂ, ਕਿੱਦਾਂ ਅਸੀਂ ਇਸ ਪਿਆਰ ਦਾ ਕੋਈ ਬੁਲਾਣਾ ਜਿਹੜਾ ਉਹ ਲਾ ਸਕਦੇ ਹਾਂ ਜਿਹੜਾ ਤੁਸੀਂ ਇਸ ਵੇਲੇ ਦੇ ਰਹੇ ਜੇ, ਕਿ ਟੈਲੀਫੋਨ ਲਾਈਨਾਂ ਨੇ ਜਿਹੜੀਆਂ ਤੁਸੀਂ ਜੈਮ ਕਰ ਦਿੱਤੀਆਂ। ਸਾਨੂੰ ਬਿਲਕੁਲ ਅੰਦਾਜ਼ਾ ਨਹੀਂ ਸੀਗਾ ਹੈ ਕਿ ਸਾਡੀ ਟੈਲੀਫੋਨ ਲਾਈਨ ਦੇ ਉੱਤੇ ਇੰਨਾ ਲੋਡ ਔਰ ਇੰਨਾ ਕਹਿ ਲਵੋ ਕਿ ਟ੍ਰੈਫਿਕ ਹੈ ਜਿਹੜੀ ਉਹ ਆ ਸਕਦੀ ਹੈ। ਸੋ ਇਹ ਮੁਹੱਬਤਾਂ, ਇਹ ਪਿਆਰ ਤੁਹਾਡਾ ਜਿਹੜਾ ਰੱਬ ਇਹਦੇ 'ਚ ਵਾਧਾ ਕਰੇ, ਇਹੋ ਹੀ ਸਾਡੀ ਅਸਲ ਕਮਾਈ ਹੈ, ਇਹੋ ਹੀ ਜਿਹਨੂੰ ਕਹਿੰਦੇ ਨੇ ਕਿ ਇੱਕ ਵੜਿਆਈ ਹੈ, ਇਹੀ ਸਾਡਾ ਹੌਸਲਾ ਹੈ, ਇਹੀ ਸਾਡਾ ਮਾਣ ਪ੍ਰਮਾਣ ਆ। ਔਰ ਇਹ ਸਾਰਾ ਚੜਾਵਾ ਹੈ ਪੰਜਾਬੀ ਰੇਡੀਓ USA ਦੇ ਸਿਰ, ਜਿਹਨੇ ਸਾਨੂੰ ਇਹ ਮੌਕਾ ਦਿੱਤਾ ਕਿ ਅੱਜ ਅਸੀਂ ਇੱਥੇ ਲਾਹੌਰ 'ਚ ਬੈਠ ਕੇ ਬੋਲ ਰਹੇ ਹਾਂ ਔਰ ਪੂਰੇ ਵਿਸ਼ਵ ਦੇ ਵਿੱਚੋਂ ਤੁਸੀਂ ਸਾਰੇ ਜਿਹੜੇ ਉਹ ਆਪਣੀਆਂ ਮੁਹੱਬਤਾਂ, ਆਪਣਾ ਪਿਆਰ ਜਿਹੜਾ ਉਹ ਸਾਡੇ 'ਤੇ ਨਿਛਾਵਰ ਕਰ ਰਹੇ ਜੇ। ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਔਰ ਮੈਂ ਫਿਰ ਰੱਬ ਅੱਗੇ ਇਹੋ ਹੀ ਅਰਦਾਸ ਕਰਨਾ ਹਾਂ ਕਿ ਉਹ ਇਸ ਮੁਹੱਬਤ ਨੂੰ, ਇਸ ਪਿਆਰ ਨੂੰ, ਇਸ ਜੁੜਤ ਨੂੰ, ਇਸ ਸਾਂਝ ਨੂੰ, ਇਸ ਹਮਦਰਦੀ ਨੂੰ, ਇਸ ਸ਼ੈਅ ਨੂੰ ਕਾਇਮ ਦਾਇਮ ਰੱਖੇ। ਅਤੇ ਮੈਂ ਆਪਣੇ ਸੁਣਨ ਵਾਲੇ ਨੂੰ ਇੱਕ ਵਾਰ ਫਿਰ ਦੱਸ ਦੇਵਾਂ ਕਿ ਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਲਾਈਵ ਟੈਲੀਫੋਨ ਰਾਹੀਂ ਸਾਂਝ ਪਾਉਣੀ ਹੈ ਤਾਂ ਉਹ ਸਭ ਸੁਣਨ ਵਾਲੇ ਜਿਹੜੇ ਅਮਰੀਕਾ ਤੋਂ ਬਾਹਰ ਨੇ ਉਹ ਪਹਿਲਾਂ 001 ਡਾਇਲ ਕਰਨਗੇ, ਫਿਰ ਸਾਡਾ ਟੈਲੀਫੋਨ ਨੰਬਰ 4082725500 ਯਾਨੀ 4072725200 ਇਹ ਡਾਇਲ ਕਰੋ ਔਰ ਬਣ ਜਾਓ ਸਾਡੇ ਪ੍ਰੋਗਰਾਮ ਦਾ ਹਿੱਸਾ, ਜਿਹੜਾ ਇਸ ਵੇਲੇ ਤੁਹਾਡੇ ਵਾਸਤੇ ਲਾਈਵ ਪੇਸ਼ ਕੀਤਾ ਜਾ ਰਿਹਾ ਹੈ ਪਾਕਿਸਤਾਨ ਤੋਂ ਔਰ ਪੰਜਾਬੀ ਰੇਡੀਓ USA ਤੋਂ। ਨਹੀਂ ਨਹੀਂ, ਮੈਂ ਆਪਣੀ ਗੱਲ ਕੀਤੀ, ਤੁਸੀਂ ਆਪਣੀ ਕੀਤੀ ਸੀ, ਹੋ ਜਾਂਦੀ ਕਦੀ ਗੱਲਾਂ ਦੀ ਟੱਕਰ ਇੱਦਾਂ, ਤੇ ਇਹਦੇ 'ਚ ਇੱਦਾਂ ਨਾ ਕਰੋ। ਇਸ ਟਾਈਮ ਮੈਂ ਲਾਈਵ ਜਾ ਰਿਹਾ, ਤੁਹਾਡੀ ਮੈਨੂੰ ਭਾਈ ਹਰ ਕੁੜੀ ਹੈ ਜਿਹੜੀ
ਉਹ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਮੇਰੀ ਵੈਲਿਊ ਦਾ ਪਤਾ ਲੱਗ ਜਾਏਗਾ ਨਾ ਕਰੀਦਾ ਥੋੜੀ ਜੀ ਰਹਿਣ ਦੇ ਐਵੇਂ ਕਿ ਸੁਖਬੀਰ ਜੀ ਬਚਾਇਆ ਜੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਨਾਮ ਪੁੱਛਿਆ ਸੀ ਦੁਬਾਰਾ ਦੱਸਿਆ ਤੁਸੀਂ ਨਾਮ ਨਹੀਂ ਦੱਸਿਆ ਜੀ ਮੈਂ ਆ ਮਸੂਦ ਮੱਲੀ ਤੇ ਮੈਂ ਪਰਵੀਨ ਮਸੂਦ ਲੈਂਦੇ ਪੰਜਾਬ ਤੋਂ ਤੁਸੀਂ ਲਾਏ ਤੁਹਾਡਾ ਤੇ ਪ੍ਰਵੀਨ ਤੁਹਾਡੇ ਨਾਲ ਹੁੰਦੇ ਨੇ ਮੈਂ ਬਹੁਤ ਇੰਜੋਏ ਕਰਦੀ ਆ ਤੁਹਾਡਾ ਪ੍ਰੋਗਰਾਮ ਤੇ ਮੈਂ ਰਾਵੀ ਦਰਿਆ ਦੇ ਕੰਢੇ ਰਹਿਣ ਵਾਲੀ ਮੇਰੇ ਪੇਕੇ ਨੇ ਉੱਥੇ ਜਗਦੇਵ ਛੋਟੇ ਜਗਦਿਆਂ ਤੋਂ ਤੇ ਅਸੀਂ ਤੇ ਉਹ ਮੇਰੇ ਤਾਈ ਜੀ ਤਰਨਾ ਜਾਣਦੇ ਸੀ ਜਦੋਂ ਪਾਣੀ ਘੱਟ ਹੁੰਦਾ ਸੀ ਸਾਨੂੰ ਦੂਜੀ ਸਾਈਡ ਤੇ ਲੈ ਜਾਂਦੇ ਸੀ ਪਾਕਿਸਤਾਨ ਬਣਿਆ ਤੇ ਅੱਜ ਤੱਕ ਮੈਨੂੰ ਯਕੀਨ ਨੀ ਆਇਆ ਕਿ ਅਸੀਂ ਦੋ ਕੰਟਰੀਜ ਬਣ ਗਏ ਆਈ ਵਿਸ਼ ਵੀ ਵਰ ਵਨ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਨਾਲ ਗੱਲ ਕਰਕੇ ਹਾਂਜੀ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ 10 ਸਾਲ ਪੂਰੇ ਹੋਣ ਤੇ ਸੈਕੰਡਲੀ ਮੈਂ ਸੁਣ ਰਿਹਾ ਸੀ ਕੱਲਾਂ ਵੀ ਸੁਣ ਰਿਹਾ ਸੀ ਕਿੰਨੀਆਂ ਬੀਬੀਆਂ ਢੋਲੀਆਂ ਵੀ ਹੁੰਦੀਆਂ ਵਿੱਚ ਹਨਾ ਤਾਂ ਜਿਸ ਤਰ੍ਹਾਂ ਭੈਣ ਜੀ ਹਨ ਪ੍ਰਵੀਨ ਜੀ ਦੇ ਨਾਲ ਪ੍ਰਵੀਨ ਜੀ ਆਪਣਾ ਜਿਵੇਂ ਉਹ ਕਹਿੰਦੇ ਸੀ ਨਾ ਬਾਬਾ ਜੀ ਬਾਰੇ ਧੰਨ ਗੁਰੂ ਨਾਨਕ ਸਾਹਿਬ ਬਾਰੇ ਸੁਣਦੇ ਹੁੰਦੇ ਸੀ ਵੀ ਸਿੱਖਾਂ ਦੇ ਹਿੰਦੂਆਂ ਲਈ ਗੁਰੂ ਅਤੇ ਮੁਸਲਮਾਨਾਂ ਦੇ ਪੀਰ ਤੇ ਉਸ ਤਰ੍ਹਾਂ ਹੁਣ ਪਾਕਿਸਤਾਨ ਤੁਹਾਡੇ ਜਿਹੜੇ ਨਾਂ ਸੀ ਜਾਂ ਕਹਿ ਰੱਖੇ ਸੀ ਜਿਸ ਤਰ੍ਹਾਂ ਵੀ ਬਟ ਹੁਣ ਇੱਕ ਨਾ ਜਿਵੇਂ ਇਹਨਾਂ ਨੂੰ ਭੈਣ ਜੀ ਹੁਣ ਪ੍ਰਵੀਨ ਕੌਰ ਲਾਦਾ ਤੁਹਾਨੂੰ ਹੁਣ ਮਸੂਦ ਸਿੰਘ ਨਾਲ ਅਸੀਂ ਮਤਲਬ ਯਾਦ ਕਰ ਰਹੇ ਹਾਂ ਇੱਧਰੋਂ ਮੁਸਲਮਾਨਾਂ ਦਾ ਫਿਰਕਾ ਬਰੇਲਵੀ ਹੈ ਜਿਹੜਾ ਸੁਨੀਆਂ ਦਾ ਉਹ ਇੱਕ ਸੂਫੀ ਦਰਵੇਸ਼ ਮੰਦ ਹੈ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ ਬਹੁਤ ਧੰਨਵਾਦ ਤੁਹਾਡਾ ਜੀ ਅੱਗੇ ਤੇ ਲਾਈਨਾਂ ਲੱਗ ਗਈਆਂ ਨੇ ਜੀ ਅੱਗੇ ਵੇਖਨੇ ਸੁਣਿਆ ਗਿੱਲ ਸਾਹਿਬ ਵੀ ਸਾਡੇ ਨਾਲ ਨੇ ਜੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਹੈਲੋ ਅਸੀਂ ਲੈਂਦੇ ਪੰਜਾਬ ਤੋਂ ਬੋਲ ਰਹੇ ਹਾਂ ਗੱਲ ਕਰ ਲਓ ਹੈ ਪਤਾ ਕੋਈ ਨਹੀਂ ਲੱਗਣਾ ਸਤਿ ਸ੍ਰੀ ਅਕਾਲ ਜੀ ਵੈਲਕਮ ਸਾਡਾ ਟਾਈਮ ਤਾਂ ਹੋ ਚੁੱਕਿਆ ਤਾਰਾਂ ਨਾ ਕੱਟੀਆਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੈਲਕਮ ਵੈਲਕਮ ਸਾਡੇ ਨਾਲ ਕੌਣ ਨੇ ਇਸ ਵੇਲੇ ਕੌਣ ਬੋਲ ਰਹੇ ਨੇ ਹੈਪੀ ਗਿੱਲ ਬੋਲਦਾ ਜੀ ਸਨ ਜਿਤੋਂ ਜੀ ਆਇਆਂ ਨੂੰ ਕਹਿੰਦੇ ਜੀ ਵਾਲੇਕਮ ਅਸਲਾਮ ਐਂਡ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਹੈਪੀ ਗਿੱਲ ਜੀ ਤੁਹਾਡੇ ਹੋ ਬਹੁਤ ਵਧੀਆ ਜੀ ਤੁਹਾਡਾ ਪ੍ਰੋਗਰਾਮ ਸੁਣਦੇ ਆ ਮੈਂ ਤੇ ਮੇਰੇ ਵਾਈਫ ਜਦੋਂ ਅਸੀਂ ਵੀਕਐਂਡ ਤੇ ਵਾਕ ਕਰਦੇ ਆ ਨਾ ਜਦੋਂ ਅਸੀਂ ਤੁਹਾਡਾ ਪ੍ਰੋਗਰਾਮ ਸੁਣਨਾ ਮੇਰੀ ਵਾਈਫ ਕਹਿੰਦੀ ਇਹ ਆਪਣੇ ਵਾਂਗੂ ਕੁੱਕੜਾਂ ਵਾਂਗੂ ਲੜਦੇ ਆ ਦੋਵੇਂ ਵੀ ਉਹ ਤਾਂ ਫਿਰ ਇੱਕ ਦੂਜੇ ਦੇ ਨਾਲ ਕਿਤੇ ਕੋਈ ਜਿਹਨੂੰ ਕਹਿੰਦੇ ਨੇ ਕਿ ਰਿਆਇਤ ਕਰ ਲੈਂਦੇ ਆ ਸਾੜੀਆਂ ਦੇ ਜਿਹਨੂੰ ਕਹਿੰਦੇ ਨੇ ਚੁੰਝਾਂ ਟੁੱਟ ਗਈਆਂ ਹੁਣ ਮੈਂ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਹਿੰਦੇ ਫੋਨ ਕਰੋ ਆਪਣੇ ਲੜਦੇ ਆ ਦੋਵੇਂ ਆਪਣੀ ਕਹਾਣੀ ਦੱਸੀ ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਰਹਿੰਦੇ ਆ ਤੇ ਏਦਾਂ ਹੀ ਜਾਂਦੇ ਬਹੁਤ ਹੀ ਸੋਹਣਾ ਲੱਗਦਾ ਪ੍ਰੋਗਰਾਮ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ ਬਲਬੀਰ ਕੌਰ ਜੀ ਜੁੜ ਚੁੱਕੀਆਂ ਨੇ ਸਾਡੇ ਨਾਲ ਇਸ ਵੇਲੇ ਟੈਲੀਫੋਨ ਤੇ ਬਲਬੀਰ ਜੀ ਜੈਨ ਕਹਿੰਦੇ ਆ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਤਿ ਸ੍ਰੀ ਅਕਾਲ ਪ੍ਰਵੀਨ ਭੈਣ ਜੀ ਬਹੁਤ ਸਤਿ ਸ੍ਰੀ ਅਕਾਲ ਹਾਂ ਵੀਰ ਜੀ ਤੁਹਾਡਾ ਗੋਤ ਮੱਲੀ ਆ ਜੀ ਬਿਲਕੁਲ ਗੋਤ ਮੱਲੀ ਜੱਟਾਂ ਚੋਂ ਜੀ ਮੇਰਾ ਵੀ ਮੱਲੀ ਗੋਤ ਆ ਪੁੱਤ ਹਾਂਜੀ ਹਾਂਜੀ ਅੱਛਾ ਵੀਰ ਜੀ ਬਹੁਤ ਸੋਹਣਾ ਪ੍ਰੋਗਰਾਮ ਜਦੋਂ ਤੁਸੀਂ ਗੱਲ ਕਰਦੇ ਨਾ
ਪਰਵੀਨ ਭੈਣ ਤੇ ਜਰੂਰ ਕੁਲਫੀ ਲੱਗਦੀ ਆ ਇਹਨੂੰ ਸਮਝਾਓ ਜੀ ਕੋ ਹੱਥ ਹੌਲਾ ਰੱਖੇ ਹਾਂ ਬਹੁਤ ਆਸਾਨ ਆ ਤੁਹਾਡੀਆਂ ਗੱਲਾਂ ਸੁਣ ਕੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਤਿ ਸ਼੍ਰੀ ਅਕਾਲ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਥੈਂਕ ਯੂ ਔਰ ਜੀ ਇਸ ਵੇਲੇ ਸਾਡੇ ਨਾਲ ਡਾਕਟਰ ਹਰਬੰਸ ਸਿੰਘ ਜੁੜ ਚੁੱਕੇ ਨੇ ਡਾਕਟਰ ਸਾਹਿਬ ਜੀ ਆਇਆਂ ਨੂੰ ਥੈਂਕ ਯੂ ਸੋ ਮਚ ਔਰ ਸਤਿ ਸ਼੍ਰੀ ਅਕਾਲ ਔਰ ਜੀ ਆਇਆਂ ਨੂੰ ਜਨਾਬ ਜਨਾਬ ਮਸੂਦ ਮੱਲੀ ਜੀ ਔਰ ਸਹਿਬਾ ਆਪਣੇ ਪ੍ਰਵੀਨ ਸਹਿਬਾ ਜੀ ਸਤਿ ਸ਼੍ਰੀ ਅਕਾਲ ਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਵੈਲਕਮ ਜੀ ਵਾਲੇਕਮ ਅਸਲਾਮ ਕੀ ਹਾਲ ਚਾਲ ਹੈ ਮਸੂਦ ਜੀ ਤੁਸੀਂ ਬਹੁਤ ਵਧੀਆ ਮਤਲਬ ਜਿਹੜੇ 10 ਸਾਲਾ ਜਸ਼ਨ ਮਨਾਇਆ ਨਾ ਪ੍ਰੋਗਰਾਮ ਦੇ ਜਿੰਨੇ ਵੀ ਤੁਸੀਂ ਮਤਲਬ ਪ੍ਰੋਗਰਾਮ ਕੀਤੇ ਆ ਜਿਹੜੇ ਇਹਦੇ ਐਂਕਰ ਲਿਆਂਦੇ ਆ ਇਹਦੇ ਮਤਲਬ ਪੁਰਾਣੇ ਐਂਕਰ ਲਿਆਂਦੇ ਆ ਤੇ ਦੂਸਰੀ ਇਹਦੀ ਵਾਹ ਵਾਹ ਕਰਵਾਈ ਹੈ ਮੈਨੂੰ ਮਤਲਬ ਫੇਰ ਦੁਬਾਰਾ ਮੈਂ ਇਹਨੂੰ ਰਿਪੀਟ ਕਰਦਾ ਵੀ ਤੁਸੀਂ ਮੈਨੂੰ ਚੌਧਰੀ ਨਿਜ਼ਾਮ ਦੀ ਨਹੀਂ ਲੱਗਦੇ ਪਏ ਹੋ ਬਿਲਕੁਲ ਬਿਲਕੁਲ ਤੇ ਬੀਬਾ ਪ੍ਰਵੀਨ ਸਾਹਿਬਾ ਵੀ ਮਤਲਬ ਤੁਹਾਡੇ ਨਾਲ ਇੰਨੀ ਮਤਲਬ ਬਹੁਤ ਵਧੀਆ ਮਤਲਬ ਅਦਬੀ ਤੌਰ ਤੇ ਦੂਜਰੀ ਜ਼ਬਾਨ ਦੇ ਤੌਰ ਤੇ ਤੁਸੀਂ ਮਤਲਬ ਇੰਨੇ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਬਾਕੀ ਜਿਹੜੀਆਂ ਤਸਵੀਰ ਦਿੰਦੇ ਹੋ ਕੋਈ ਉਦਾਹਰਨਾਂ ਦਿੰਦੇ ਹੋ ਜਿੱਦਾਂ ਤੁਸੀਂ ਮਤਲਬ ਉਹ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਮੇਰੇ ਦਿਲ 'ਚ ਵਸਣਾ ਮੇਰੇ ਦਿਲ 'ਚ ਹੀ ਹੈ ਮਤਲਬ ਉਹ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਕਿ ਉਹ ਇਹੋ ਜਿਹੇ ਹਿਸਾਬ ਨਾਲ ਦਿੰਦੇ ਹੋ ਵੀ ਬੰਦੇ ਦਾ ਦਿਲ ਇੰਨਾ ਖੁਸ਼ ਹੁੰਦਾ ਵੀ ਇੰਨਾ ਖੁਸ਼ ਹੁੰਦਾ ਹੱਦੋਂ ਵੱਧ ਤੇ ਬਾਕੀ ਹਰਬੰਸ ਜੀ ਗੱਲ ਇਹ ਹੈ ਕਿ ਦਿਲ ਦੀ ਗੱਲ ਦਿਲ ਦੇ ਨਾਲ ਕਰੀਏ ਤੇ ਤਾਂ ਹੀ ਕੰਨਾ ਥਾਣੀ ਦਿਲ ਤੱਕ ਉਤਰਦੀ ਏ ਇਹ ਰੇਡੀਓ ਦਾ ਫਾਰਮੂਲਾ ਹੈ ਜਿਹੜੀ ਗੱਲ ਦਿਲੋਂ ਨਾ ਕੀਤੀ ਜਾਏ ਸਿਰਫ ਜ਼ੁਬਾਨੋਂ ਕੀਤੀ ਜਾਏ ਉਹ ਦਿਲ ਤੱਕ ਨਹੀਂ ਜਾਂਦੀ ਦਿਲੋਂ ਕੀਤੀ ਦਿਲ ਤੱਕ ਜਾਂਦੀ ਬਿਲਕੁਲ 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 ਬਾਕੀ ਮਤਲਬ ਮੈਂ ਪਰਮਾਤਮਾ ਅੱਗੇ ਮਤਲਬ ਇੰਨੀ ਦੁਆ ਕਰਦਾ ਸੋਰੀ ਇੰਨੀ ਬੇਨਤੀ ਕਰਦਾ ਇੰਨੀ ਅਰਦਾਸ ਕਰਦਾ ਵੀ ਪ੍ਰਵੀਨ ਸਾਹਿਬਾ ਤੇ ਤੁਹਾਡੀ ਮਤਲਬ ਮਸੂਦ ਮੱਲੀ ਜੀ ਦੀ ਮਤਲਬ ਜੋੜੀ ਮਤਲਬ ਜੁਗ ਜੁਗ ਜੀਵੇ ਤੇ ਸਦਾ ਸਿਹਤ ਜਾਵ ਰਵੇ ਤੁਹਾਡੇ ਬੱਚਿਆਂ ਵਾਸਤੇ ਪਿਆਰ ਸਤਿਕਾਰ ਭੇਜਦਾ ਵਾਂ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਕਿ ਤੁਸੀਂ ਆਏ ਬਹੁਤ ਸਾਰੇ ਜੀ ਹੋਰ ਜੋੜ ਚੁੱਕੇ ਆ ਦੁਆ ਕਰਨਾ ਕਿ ਫਿਰ ਕਿਤੇ ਇਸੇ ਤਰ੍ਹਾਂ ਕੋਈ ਸਬਬ ਬਣੇ ਤੇ ਫਿਰ ਆਪਾਂ ਲੰਬੀ ਗੱਲ ਕਰੀਏ ਥੈਂਕ ਯੂ ਸੋ ਮਚ ਰਾੜ ਹੋਣੇ ਇਸ ਵੇਲੇ ਸਾਡੇ ਨਾਲ ਜਸਬੀਰ ਸਿੰਘ ਸਿੱਧੂ ਹੋਣੇ ਜੁੜ ਚੁੱਕੇ ਨੇ ਜਸਬੀਰ ਜੀ ਜੀ ਆਇਆਂ ਨੂੰ ਕਹਿੰਦੇ ਆ ਸਤਿ ਸ੍ਰੀ ਅਕਾਲ ਵੈਲਕਮ ਟੂ ਦੀ ਸ਼ੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਬਹੁਤ ਤਕੜਾ ਹਾਂਜੀ ਬਹੁਤ ਤਕੜਾ ਫੈਨ ਆ ਤੁਹਾਡੇ ਜਦੋਂ ਮੈਂ ਗੱਲਾਂ ਬਾਤਾਂ ਸੁਣਦਾ ਨਾ ਬੜਾ ਮਜ਼ਾ ਇੰਜੋਏ ਕਰਦਾ ਤੇ ਪ੍ਰਮਾਤਮਾ ਕਿਰਪਾ ਬਣਾਈ ਰੱਖੇ ਆਪ ਜੀ ਦੇ ਤੇ ਦੋਨਾਂ ਦੇ ਤੇ ਬਹੁਤ ਹੀ ਤੁਸੀਂ ਵਧੀਆ ਪ੍ਰੋਗਰਾਮ ਦੇ ਰਹੇ ਹੋ ਤੇ ਤੁਸੀਂ ਤੁਹਾਨੂੰ 10 ਸਾਲ ਤੁਹਾਡੇ ਪੂਰੇ ਹੋ ਗਏ ਤੇ ਤੁਹਾਨੂੰ ਬਹੁਤ ਸਾਰੀ ਵਧਾਈ ਦਿੰਦਾ ਜੀ ਮੈਂ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਕਿ ਤੁਸੀਂ ਆਏ ਇੰਨੀ ਮੁਹੱਬਤ ਇੰਨਾ ਪਿਆਰ ਆ ਜਿਹੜਾ ਉਹ ਸਾਡੇ ਨਾਲ ਸਾਂਝਾ ਕੀਤਾ ਥੈਂਕ ਯੂ ਜਸਬੀਰ ਸਿੰਘ ਸਿੱਧੂ ਜੀ ਥੈਂਕ ਯੂ ਸਿੱਧੂ ਸਾਹਿਬ ਆਏ ਤੇ ਮੈਨੂੰ ਸਿੱਧੂ ਹੋਣਾ ਦੀ ਉਹ ਜੱਫੀ ਯਾਦ ਆ ਗਈ ਜਿਹੜੀ ਪਈ ਤੇ ਸਾਡੇ ਆਰਮੀ ਚੀਫ ਨਾਲ ਸੀਗੀ ਪਰ ਰੋਲੇ ਪਰਲੇ ਫਸੇ ਪੈ ਗਏ ਪਰ ਉਸ ਜੱਫੀ ਨੇ ਵੇਖੋ ਕਿ ਕਰਤਾਰਪੁਰ ਲਾਂਘਾ ਜਿਹੜਾ ਉਹ ਖੋਲ ਦਿੱਤਾ ਔਰ ਉਹ ਕੰਮ ਜਿਹੜਾ ਪਾਕਿਸਤਾਨ ਔਰ ਭਾਰਤ ਦੀ ਹਿਸਟਰੀ ਦੇ ਵਿੱਚ ਪ੍ਰਵੀਨ ਨਹੀਂ ਸੀਗਾ ਹੋਇਆ ਉਹ ਹੁਣ ਹੋਇਆ ਹੁਣ ਤੇ ਖੁੱਲੇ ਦਰਸ਼ਨ ਦੀਦਾਰੇ ਨੇ ਜਿਹੜੇ ਉਹ ਉਸਰਾ ਥਾਣੀ ਹੋ ਗਏ ਕੋਈ ਰੋਕ ਟੋਕ ਨਹੀਂ ਹੈ ਪਾਕਿਸਤਾਨ ਨੇ ਇਹ ਵੀ ਕਿਹਾ ਕਿ ਵੀਜ਼ੇ ਦੀ ਲੋੜ ਨਹੀਂ ਹੈ ਬਾਕੀ ਹੁਣ ਮਾਮਲੇ ਸਿਆਸਤਾਂ ਦੇ ਨੇ ਜਿਹੜੇ ਉਹਨਾਂ ਦੇ ਕੀ ਤਬਸਰਾ ਕਰ ਸਕਦੇ ਨੇ ਸੋ ਅੱਜ ਵਿਚਾਰ ਵਟਾਂਦਰਾ ਕਰਦੇ ਹੋਏ ਇੱਕ ਇਤਲਾਹ ਆਪਣੇ ਸੁਣਨ ਵਾਲਿਆਂ ਨੂੰ ਜ਼ਰੂਰ ਦੇਣੀ ਹੈ ਕਿ ਇਸ ਵਰੇ ਗੁਰਪੁਰਬ ਦੀਆਂ ਭਰਵੀਆਂ ਰੌਣਕਾਂ ਬਾਬਾ ਨਾਨਕ ਜੀ ਦੀਆਂ ਨੇ ਜਿਹੜੀਆਂ ਉਹ 28, 29, ਔਰ 30 ਨਵੰਬਰ 2020 ਨੂੰ ਹੋਣਗੀਆਂ ਗੁਰਪੁਰਬ ਆ ਜਿਹੜਾ ਜਾਂ ਕਹਿ ਲਵੋ ਕਿ ਭੋਗ 30 ਨਵੰਬਰ ਦੀ ਰਾਤ ਨੂੰ ਪਏਗਾ ਪਾਕਿਸਤਾਨ 'ਚ ਇਹ ਹੋਏਗਾ ਔਰ ਇਹਦੇ ਬਾਰੇ ਅਸੀਂ ਜਾਣੂ ਕਰਾਤਾ ਹੈ ਹੁਣੇ ਅਸੀਂ ਸਰਕਾਰ ਦੇ ਨਾਲ ਰਾਬਤੇ 'ਚ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਕਵਰੇਜ ਦੀ ਇਜਾਜ਼ਤ ਲੱਭ ਜਾਏ ਕਿਉਂਕਿ ਕੋਵਿਡ-19 ਕੋਲੋਂ ਹਜੇ ਤੱਕ ਕੋਈ ਸੀਨ ਕਲੀਅਰ ਨਹੀਂ ਹੋ ਰਿਹਾ ਇਹ ਜੀ ਪੌਲ ਭਾਟੀਆ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਭਾਟੀਆ ਸਾਹਿਬ ਜੀ ਆਇਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੱਲੀ ਸਾਹਿਬ ਮੈਂ ਹਰ ਸਾਲ 2-3 ਵਾਰੀ ਪਾਕਿਸਤਾਨ ਆਉਂਦਾ ਵਾਂ ਤੁਹਾਡੇ ਨਾਲ ਮੁਲਾਕਾਤ ਨਹੀਂ ਹੋਈ ਤੇ ਹਰਜੋਤ ਤੇ ਬਲਵਿੰਦਰ ਰਾਵ ਨਾਲ ਹਮੇਸ਼ਾ ਮੈਂ ਕਹਿੰਦਾ ਮਿਲ ਕੇ ਆਵਾਂਗਾ ਲੇਕਿਨ ਇਸ ਵਾਰੀ ਮੈਂ ਤੁਹਾਨੂੰ ਪ੍ਰੋਮਿਸ ਕਰ ਰਿਹਾ ਇਸ ਤੇ ਵਧਾਈ ਦਿੰਦਾ ਤੁਹਾਨੂੰ 10 ਸਾਲਾਂ ਦੀ ਮੈਂ ਤੁਹਾਨੂੰ ਐਵੇਂ ਨਿਰਾ ਖਰਾ ਨਹੀਂ ਜਾਣ ਦੇਣਾ ਮੈਂ ਤੁਹਾਡੇ ਕੋਲੋਂ ਹੈਲਪ ਲੈਣੀ ਹੈ ਮੈਂ ਹੁੰਸਾ ਵੈਲੀ ਤੇ ਸਕਾਰਡੂ ਜਾਣਾ ਹੈ ਉਹਦਾ ਇੰਤਜ਼ਾਮ ਕਰ ਦੇਣਾ ਮੇਰੇ ਲਈ ਦੁਬਾਰਾ ਦੱਸਣਾ ਕੀ ਕਰਨਾ ਹੁੰਸਾ ਵੈਲੀ ਤੇ ਸਕਾਰਡੂ ਅਫਗਾਨਿਸਤਾਨ ਬਾਰਡਰ ਔਰ ਲੱਦਾਖ ਏਰੀਏ ਦੇ ਨਾਲ ਜੁੜਦੇ ਆ ਬਹਰਾਲ ਤੁਸੀਂ ਮੇਰਾ ਵਟਸਐਪ ਨੰਬਰ ਲੈ ਲਵੋ
ਔਰ ਉਹ ਜੋੜ ਦਵੋ ਮੈਂ ਇੱਥੇ ਸਾਡੀ ਜਿਹੜੀ ਮਿਨਿਸਟਰੀ ਆਫ ਇੰਟੀਰੀਅਰ ਮਿਨਿਸਟਰੀ ਹੈ ਉਹਦੇ ਨਾਲ ਸੰਪਰਕ ਕਰ ਲਾਂਗਾ ਉਹ ਕੀ ਕਹਿੰਦੇ ਨੇ ਫਿਰ ਉਹਦੇ ਮੁਤਾਬਕ ਮੈਂ ਤੁਹਾਨੂੰ ਗਾਈਡ ਕਰ ਦਾਂਗਾ ਨਹੀਂ ਮੱਲੀ ਸਾਹਿਬ ਮੈਂ ਤੁਹਾਨੂੰ ਦੱਸਾਂ ਮੇਰੇ ਕੋਲ ਸਾਰੇ ਪਾਕਿਸਤਾਨ ਦਾ ਵੀਜ਼ਾ ਹੈ ਜੀ ਵੀਜ਼ਾ ਤਾਂ ਹੈ ਮੈਂ ਅਰਜ਼ ਕਰਨਾ ਹੈ ਕਿ ਵੀਜ਼ਾ ਪੂਰੇ ਪਾਕਿਸਤਾਨ ਦਾ ਹੋਏਗਾ ਪਰ ਕੁਛ ਐਸੇ ਏਰੀਆਜ਼ ਨੇ ਜਿੱਥੇ ਹਜੇ ਵੀ ਕੁਛ ਲਹਿਰ ਅਜੀਬ ਤਰ੍ਹਾਂ ਦੀ ਹੈ ਜਿੱਥੇ ਖਤਰਾ ਹੁੰਦਾ ਕੁਛ ਕੱਟੜਪੁਣੇ ਦਾ ਕੋਈ ਇਹੋ ਜਿਹਾ ਸੋ ਹੁੰਜ਼ਾ ਆ ਜਿਹੜਾ ਉਹ ਕੋਈ ਥੋੜ੍ਹਾ ਜਿਹਾ ਹਟਵਾਂ ਆ ਪਹਾੜਾਂ ਦੇ ਵਿੱਚ ਆ ਔਰ ਜਦੋਂ ਤੁਸੀਂ ਨਵੰਬਰ 'ਚ ਜਾਂ ਸਰਦੀਆਂ 'ਚ ਆਓਗੇ ਇਸ ਏਰੀਆਜ਼ ਦੇ ਵਿੱਚ ਫਲਾਈਟਾਂ ਬੰਦ ਹੋ ਜਾਂਦੀਆਂ ਬਰਫ਼ ਦੇ ਨਾਲ ਸਭ ਕੁਛ ਢੱਕਿਆ ਜਾਂਦਾ ਫਿਰ ਵੀ ਮੈਂ ਕੋਸ਼ਿਸ਼ ਕਰਕੇ ਸਾਡੀ ਮਿਨਿਸਟਰੀ ਸਾਡੇ ਜਿਹੜੇ ਮੁਤਲਕਾ ਮਹਿਕਮੇ ਨੇ ਉਹ ਕੀ ਕਹਿੰਦੇ ਨੇ ਮੈਂ ਉਸ ਬਾਰੇ ਤੁਹਾਨੂੰ ਡੈਫੀਨੇਟਲੀ ਜਾਣੂ ਕਰਾਵਾਂਗਾ ਫਿਰ ਉਹਦੇ ਮੁਤਾਬਕ ਆਪਾਂ ਪਲਾਨ ਬਣਾ ਲਾਂਗੇ ਮੈਂ ਇੱਕ ਮਿੰਟ ਵਿੱਚ ਮੁਕਾ ਦਿਆਂ ਗੱਲ ਪਲੀਜ਼ ਮੇਰੇ ਕੋਲ ਖੈਬਰ ਦਾ KBK ਦਾ ਸਪੈਸ਼ਲ ਪਰਮਿਸ਼ਨ ਹੈ ਓਕੇ ਅਸੀਂ ਚਲੇ ਜਾਾਂਗੇ ਜੀ ਬਿਲਕੁਲ ਠੀਕ ਅਰੇਂਜ ਕਰ ਦਾਂਗੇ ਅਗਰ KPK ਦਾ ਹੈ ਤੇ ਫਿਰ ਤੇ ਕੋਈ ਇਸ਼ੂ ਨਹੀਂ ਇੱਕ ਵਾਰ ਅਸੀਂ ਜਾਣਕਾਰੀ ਪ੍ਰਾਪਤ ਕਰ ਲਈਏ ਇਹਨਾਂ ਮਹਿਕਮੇ ਕੋਲੋਂ ਉਸ ਤੋਂ ਬਾਅਦ ਇਹ ਹੋ ਜਾਏਗਾ ਕੋਈ ਏਡਾ ਔਖਾ ਕੰਮ ਹੈ ਤੁਸੀਂ ਵੱਡੀ ਗੱਲ ਦੱਸ ਦਿੱਤੀ ਕੀ ਪ੍ਰੋਗਰਾਮ ਹੋ ਰਿਹਾ ਮੈਂ ਪੁੱਛਣਾ ਚਾਹੁੰਦਾ ਜੀ ਤੁਹਾਡੇ ਕੋਲ ਕੋਈ ਸਪੈਸ਼ਲ ਪ੍ਰੋਗਰਾਮ ਫੈਬਰੀ ਵਿੱਚ ਹੋ ਰਿਹਾ ਫੈਬ ਦੇ ਵਿੱਚ ਇਹਨਾਂ ਨੇ ਪਲਾਨ ਤੇ ਕੀਤਾ ਪਰ ਕੋਵਿਡ ਵੱਲੋਂ ਹਜੇ ਕੋਈ ਸਮਝ ਨਹੀਂ ਆਂਡੀ ਕੋਵਿਡ-19 ਮੁੱਕੇਗਾ ਤੇ ਫੇਰ ਹੀ ਹੈ ਅਗਰ ਉਹ ਹੋਏ ਤੇ ਆਪਣੇ ਪ੍ਰੋਗਰਾਮ ਵਿੱਚ ਵੀਕਐਂਡ ਦੇ ਪ੍ਰੋਗਰਾਮ ਵਿੱਚ ਜ਼ਰੂਰ ਉਹਦਾ ਵੇਰਵਾ ਦੇਣਾ ਜੀ ਜ਼ਰੂਰ ਦਾਂਗੇ ਥੈਂਕ ਯੂ ਸੋ ਮਚ ਪੌਲ ਪਾਟੀਆ ਸਾਹਿਬ ਕਿ ਤੁਸੀਂ ਆਏ ਹਾਂਜੀ ਹਰਜੋਤ ਖਾਲਸਾ ਜੀ ਜੀ ਸਤਿ ਸ੍ਰੀ ਅਕਾਲ ਭਾਈ ਗੋਡੇ ਹੱਥ ਲਾਉਂਦੇ ਆ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਸੂਦ ਜੀ ਸਤਿ ਸ੍ਰੀ ਅਕਾਲ ਪ੍ਰਵੀਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ 10 ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਆ ਤੇ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਪੰਜਾਬੀ ਰੇਡੀਓ USA ਜਿਹੜਾ ਸਾਡਾ ਲੋਗੋ ਇਹੀ ਸੀ ਵੀ ਜਨਾਈਟਿੰਗ ਪੰਜਾਬੀਜ਼ ਆਲ ਓਵਰ ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਆਪਾਂ ਜੋੜਨਾ ਆ ਤੇ ਮੱਲੀ ਸਾਹਿਬ ਨੇ ਜਿੰਨੇ ਪਾਕਿਸਤਾਨ ਦੇ ਪੰਜਾਬੀ ਆ ਸਾਰੇ ਜੁੜੇ ਆ ਸੋ ਆਪਣੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ 10 ਸਾਲਾਂ ਤੋਂ ਮੱਲੀ ਸਾਹਿਬ ਜਿਹੜੇ ਹੈਗੇ ਆ ਉਹ ਨਨਕਾਣਾ ਸਾਹਿਬ ਤੋਂ ਹੀ ਸਾਨੂੰ ਦਰਸ਼ਨ ਕਰਾਉਂਦੇ ਹੈਗੇ ਆ ਤੇ ਪਰ ਇਹ ਸਾਰੀ ਸੇਵਾ ਦਾ ਫਲ ਲੁੱਟ ਕੇ ਲੈ ਗਿਆ ਕਿਉਂਕਿ ਜਦੋਂ ਸਾਡੇ ਨਾਲ ਜੁੜੇ ਸੀ ਉਹਦਾ ਇਕੱਲੇ ਸੀ ਹੁਣ ਇਹ 4 ਜਣੇ ਆ ਬਿਲਕੁਲ ਇਹ ਭਾਈ ਰੱਬ ਤੁਹਾਨੂੰ ਸਲਾਮਤ ਰੱਖੇ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹ ਸ਼ਾਇਦ ਅਸੀਂ ਇੰਨੀਆਂ ਤਰੱਕੀਆਂ ਨਾ ਕਰਦੇ ਜੇ ਸਾਡੇ ਸਿਰ ਤੇ ਤੁਹਾਡਾ ਹੱਥ ਨਾ ਹੁੰਦਾ ਸਾਡੇ ਪਿੱਛੇ ਤੁਹਾਡੀ ਥੱਪਕੀ ਨਾ ਹੁੰਦੀ ਸਾਨੂੰ ਸ਼ਾਬਾਸ਼ੀ ਤੁਹਾਡੀ ਨਾ ਹੁੰਦੀ ਸਾਡੀਆਂ ਨਲਾਇਕੀਆਂ ਔਰ ਸਾਡੀਆਂ ਲਾਪਰਵਾਹੀਆਂ ਨੇ ਜਿਹੜੀਆਂ ਉਹਨਾਂ ਨੂੰ ਤੁਸੀਂ ਦਿਲੋਂ ਕਬੂਲ ਕਰਕੇ ਸਾਨੂੰ ਆਪਣੇ ਨਿੱਕੇ ਨਾ ਸਮਝਿਆ ਹੁੰਦਾ ਔਰ ਸਾਨੂੰ ਹਲਾਸ਼ੇਰੀ ਨਾ ਦਿੱਤੀ ਹੁੰਦੀ ਤੇ ਸਾਡੀਆਂ ਕਦੇ ਦੀਆਂ ਬ੍ਰੇਕਾਂ ਲੱਗੀਆਂ ਹੋਣੀਆਂ ਸੀ ਇਹ ਮੈਂ ਅੱਜ ਅਲਲ ਐਲਾਨ ਕਹਿਣ ਡਿਆ ਕਿ ਇਹ ਸਭ ਚੜਾਵੇ ਤੁਹਾਨੂੰ ਨੇ ਇਹ ਸਾਡੇ ਸਿਰ ਸਾਈਆਂ ਤੋਂ ਤੁਸੀਂ ਜੇ ਉਦੋਂ ਜਦੋਂ ਸਾਡੇ ਆਪਣੇ ਸਾਡੇ ਨਾ ਬਣੇ ਉਦੋਂ ਤੁਸੀਂ ਆਪਣੇ ਬਣ ਕੇ ਵਿਖਾਇਆ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਬਿਲਕੁਲ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਸੋ ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਤੇ 100 ਸਾਲਾਂ ਵੀ ਆਪਾਂ ਇੱਦਾਂ ਹੀ ਮਨਾਈਏ ਮਹਾਰਾਜ ਸਾਡੇ ਤੇ ਕਿਰਪਾ ਰੱਖੇ ਰੱਬ ਕਰੇ ਹਯਾਤੀਆਂ ਰਹਿਣ ਸਿਹਤ ਤੰਦਰੁਸਤੀ ਰਵੇ ਔਰ ਚੜ੍ਹਦੀ ਕਲਾ ਜੀ ਰਹੇ ਹਰਜੋਤ ਭਾਈ ਬਹੁਤ ਵਧੀਆ ਲੱਗਾ ਥੈਂਕ ਯੂ ਸੋ ਮਚ ਕਿ ਤੁਸੀਂ ਯਾਦ ਕਰ ਲਿਆ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਮੇਰੀ ਤੇ ਹੋਰ ਗੱਲ ਕਰਨ ਨੂੰ ਜੀ ਕਰਦਾ ਸੀਗਾ ਹੁਣ ਟਾਫੀ ਸਵਾਦ ਆਉਣ ਲੱਗਾ ਤੇ ਮੁੱਕ ਗਈ ਚਲੋ ਅਸੀਂ ਹਰਦੀਪ ਕੌਰ ਹੁਣਾਂ ਨਾਲ ਗੱਲ ਕਰ ਰਹੇ ਹਾਂ ਹਰਦੀਪ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਵਧਾਈਆਂ ਜੀ 10 ਸਾਲ ਦੀਆਂ ਮਸੂਦ ਮੱਲੂ ਜੀ ਥੈਂਕ ਯੂ ਬੜੀ ਮਿਹਰਬਾਨੀ ਸ਼ੁਕਰੀਆ ਬਹੁਤ ਸੋਹਣਾ ਲੱਗਦਾ ਪ੍ਰੋਗਰਾਮ ਮੈਂ ਤਾਂ ਬਹੁਤ ਫੈਨ ਆ ਤੁਹਾਡੀ ਤੇ ਮੈਨੂੰ ਪ੍ਰਵੀਨ ਤੇਰਾ ਖਾਤਾ ਬੜਾ ਵਧੀਆ ਲੱਗਦਾ ਪ੍ਰਵੀਨ ਦਾ ਹਾਸਾ ਬੜਾ ਵਧੀਆ ਲੱਗਦਾ ਮੈਨੂੰ ਆਪਣੀ ਮੁਹੱਬਤ ਆਪਣਾ ਪਿਆਰ ਜਿਹੜਾ ਸਾਡੇ ਨਾਲ ਸਾਂਝਾ ਕੀਤਾ ਪੰਜਾਬੀ ਰੇਡੀਓ USA ਤੋਂ ਇਸ ਵੇਲੇ ਤੁਸੀਂ 10 ਵਰਿਆਂ ਦਾ ਸਪੈਸ਼ਲ ਪ੍ਰੋਗਰਾਮ ਲੈਂਦੇ ਪੰਜਾਬ ਤੋਂ ਲਾਈਵ ਸੁਣ ਰਹੇ ਜੇ ਮੈਂ ਤੁਹਾਡੇ ਨਾਲ ਤੁਹਾਡਾ ਮੇਜ਼ਬਾਨ ਮਸੂਦ ਮੱਲੀ ਤੇ ਮੈਂ ਪਰਵੀਨ ਮਸੂਦ ਜੀ ਤੁਸੀਂ ਵੀ ਪ੍ਰੋਗਰਾਮ 'ਚ ਸਾਂਝ ਪਾਉਣੀ ਹੈ ਤਾਂ ਟੱਲੀਆਂ ਖੜਕਾ ਦਿਓ ਘੰਟੀਆਂ ਵਜਾ ਦਿਓ ਫਿਰਕੀਆਂ ਕਮਾ ਦਿਓ ਨੰਬਰ ਮੈਂ ਦੱਸਣਾ ਹੈ 408-272-5200 ਯਾਨੀ 408-272-5200 ਸਾਡੇ ਸਭ ਸੁਣਨ ਵਾਲੇ ਜਿਹੜੇ ਅਮਰੀਕਾ ਤੋਂ ਬਾਹਰੋਂ ਕਾਲ ਕਰਨਗੇ ਔਰ ਪ੍ਰੋਗਰਾਮ 'ਚ ਸਾਂਝ ਬਣਾਉਣਾ ਚਾਹੁੰਦੇ ਨੇ ਉਹ ਪਹਿਲਾਂ 001 ਯਾਨੀ 001 ਡਾਇਲ ਕਰਕੇ ਫਿਰ 408-272-5200 ਡਾਇਲ ਕਰਿਆ ਜੀ ਔਰ ਬਣ ਜਾਇਆ ਜੀ ਸਾਡੇ ਪ੍ਰੋਗਰਾਮ ਦਾ ਹਿੱਸਾ ਮੇਰਾ ਖਿਆਲ ਹੈ ਸਮਾਂ ਤਾਂ ਮੁੱਕ ਚੁੱਕਿਆ ਹੈ ਤੇ ਹੁਣ ਜਿਹਨੂੰ ਕਹਿੰਦੇ ਨਾ ਕਿ ਸਾਨੂੰ ਵਾਧੂ ਬੋਨਸ ਟਾਈਮ ਆ ਜਿਹੜਾ ਉਹ ਲੱਭਣ ਡਿਆ ਆ ਵੇਖੋ ਇਹ ਕਿੱਥੇ ਤੱਕ ਚੱਲਦਾ ਹੈ ਤੇ ਮੇਰਾ ਖਿਆਲ ਹੈ ਕਿ ਆਪਾਂ ਚਾਹਾਂਗੇ ਕਿ ਸਾਡੇ ਜਿਹੜੇ ਬਾਕੀ ਜੀ ਇਸ ਵੇਲੇ ਟੈਲੀਫੋਨ ਲਾਈਨ ਦੇ ਨਾਲ ਜੈਮ ਕਰ ਦਿੱਤੀ ਸੀ ਟ੍ਰੈਫਿਕ ਹੈ ਜਿਹੜੀ ਉਹ ਹੁਣ ਜੀ ਖੁੱਲ ਚੁੱਕੀ ਹੈ ਇੱਕ ਇੱਕ ਕਰਕੇ ਵਾਰੀ ਵਾਰੀ ਲੈ ਲੈ ਬਦਾਨਾ ਚੰਮਣ ਦਾ ਲੈ ਲੈ ਬਦਾਨਾ
ਚੰਮਣਾ ਇਹ ਕੰਮ ਜਿਹੜਾ ਚੱਲਦਾ ਰਹੇ ਤੇ ਅਸੀਂ ਉਡੀਕ ਦੇ ਵਿੱਚ ਰਹਾਂਗੇ। ਸੋ ਅੱਜ ਖੁਸ਼ੀਆਂ ਭਰਾ ਉਹ ਦਿਨ ਹੈ, ਏਦਾਂ ਹੀ ਲੱਗ ਰਿਹਾ ਕਿ ਜਿੱਦਾਂ ਸਾਡੀ ਈਦ ਜਿਹੀ ਹੈ। ਬਿਲਕੁਲ ਸਾਡੀ ਵਾਕਈ ਅੱਜ ਏਦਾਂ ਹੀ ਮਤਲਬ ਮਹਿਸੂਸ ਹੋਣ ਡਿਆ ਜਿੱਦਾਂ ਈਦ ਹੈ। ਪ੍ਰਵੀਨ ਦੀ ਤੇ ਤਿਆਰੀ ਵੀ ਦੱਸ ਰਹੀ ਹੈ ਕਿ ਇਹਨਾਂ ਦੀ ਈਦ ਹੈ, ਤੇ ਮੈਨੂੰ ਤੇ ਆ ਚਾਰ ਰਾਡ ਨੇ ਜਿਹੜੇ ਇੱਥੇ ਲੱਗੇ, ਉਸ ਤੋਂ ਬਾਅਦ ਵੀ ਈਦ ਦੱਸਣੀ ਪੈਣ ਡਈ ਹੈ ਕਿ ਅੱਜ ਜੀ ਈਦ ਹੈ। ਸੋ ਇਹ ਮੁਹੱਬਤਾਂ, ਇਹ ਪਿਆਰ, ਇਹ ਸਾਂਝ ਜਿਹੜਾ ਰੱਬ ਨੇ ਬਣਾਇਆ ਹੈ, ਇਹ ਇਸੇ ਤਰ੍ਹਾਂ ਆਪਣੀ ਮਿਸਾਲ ਆਪ ਰਵੇ, ਇਸੇ ਤਰ੍ਹਾਂ ਕਾਇਮ ਦਾਇਮ ਰਵੇ, ਔਰ ਇਸੇ ਤਰ੍ਹਾਂ ਇਹ ਚੜ੍ਹਦੀ ਕਲਾ ਦੇ ਵਿੱਚ ਰਵੇ, ਇਹਦੇ 'ਚ ਦਿਨ ਦੁੱਗਣਾ ਰਾਤ ਚੁਗਣਾ ਹੈ ਜਿਹੜਾ ਉਹ ਇਸ ਤਰ੍ਹਾਂ ਵਾਧਾ ਚੱਲਦਾ ਰਵੇ। ਔਰ ਇਹ ਮੁਹੱਬਤਾਂ ਨੇ ਜਿਹੜੀਆਂ, ਇਹਨਾਂ ਨੇ ਸਾਨੂੰ ਸ਼ਿੰਗਾਰ ਲਾਇਆ, ਇਹਨਾਂ ਨੇ ਸਾਨੂੰ ਕਹਿ ਲਵੋ ਕਿ ਵਾਧਾ ਦਿੱਤਾ, ਔਰ ਇਹਨਾਂ ਨੇ ਹੀ ਸਾਨੂੰ ਜ਼ਰਾ ਇੱਕ ਮੁਹੱਬਤ ਔਰ ਪਿਆਰ ਵਾਲੇ ਨਾਤੇ ਨੇ ਜਿਹੜੇ ਮਸੂਦ ਜੀ ਟੁਰੇ। ਜੀ ਜੀ ਬਿਲਕੁਲ, ਮੈਨੂੰ ਆ ਗਿਆ ਜੀ, ਕੀ ਹਾਲ ਹੈ ਮਸੂਦ ਜੀ? ਚੁੱਪ ਕਰੋ ਜਰਾ, ਮੈਂ ਸੱਚੀ ਕਾਲ ਬੋਲ ਰਹੀ ਹਾਂ। ਸੱਚੀ ਕਾਲ, ਮੈਂ ਲੰਘਿਆ ਵਾ। ਆ ਜੀ ਆ ਜੀ, ਇਹ ਝਾਕਾ ਹੀ ਦੇਣ ਦੇ ਜੇ 10 ਸਾਲਾਂ ਤੋਂ ਇਹ ਹੀ ਕੰਮ ਕਰ ਗਿਆ। ਆਓ ਵਧਾਈਆਂ ਜੀ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ 10 ਸਾਲਾਂ ਲਈ। ਥੈਂਕ ਯੂ। ਧੰਨ ਭਾਗ ਮੇਰੇ, ਮੈਂ 10 ਵਰੇ ਪਹਿਲੋਂ ਜਦੋਂ ਗੱਲ ਕੀਤੀ ਸੀ ਉਦੋਂ ਤੁਹਾਡੇ ਨਾਲ ਹੀ ਹੋਈ ਸੀਗੀ, ਔਰ ਮੈਨੂੰ ਚੇਤਾ ਹੈ ਕਿ ਮੇਰਾ ਕੋਈ ਇੰਟਰਵਿਊ ਨਹੀਂ ਸੀ ਹੋਇਆ, ਬਸ ਬੈਠਿਆ ਬੈਠਿਆ ਮੇਰੀ ਸਿਲੈਕਸ਼ਨ ਕਰ ਲਈ, ਹਾਲਾਂਕਿ ਮੈਂ ਏਡਾ ਕਾਬਲ ਬੰਦਾ ਨਹੀਂ ਸੀਗਾ। ਫਿਰ ਬੈਠਿਆਂ ਬੈਠਿਆਂ ਤੁਸੀਂ ਸਾਰਾ ਸਮਾਨ ਅਮਰੀਕਾ ਤੋਂ ਭੇਜਤਾ, ਮੈਂ ਬੈਠਿਆਂ ਬੈਠਿਆਂ ਜਿੰਨਾ ਕੁ ਮਕੈਨਿਕਾਂ ਵਾਲਾ ਕੰਮ ਜਾਣ ਦਾ ਸਮਾਂ ਜੋੜ ਲਿਆ, ਬੈਠਿਆਂ ਬੈਠਿਆਂ ਖਬਰਾਂ ਹੋ ਗਈਆਂ ਸਾਰੀਆਂ ਸ਼ੈਵਨ ਜਿਹੜੀਆਂ, ਇਹ ਸਾਰੇ ਭਾਗ ਤੁਹਾਡੇ ਸਿਰ ਜਾਂਦੇ ਨੇ, ਸਾਰੇ ਸਿਰ ਤੁਹਾਨੂੰ ਜਾਂਦੇ ਨੇ। ਅਸੀਂ ਗੋਡੇ ਹੱਥ ਲਾਉਂਦੇ ਹਾਂ ਕਿ ਸਾਨੂੰ ਤੁਸੀਂ ਤਗੜਿਆਂ ਕਰ ਦਿੱਤਾ, ਸਾਨੂੰ ਤੁਸੀਂ ਖੜਿਆਂ ਕਰ ਦਿੱਤਾ, ਸਾਨੂੰ ਤੁਸੀਂ ਪਾਕਿਸਤਾਨ, ਪਾਕਿਸਤਾਨ ਤੋਂ ਬਾਹਰ ਇੱਕ ਪਛਾਣ, ਇੱਕ ਸ਼ਨਾਖਤ ਉਹ ਦਿੱਤੀ ਜਿਹੜੀ ਉਮਰਾਂ ਨਹੀਂ ਪੀੜੀਆਂ ਮਿਹਨਤ ਕਰਦੀਆਂ ਨੇ ਤੇ ਉਸ ਤੋਂ ਬਾਅਦ ਲੱਭਦੀ ਹੈ। ਸੋ ਇਹ ਤੁਹਾਡਾ ਦੇਣ ਅਸੀਂ ਨਹੀਂ ਦੇ ਸਕਦੇ, ਇਹਦੇ ਵਾਸਤੇ ਹੱਥ ਜੋੜ ਕੇ ਬਹੁਤ ਧੰਨਵਾਦ ਹੈ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਤੁਹਾਡੀ ਮਿਹਨਤ ਵੀ ਤੇ ਨਾਲ ਹੈਗੀ ਨਾ, ਤੁਸੀਂ ਦੇਖੋ ਆਵਾਜ਼ ਦੇ ਰਾਹੀਂ ਪਹੁੰਚੇ ਸੀ, ਅੱਜ ਦੇਖੋ ਤੁਹਾਨੂੰ ਸਾਰੇ ਦੇਖ ਵੀ ਰਹੇ ਆ, ਲਾਈਵ ਬੈਠਿਆਂ ਦੇਖ ਰਹੇ ਆ। ਨਾਲ ਕਰੋ ਬਾਰ ਬਾਰ ਇਦਾਂ, ਤੁਹਾਨੂੰ ਅਸਲ ਗੱਲ ਦਾ ਪਤਾ ਹੈ, ਇਹ ਨਸੀਬ ਸਾਨੂੰ ਨਹੀਂ ਹੋਇਆ, ਤੁਹਾਨੂੰ ਹੋਇਆ। ਦੋ ਰਾਡਾਂ ਨਾਲ ਵੀ ਸਰ ਜਾਣਾ ਸੀਗਾ, ਜਿੱਦਾਂ ਕਲਰ ਕੰਟਰਾਸਟ ਹੈ ਨਾ ਜਿਹੜਾ ਪੈਰਟ ਗ੍ਰੀਨ ਤੇ ਰੈਡ ਦਾ, ਇਹ ਚਾਰ ਲਾਏ ਸੀ, ਲੇਕਿਨ ਗੱਲ ਮੇਰੇ ਵਾਲੀ ਕੋਈ ਨਹੀਂ ਜਮਣੀ। ਚਲੋ ਵੈਸੇ ਬਹੁਤ ਵਧੀਆ, ਬਹੁਤ ਬਹੁਤ ਤੁਹਾਨੂੰ ਮੁਬਾਰਕ, ਤੁਹਾਡੀ ਮਿਹਨਤ ਆ, ਤੇ ਤੁਸੀਂ ਆਪਣਾ ਪ੍ਰੋਗਰਾਮ ਜਾਰੀ ਰੱਖੋ, ਆਪਾਂ ਕੋਲ 15 ਮਿੰਟ ਹੈਗੇ ਹੋਰ। ਜੀ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ। ਬਲਵਿੰਦਰ ਕੌਰ ਹੁਣੇ ਸਾਡੇ ਚੀਫ ਨੇ, ਜਿਹੜੇ ਸਾਡੇ ਆਪਣੇ ਨੇ, ਜਿਹੜੇ ਸਿਰਸਾਈ ਨੇ, ਜਿਹੜੇ ਜਿਨ੍ਹਾਂ ਨੇ ਹਰ ਔਖੇ ਵੇਲੇ ਤੇ ਸਾਨੂੰ ਸੰਭਾਲਾ ਦਿੱਤਾ, ਜਦੋਂ ਅਸੀਂ ਡਿੱਗਣ ਲੱਗੇ, ਜਦੋਂ ਅਸੀਂ ਮੈਂ ਰੋਂਦੇ ਪਿੱਟਦੇ ਨੇ ਫੋਨ ਕੀਤਾ ਕਿ ਇਹ ਹੋ ਗਿਆ ਆ, ਤੇ ਉਦੋਂ ਮੈਨੂੰ ਹਲਾਸ਼ੇਰੀ ਦੇਣ ਵਾਲੇ ਇਹ ਸਾਡੇ ਆਪਣੇ ਨਾਲ ਬਹੁਤ ਖਾਸ ਮਹਿਰ ਰੱਖੇ, ਔਰ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹਿਣ, ਕਿਉਂਕਿ ਮੇਰੇ ਕੋਲ ਤਾਂ ਕੋਈ ਹੋਰ ਬੰਦਾ ਵੀ ਨਹੀਂ ਕਿ ਜਿਹਦੀ ਉਂਗਲੀ ਫੜ ਲਊ ਮੈਂ, ਜਿਹਦੀ ਚੁੰਨੀ ਫੜ ਕੇ ਤੇ ਮੈਂ ਆਪਣੀਆਂ ਅੱਖਾਂ ਦੇ ਗੇਟ ਕੂ ਨੇ ਜਿਹੜੇ ਉਹ ਪੂੰਝ ਲਾਂਗਾ, ਤੇ ਇਹੋ ਜਿਹੀਆਂ ਹਸਤੀਆਂ, ਇਹੋ ਜਿਹੇ ਜਿਹੜੇ ਸਿਰਸਾਈ ਨੇ, ਰੱਬ ਉਹਨਾਂ ਨੂੰ ਸਲਾਮਤ ਰੱਖੇ, ਇਹ ਸਾਡੇ ਵੱਡੇ ਨੇ ਜੀ। ਅੱਛਾ ਜੀ, ਟੈਲੀਫੋਨ ਨੰਬਰ ਇੱਕ ਵਾਰ ਫਿਰ ਮੈਂ ਦੱਸਣ ਲੱਗਾ, ਹੁਣ ਘੰਟੀ ਖੜਕਾਉਣ ਲਈ ਸਿਰਫ 15 ਮਿੰਟ ਸਾਡੇ ਕੋਲ ਹੈ ਜੇ, 408-2700 ਯਾਨੀ 408-272-5200। ਅੱਛਾ ਪ੍ਰਵੀਨ, ਤੁਹਾਡੇ ਕੋਲ ਅਗਲੀ ਕਾਲ ਆਉਣ ਤੱਕ ਦਾ ਟਾਈਮ ਹੈ, ਤੁਸੀਂ ਜੋ ਗੱਲ ਕਰਨੀ ਕਰ ਸਕਦੇ ਜੀ, ਮੇਰੀ ਬੁਰਾਈ ਕਰਨੀ ਕੋਈ, ਮਤਲਬ ਤੈਨੂੰ ਖੁੱਲ੍ਹੀ ਛੁੱਟੀ ਹੈ, ਵੈਸੇ ਵੀ ਮੈਂ ਡੱਕ ਤਾਂ ਸਕਦਾ ਨਹੀਂ, ਤੈਨੂੰ ਛੁੱਟੀ ਛੁੱਟੀ ਹੈ, ਫਿਰ ਵੀ ਤੁਸੀਂ ਜਿਹੜੀ ਗੱਲ ਕਰਨਾ ਚਾਹੋ। ਮੈਂ ਬੁਰਾਈ ਕਾਹਦੀ ਕਰਨੀ ਹੈਗੀ ਮਲੀ ਸਾਹਿਬ, ਗੱਲ ਇਹ ਵੇ ਕਿ ਦੇਖੋ ਮੇਰੀ ਗੱਲ ਸੁਣ, ਇਸ ਟਾਈਮ ਸਾਰੇ ਸਰੋਤ ਜਿਹੜੇ ਸਾਨੂੰ ਵੇਖ ਵੀ ਰਹੇ ਨੇ, ਸੁਣ ਵੀ ਰਹੇ ਨੇ ਤੇ ਵੇਖ ਵੀ ਰਹੇ ਨੇ, ਤੇ ਹੁਣ ਜਦੋਂ ਵੇਖ ਰਹੇ ਨੇ ਹੁਣ ਤੇ ਨਹੀਂ ਨਾ ਮੈਂ ਤੁਹਾਡੀ ਬੁਰਾਈ ਕਰ ਸਕਦੀ ਹੈਗੀ, ਹਾਂ ਪਤਾ ਲੱਗਿਆ ਕਿਤੇ ਕੱਲਿਆਂ ਮੌਕਾ ਲੱਭੇਗਾ ਤੇ ਫਿਰ ਮਿੱਟੀ ਪਲੀਤ ਕਰੀ, ਉਹਨਾਂ ਨੂੰ ਅੰਦਾਜ਼ਾ ਹੋ ਜਾਏਗਾ ਕਿ ਨਹੀਂ ਯਾਰ ਵਾਅਦਾ ਪਰੀ ਨਾਲ ਹੀ ਹੋਇਆ ਸੀ, ਕਿਉਂਕਿ ਇਸ ਤਰ੍ਹਾਂ ਵੇਫੇਸ ਐਕਸਪ੍ਰੈਸ਼ਨ ਤੋਂ ਪਤਾ ਲੱਗ ਜਾਂਦਾ ਹੈ ਨਾ ਕਿ ਵਾਅਦਾ ਕਿਧਰ ਹੋਏਗਾ, ਇਸ ਕਰਕੇ ਮੈਂ ਇਸ ਟਾਈਮ ਕੋਈ ਲੜਾਈ ਦੇ ਮੂਡ 'ਚ ਨਹੀਂ, ਮੈਂ ਤੇ ਬਹੁਤ ਅੱਛੀ ਬੱਚੀ ਬਣ ਕੇ ਬੈਠੀ। ਨਹੀਂ ਨਹੀਂ ਨਹੀਂ, ਉਹ ਤਾਂ ਮੈਨੂੰ ਵੀ ਨਜ਼ਰ ਆਉਣ ਡਿਆ ਕਿ ਫਸਾ, ਜਿਹਨੂੰ ਕਹਿੰਦੇ ਨਾ ਕਿ ਫਸਾ, ਤੁਸੀਂ ਕਿਸੇ ਮੁਨਾਸਬ ਜੇ ਮੌਕੇ ਦੇ ਉੱਤੇ ਹੀ ਖਿਲਾਰਨਾ ਹੁੰਦਾ ਆ, ਹੋਰ ਗੱਲ ਕੋਈ ਨਹੀਂ ਕੀ ਹੈ। ਬਹੁਤ ਧੰਨਵਾਦ ਜੀ ਉਹਨਾਂ ਸਭ ਸਾਡੇ ਨਾਲਿਆਂ ਦਾ ਜਿਹੜੇ ਇਸ ਵੇਲੇ ਸਾਨੂੰ ਜੁੜ ਚੁੱਕੇ ਨੇ, ਜਿਹੜੇ ਵਾਰ ਵਾਰ ਆਪਣੀ ਮੁਹੱਬਤ, ਆਪਣਾ ਪਿਆਰ ਆ ਜਿਹੜਾ ਉਹ ਬਾਕਾਇਦਾ ਸਾਡੇ ਤੱਕ ਪਹੁੰਚਦਾ ਕਰ ਰਹੇ ਨੇ, ਸਾਡੇ ਤੱਕ ਉਹ ਆਪਣੀਆਂ ਮੁਹੱਬਤਾਂ ਜਿਹੜੀਆਂ ਉਹ ਫੇਸਬੁੱਕ ਰਾਹੀਂ ਵੀ ਅਪਣਾ ਰਹੇ ਨੇ, ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਸੋ ਬਹੁਤ ਧੰਨਵਾਦ ਹੈ ਆਪ ਸਭ ਦਾ, ਕਿ ਜਿਹੜੇ ਮੈਂ ਕੋਸ਼ਿਸ਼ ਕਰਨਾ ਹੈ ਕਿ ਜਿਹੜੇ ਕੁਛ ਸੁਨੇਹੜੇ ਮੇਰੇ ਕੋਲ ਇਸ ਵੇਲੇ ਹੈ ਨੇ, ਉਹਨਾਂ ਨੂੰ ਵੀ ਮੈਂ ਦਬ ਪੜ੍ਹ ਦੇਵਾਂ, ਔਰ ਉਦੋਂ ਤੱਕ ਜੇ ਕੋਈ ਕਾਲ ਆ ਜਾਂਦੀ ਹੈ ਤਾਂ ਫਿਰ ਮੇਰਾ ਖਿਆਲ ਹੈ ਕਿ ਮੈਨੂੰ ਸਭ ਕੁਛ ਵਿੱਚ ਹੀ ਕੱਟਣਾ ਪਵੇਗਾ। ਸਭ ਤੋਂ ਪਹਿਲਾਂ ਤਾਂ ਮੈਂ ਜੀ ਆਪਣੇ ਸੁਣਨ ਵਾਲਿਆਂ ਨੂੰ ਜਿਹੜੇ ਉਹਨਾਂ ਨੂੰ ਇਹ ਦੱਸਦਾ ਚਾਹਾਂ ਕਿ ਇਸ ਵੇਲੇ ਪੰਜਾਬੀ ਰੇਡੀਓ USA ਦੇ ਫੇਸਬੁੱਕ 'ਤੇ ਅਸੀਂ ਲਾਈਵ ਹਾਂ, ਔਰ ਤੁਹਾਡਾ ਸਾਰਿਆਂ ਦਾ ਜਿਹੜਾ ਪਿਆਰ ਉਹ ਸਾਡੇ ਤੱਕ ਪਹੁੰਚ ਰਿਹਾ। ਅਮਰੀਕ ਸਿੰਘ ਅਥਵਾਲ ਹੋਣੇ ਨੇ ਜਿਹੜੇ, ਉਹਨਾਂ ਨੇ ਫੇਸਬੁੱਕ 'ਤੇ ਆ ਕੇ ਆਪਣੀਆਂ ਮੁਹੱਬਤਾਂ ਨੇ ਜਿਹੜੀਆਂ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਆਪਣਾ ਪਿਆਰ ਜਿਹੜਾ ਉਹ ਸਾਡੇ ਨਾਲ ਬੰਨ੍ਹਿਆ ਆ। ਫਿਰ ਇਸ ਤੋਂ ਅੱਡ
ਸਾਡੇ ਨਾਲ ਇਸ ਵੇਲੇ ਸਤਨਾਮ ਹੁਣੇ ਜੁੜ ਚੁੱਕੇ ਨੇ ਔਰ ਸਤਨਾਮ ਹੁਣਾਂ ਨੇ ਵੀ ਸਾਨੂੰ ਇਸ ਵੇਲੇ ਟਿਊਨ ਕੀਤਾ ਹੋਇਆ ਹੈ, ਆਪਣੀਆਂ ਮੁਹੱਬਤਾਂ ਆਪਣਾ ਪਿਆਰ ਹੈ ਜਿਹੜਾ ਉਹ ਸਾਡੇ ਤੱਕ ਉਹ ਪਹੁੰਚਦਾ ਕਰਨ ਡੇ ਨੇ। ਇਹ ਮੇਰੇ ਕੋਲੋਂ ਇੱਕ ਗਲਤੀ ਹੋ ਗਈ, ਬਸ ਟੈਕਨੋਲੋਜੀ ਦਾ ਫਿਰ ਇੱਦਾਂ ਦਾ ਵਰਤਾਵਾ ਹੁੰਦਾ ਹੈ ਨਾ। ਅਤੇ ਹਾਂਜੀ ਜੀ, ਇਹ ਸਾਡੇ ਨਾਲ ਹਰਲੀਨ ਕੌਰ ਹੋਣੇ ਨੇ ਜਿਹੜੀਆਂ ਉਹ ਵੀ ਫੇਸਬੁੱਕ 'ਤੇ ਆ ਕੇ ਅਤੇ ਧੰਨਵਾਦ ਕਹਿ ਰਹੀਆਂ ਨੇ ਔਰ ਉਹਨਾਂ ਨੇ ਮੈਨੂੰ ਔਰ ਪ੍ਰਵੀਨ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ। ਟੈਲੀਫੋਨ ਕਾਲ ਆ ਗਈ ਹੈ, ਬਾਕੀ ਫੀਡਬੈਕ ਫਿਰ ਪੜਾਂਗੇ। ਇਹ ਨੇ ਜੀ ਹਰਜਿੰਦਰ ਬਰਾੜ ਹੋਣੇ। ਹਰਜਿੰਦਰ ਜੀ ਜੀ ਆਇਆਂ ਨੂੰ ਕਹਿੰਦੇ ਆ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦੀ ਸ਼ੋ। ਸਤਿ ਸ੍ਰੀ ਅਕਾਲ ਜੀ ਮੱਲੀ ਸਾਹਿਬ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA ਨੂੰ ਬਹੁਤ ਬਹੁਤ ਵਧਾਈਆਂ। ਇਹਦੀ ਉਮਰ ਹੋਵੇ 1000 ਸਾਲ ਹਰਜਿੰਦਰ ਬਰਾੜ ਹੋਣੇ ਸਨ ਸਾਡੇ ਨਾਲ। ਹੁਣ ਅੱਗੇ ਨੇ ਜੀ ਸਤਨਾਮ ਸਿੰਘ ਜੀ। ਸਤਨਾਮ ਜੀ ਜੀ ਆਇਆਂ ਨੂੰ ਕਹਿੰਦੇ ਆ ਵੈਲਕਮ ਟੂ ਦੀ ਸ਼ੋਅ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ ਸਾਰੇ ਟੱਬਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੇਖੋ ਜੀ ਆਪਣੇ ਪੰਜਾਬੀ ਜੈਸੇ ਹਰਜੋਤ ਸਿੰਘ ਖਾਲਸਾ ਬਲਵਿੰਦਰ ਪੰਜ, ਇਹ ਕਦੇ ਤੁਹਾਡੀ ਨੀ ਬਾਂਹ ਫੜੀ, ਸਾਰਿਆਂ ਨੇ ਬਾਂਹ ਫੜੀ ਹੋਆ। ਸਾਰਿਆਂ ਨੇ ਪੂਰੇ ਸੰਸਾਰ ਚ ਸਾਨੂੰ ਪਹੁੰਚਾ ਰਹੇ, ਦਿਖਾ ਰਹੇ ਤੇ ਮੈਂ ਤਾਂ ਇਹੀ ਚਾਹੁੰਦਾ ਵੀ ਤੁਹਾਡੇ ਤੁਹਾਨੂੰ ਚਾਹੁੰਦੀ ਹਾਂ ਦਿਨ ਜੁਗੀ ਤੇ ਰਾਤ ਚੌਗੀ ਤਰੱਕੀ ਬਖਸ਼ੋ ਜੀ। ਬੜੀ ਮਿਹਰਬਾਨੀ, ਥੈਂਕ ਯੂ, ਬਹੁਤ ਸ਼ੁਕਰੀਆ ਜੀ। ਇਹ ਸਨ ਸਤਨਾਮ ਸਿੰਘ ਜੀ ਔਰ ਇਸ ਵੇਲੇ ਪ੍ਰੀਤਮ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਟੈਲੀਫੋਨ ਲਾਈਨ ਤੇ। ਪ੍ਰੀਤਮ ਜੀ ਜੀ ਆਇਆਂ ਨੂੰ ਕਹਿੰਦੇ ਆ ਵੈਲਕਮ ਔਰ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਹਾਂਜੀ ਮੁੱਲੀ ਸਾਹਿਬ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਹੈ ਜੀ, ਬਹੁਤ ਵਧੀਆ। ਮੈਂ ਜੋੜੀ ਨੂੰ ਫੇਸਬੁੱਕ ਤੇ ਵੀ ਦੇਖ ਰਿਹਾ, ਦੇਖ ਰਹੀ ਹਾਂ ਦੇਖ ਰਿਹਾ ਤੇ ਤੁਹਾਨੂੰ 10 ਸਾਲ ਪੂਰੇ ਹੋਣ ਦੀਆਂ ਬਹੁਤ ਬਹੁਤ ਵਧਾਈਆਂ। ਤਹਿਸੀਲ ਚੂਣੀਆਂ ਡਾਕਾ ਨਸ਼ਾਂਗਾ ਮਾਂਗਾ ਬਾਬੇ ਬੁੱਲੇ ਸ਼ਾਹ ਦੀ। ਅੱਛਾ ਜੀ, ਹਰਭਜਨ ਸਿੰਘ ਹੁਣੇ ਸਾਡੇ ਨਾਲ ਜੁੜ ਚੁੱਕੇ ਨੇ। ਹਰਭਜਨ ਜੀ ਜੀ ਆਇਆਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਹਰਭਜਨ ਸਿੰਘ ਬੋਲ ਰਿਹਾ ਨਿਊਯਾਰਕ ਤੋਂ ਜੀ। ਕੀ ਹਾਲ ਚਾਲ? ਹਾਂਜੀ ਬਹੁਤ ਵਧੀਆ ਪ੍ਰੋਗਰਾਮ ਲੱਗਾ ਜੀ। ਅੱਗੇ ਤਾਂ ਮੈਂ ਕਦੀ ਤੁਹਾਡੇ ਨਾਲ ਗੱਲ ਨਹੀਂ ਕੀਤੀ, ਪਰ ਅੱਜ ਮੈਂ ਦੇਖਿਆ ਵੀ 10 ਸਾਲ ਹੋ ਰਹੇ ਆ ਤੇ ਮੈਨੂੰ ਵਿੱਚ ਐਡ ਹੋਣਾ ਚਾਹੀਦਾ ਜ਼ਰੂਰ। ਬਿਲਕੁਲ, ਮੈਂ ਜਲੰਧਰ ਤੋਂ ਆ ਜੀ। ਪਿੱਛੇ ਸਾਡੇ ਬਜ਼ੁਰਗ ਮੇਰੇ ਗ੍ਰੈਂਡ ਫਾਦਰ ਤੁਹਾਡੇ ਸਾਰੇ ਇੱਧਰ ਆਉਂਦੇ ਰਹੇ ਆ, ਆਪਣੇ ਪਾਕਿਸਤਾਨ ਦੇ ਵਿੱਚ ਖੇਤੀ ਕਰਦੇ ਰਹੇ ਆ, ਅਸੀਂ ਜ਼ਿਮੀਂਦਾਰ ਆ ਤੇ ਬਹੁਤ ਗੱਲਾਂ ਬਾਤਾਂ ਸੁਣਦੇ ਹੁੰਦੇ ਸੀ ਬਚਪਨ ਦੇ ਵਿੱਚ। ਮੈਂ 58 ਆ ਨਾਓ ਤੇ ਥੈਂਕ ਯੂ ਬਹੁਤ ਬਹੁਤ, ਤੁਹਾਨੂੰ ਬਹੁਤ ਵਧੀਆ ਪ੍ਰੋਗਰਾਮ ਸਾਨੂੰ ਲੱਗਦਾ ਤੁਹਾਡਾ ਤੇ ਬਹੁਤ ਬਹੁਤ ਮੁਬਾਰਕਾਂ, ਕੰਗ੍ਰੈਚੁਲੇਸ਼ਨ। ਅਸੀਂ ਲਾਈਵ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਾਂਗੇ, ਲਾਈਵ ਗੱਲ ਕਰਨੀ ਹੈ ਤੇ ਉਹਦੇ ਲਈ ਥੋੜਾ ਜਿਹਾ ਯਤਨ ਕਰਨਾ ਪੈਣਾ ਆ, ਲਾਈਨ ਜੇ ਲੱਗਣਾ ਪੈਣਾ ਆ। ਉਮੀਦ ਹੈ ਕਿ ਇਹ ਜਿਹੜੇ ਕੁਛ ਮਿੰਟ ਰਹਿ ਗਏ ਨੇ ਇਹਨਾਂ ਦੀ ਵਾਰੀ ਆ ਜਾਏਗੀ। ਨੰਬਰ ਫਿਰ ਮੈਂ ਦੱਸ ਦਿੰਦਾ 4082725200, ਯਾਨੀ 4082725200। ਹੁਣ ਉਮੀਦ ਹੈ ਕਿ ਲਾਈਨਾਂ ਵਿਹਲੀਆਂ ਲੱਭ ਜਾਣਗੀਆਂ, ਤੁਸੀਂ ਉੱਥੇ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਜੇ। ਅੱਛਾ ਹੁਣ ਕਿਉਂਕਿ ਪ੍ਰੋਗਰਾਮ ਬਿਲਕੁਲ ਅੰਤ ਅਖੀਰ 'ਤੇ ਹੈ ਅਤੇ ਮੇਰਾ ਖਿਆਲ ਹੈ ਕਿ ਕੱਲ੍ਹ ਨਾਲ ਬਹੁਤੀਆਂ ਕੁਛ ਗੱਲਾਂ ਜਿਹੜੀਆਂ ਮੇਰੇ ਦਿਲ 'ਚ ਪ੍ਰਵੀਨ ਦੇ ਦਿਲ ਦੇ ਵਿੱਚ ਰਹਿ ਗਈਆਂ ਉਹ ਅਸੀਂ ਸਾਂਝੀਆਂ ਕਰ ਲਈਏ। ਪੰਜਾਬੀ ਰੇਡੀਓ USA ਹਰ ਸਾਲ ਤਰ੍ਹਾਂ ਇਸ ਸਾਲ ਵੀ ਨਨਕਾਣਾ ਸਾਹਿਬ ਤੋਂ ਗੁਰਪੁਰਬ ਦੀਆਂ ਜਿਹੜੀਆਂ ਲਾਈਵ ਕਵਰੇਜਸ ਨੇ ਇਹ ਸਭ ਰਿਪੋਰਟਸ, ਹੁਣ ਤੇ ਅਸੀਂ ਵੀਡੀਓ ਵੀ ਭੇਜ ਰਹੇ ਹਾਂ ਜੀ ਪਿਛਲੇ ਦੋਹਾਂ ਕੁ ਵਰ੍ਹਿਆਂ ਤੋਂ, ਤੁਹਾਨੂੰ ਦੋਹਾਂ ਤਿੰਨ ਵਰ੍ਹਿਆਂ ਤੋਂ ਉਹ ਵੀਡੀਓ ਕਵਰੇਜ ਵੀ ਤੁਸੀਂ ਵੇਖਿਆ ਕਰੋ।
अपनी मुहब्बत अपने प्यार और शाबाशी जी साढ़े तक तुम अपना जे कम अज कम मैं तो समझना है कि मेरे वास्ते हला शेरी का ये तेल आ जो मेरी गड्डी नसाई रखता है और ये काम जो तुरै रहा है। सो तुहाड़े प्यार की आने वाले दिनों में भी उड़ीक रहेगी। इस तरह पंजाबी रेडियो यूएसए के नाल जुड़े रहा जे, अपना सोहना फीडबैक आ जो देंदे रहा जे, जिहड़े अजीज़ दोस्त रिश्तेदार अमरीका च नहीं अमरीका तो बहर भी वसते हैं। और पंजाबी रेडियो यूएसए का यह मोटो है कि सारे पंजाबियों नूं एक थां इकट्ठा करना है, उन्हां सारयां नूं दस्या करो। बाकी मैनू और प्रवीन नूं तुहाडे वल्लों जिहड़ा फीडबैक लभदा आ मुहब्बत वाला प्यार वाला सत्कार वाला उहदा देण असीं नहीं दे सकते, उहदे वास्ते असीं हथ जोड़ के सति श्री अकाल कहने आ, धन्नवाद कहने आ कि दसां वरियां दे इस सफर च असी कित्थे सां, असी कित्थे आ खलोते। और ये प्यार ये मुहब्बत ने जिहड़ियां इन्हां दे विच वाधा ही होया, इन्हां च कोई घाटा नहीं होया। कोई भी शाय वरतो, कोई भी शाय जिहड़ी उहदी एक एज हुंदी है, एक लिमिट हुंदी है, एक उम्र हुंदी है उहदी, जिहदे नाल उह टलदी है, जिहदे नाल उह विगड़दी है, फिर उह एक वेले च मुक जांदी है। भावें तूं वक्त फकीर ते रूह पंछी कदों टिकदे इक मुकाम उत्ते, पर असी जिस मुकाम ते टिके पए हां ਉੱਥੇ ਮੈਂ ਔਰ ਪ੍ਰਵੀਨ ਅਸੀਂ ਇਕੱਲਿਆਂ ਬਹਿ ਕੇ ਵੀ ਇਹ ਗੱਲ ਕਰਨੀ ਹੈ। ਜਿਸ ਤਰ੍ਹਾਂ ਅੱਗੇ ਸੁਰਿੰਦਰ ਆਂਟੀ ਹੁਣਾਂ ਨੇ ਦੱਸਿਆ, ਦੇਖੋ ਕਿ ਸੱਤ ਸਮੁੰਦਰੋਂ ਪਾਰ ਤੁਸੀਂ ਬੈਠੇ ਸਾਨੂੰ ਸੁਣਦੇ ਜੇ, ਅੱਜ ਦੇਖ ਰਹੇ ਜੇ, ਇਹ ਕੈਸਾ ਪਿਆਰ ਹੈ ਕਿ ਜਦੋਂ ਪਾਕਿਸਤਾਨ ਦੀ ਧਰਤੀ 'ਤੇ ਤੁਸੀਂ ਪੈਰ ਪਾਉਂਦੇ ਜੇ ਅਤੇ ਪਹਿਲੇ ਹੱਥੇ ਤੁਸੀਂ ਸਾਨੂੰ ਯਾਦ ਕਰਦੇ ਜੇ, ਸਾਡੇ ਨਾਲ ਰਾਬਤਾ ਬਣਾਉਂਦੇ ਜੇ, ਉਸ ਵੇਲੇ ਸਾਨੂੰ ਕੋਈ ਪੁੱਛੇ ਕਿ ਸਾਡੇ ਅੰਦਰ ਖੁਸ਼ੀ ਦੇ ਜਿਹੜੇ ਛਾਲਾਂ ਵਜੰਡੀਆਂ ਹੁੰਦੀਆਂ ਨੇ, ਉਦੋਂ ਮਹਿਸੂਸ ਹੁੰਦਾ ਹੈ ਕਿ ਅਸਲ ਕਮਾਈ ਇਹ ਹੈ ਜਿਹੜੀ ਅਸੀਂ ਕੀਤੀ, ਇਹ ਉਹ ਪਿਆਰ ਹੈ ਜਿਹੜਾ ਸਾਡੇ ਤੱਕ ਆਇਆ। ਸੋ ਪ੍ਰੋਗਰਾਮ 'ਚ ਮੈਂ ਇੱਕ ਵਾਰ ਫਿਰ ਬਲਕਿ ਗੋਡੇ ਹੱਥ ਲਾਉਣਾ, ਪੈਰੀ ਹੱਥ ਲਾਉਣਾ ਆ ਬਲਵਿੰਦਰ ਕੌਰ ਖਾਲਸਾ ਹੋਣਾ ਦੇ, ਜਿਨ੍ਹਾਂ ਨੇ ਮੈਨੂੰ ਕਿੱਥੋਂ ਤੋਂ ਕਿੱਥੇ ਅਪਣਾ ਦਿੱਤਾ। ਅੱਜ ਅਸੀਂ ਲਾਹੌਰ ਸਟੂਡੀਓਜ਼ ਤੋਂ ਇਹ ਪਹਿਲਾ ਪ੍ਰੋਗਰਾਮ ਤੁਹਾਡੇ ਵਾਸਤੇ ਕੀਤਾ। ਅਸੀਂ ਉਮੀਦ ਰੱਖਦੇ ਹਾਂ ਕਿ ਦਾਤਾ ਦੀ ਨਗਰੀ ਲਾਹੌਰ, ਜਿੱਥੇ ਸਟੂਡੀਓਜ਼ ਬਣਾਉਣਾ ਇੱਕ ਖਾਬ ਸੀਗਾ, ਜਿੱਥੇ ਘਰ ਬਣਾਉਣਾ ਇੱਕ ਖਾਬ ਸੀਗਾ, ਮਤਲਬ ਸ਼ੇਖੂਪੁਰੀਓ ਬੱਸਾਂ 'ਤੇ ਲਮਕ ਕੇ ਮੈਂ ਆਉਂਦਾ ਸਾਂ, ਅੱਜ 10 ਵਰੇ ਜਦੋਂ ਅਸੀਂ ਪੂਰੇ ਕੀਤੇ ਅਤੇ ਅੱਜ ਤਰੱਕੀ ਦਾ ਸਫ਼ਰ ਤੁਸੀਂ ਵੇਖ ਰਹੇ ਜੇ ਕਿ ਇੱਕ ਆਲੀਸ਼ਾਨ ਸਟੂਡੀਓਜ਼ 'ਚ ਬਹਿ ਕੇ ਮੈਂ ਔਰ ਪ੍ਰਵੀਨ ਇੱਕ ਡਿਜੀਟਲ ਸਟੂਡੀਓਜ਼ 'ਚ ਬਹਿ ਕੇ ਤੁਹਾਡੇ ਨਾਲ ਪ੍ਰੋਗਰਾਮ ਕਰ ਰਹੇ ਹਾਂ। ਇੱਕ ਕਾਲ ਆ ਗਈ ਹੈ, ਉਸ ਤੋਂ ਬਾਅਦ ਮੇਰਾ ਖਿਆਲ ਅਸੀਂ ਕੰਕਲੂਡ ਕਰਾਂਗੇ। ਬਰਾਰ ਸਾਹਿਬ ਸਾਡੇ ਨਾਲ ਨੇ ਜੀ, ਬਰਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕਿੰਨੇ? ਸਤਿ ਸ਼੍ਰੀ ਅਕਾਲ ਮੱਲੀ ਸਾਹਿਬ, ਪ੍ਰਵੀਨ ਜੀ ਬਹੁਤ ਬਹੁਤ ਵਧਾਈਆਂ 10 ਸਾਲ ਦੀਆਂ ਜੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ। ਹਾਂਜੀ ਹਾਂਜੀ, ਬਹੁਤ ਵਧੀਆ ਪ੍ਰੋਗਰਾਮ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ, ਮੈਂ 10 ਸਾਲ ਤੋਂ ਸੁਣ ਰਿਹਾ ਆਲਮੋਸਟ ਜੀ। ਠੀਕ ਹੈ, ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ। ਔਰ ਅਸੀਂ ਆਸ ਰੱਖਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਸ਼ਾਬਾਸ਼ੀਆਂ ਤੁਹਾਡੀਆਂ ਨੇ ਜਿਹੜੀਆਂ ਇਹ ਸਾਡਾ ਹੌਸਲਾ, ਸਾਡਾ ਮਾਣ ਪ੍ਰਮਾਣ ਵਧਾਉਂਦੀਆਂ ਰਹਿਣਗੀਆਂ। ਹਾਂਜੀ ਹਾਂਜੀ, ਥੋੜੀ ਜਿਹੀ ਇੱਕ ਸ਼ਿਕਾਇਤ ਕਰਦਾ ਮੈਂ, ਵੈਸੇ ਤੁਹਾਡੇ ਨਾਲ ਨਹੀਂ ਕੋਈ ਜਿਹੜੀ ਕੋਈ ਵੀ ਕਾਲ ਕਰਦਾ ਨਾ, ਉਹ ਜਿੱਦਾਂ ਵੀ ਆਪਾਂ ਪੰਜਾਬੀ ਆ, ਪੰਜਾਬੀ ਕਲਚਰ ਨਾਲ ਜੁੜੇ ਹੋਏ ਆ ਤੇ ਵਧੀਆ ਬੋਲਣਾ ਚਾਹੀਦਾ ਤੁਹਾਨੂੰ ਰੇਡੀਓ ਤੇ, ਘੋੜੀਆਂ ਵਾਲੀ ਗੱਲ ਜਾਂ ਕੁਝ ਇਹ ਵਧੀਆ ਨੀ, ਮੈਂ ਜ਼ਿਆਦਾ ਨੀ ਕਹਿਣਾ ਚਾਹੁੰਦਾ ਇਹਦੇ ਬਾਰੇ। ਕਬੂਲ ਕਰੋ, ਸਾਰੇ ਜੀ ਆਪਣੇ ਨੇ, ਸਾਡੇ ਨਾਲ ਸਭ ਮੁਹੱਬਤ ਕਰਦੇ। ਥੈਂਕ ਯੂ ਬਰਾਰ ਸਾਹਿਬ, ਤੁਸੀਂ ਆਏ ਪ੍ਰੋਗਰਾਮ ਦੀ ਆਖਰੀ ਕਾਲ। ਪਰਮਿੰਦਰ ਸ਼ਾਂਗਾ ਜੀ, ਚੜ੍ਹਦੀ ਕਲਾ ਚ ਹਮੇਸ਼ਾ ਰਵੇ ਤੇ ਜਿੰਨੇ ਵੀ ਵਿਚਾਰ ਦੇਣੇ ਚੰਗੇ ਦੇਵੋ ਤੇ ਖੁਸ਼ ਰਿਹਾ ਕਰੋ ਵੀ, ਜਾਣੀ ਇੱਕ ਦੂਜੇ ਤੇ ਫਿੰਗਰ ਪੁਆਇੰਟ ਜਿਹੜੇ ਕਰੋ ਨਾ ਚੰਗੇ ਨੀ ਲੱਗਦੇ, ਬਿਲਕੁਲ ਨੀ ਚੰਗੇ ਲੱਗਦੇ, ਜਿਹੜੇ ਬੰਦੇ ਬੋਲ ਕੇ ਗਏ ਆ ਉਹ ਚੱਜ ਦੇ ਵਿਚਾਰ ਦਿਆ ਕਰੋ। ਸਾਡੇ ਕੋਲ ਤਾਂ ਇੱਕ ਮਿੰਟ ਦੇ ਵਿੱਚ ਟਹਿ ਲਾ ਦੀ, 15 ਚੰਗੀ ਤਰ੍ਹਾਂ ਬੋਲਿਆ ਕਰੋ ਜਿੰਨ ਵੀ ਬੋਲਣਾ, ਤੇ ਸੁੱਖ ਮੰਗਿਆ ਕਰੋ ਸਾਰਿਆਂ ਦੀ। ਏਦਾਂ ਵੀ ਇੱਕ ਬੰਦਾ ਸਾਰੇ ਸਮੁੱਚੀ ਤਕਰੀਬਨ ਕੌਮ ਪੰਜਾਬ ਲਹਿੰਦਾ ਚੜ੍ਹਦਾ ਸੁਣ ਰਿਹਾ ਤੇ ਚੰਗੀਆਂ ਸ਼ੁਭ ਕਾਮਨਾਵਾਂ ਮੰਗੋ, ਚੜ੍ਹਦੀ ਕਲਾ ਚ ਹਮੇਸ਼ਾ ਰਹੋ, ਬੁਲੰਦੀਆਂ ਤੱਕ ਰੇਡੀਓ ਪੰਜਾਬੀ ਰੇਡੀਓ ਜਾਵੇ ਤੇ ਸਾਡੀਆਂ ਹਮੇਸ਼ਾ ਦੁਆਵਾਂ ਵਾ ਪੰਜਾਬੀ ਰੇਡੀਓ ਦੀ ਟੀਮ ਤੇ ਸਾਡੀ ਪਾਕਿਸਤਾਨ ਦੀ ਟੀਮ ਸਾਰੀ ਚੜ੍ਹਦੀ ਕਲਾ ਚ ਰਵੇ ਤੇ ਸਾਰੇ ਪਿਆਰ ਸਤਿਕਾਰ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੁਹਾਨੂੰ ਜੀ। ਰੂਬਰੂ ਹਾਜ਼ਰ ਹੋਵਾਂਗੇ, ਫਿਰ ਕਿਸੇ ਵੇਲੇ ਤੁਹਾਡੇ ਨਾਲ ਪ੍ਰੋਗਰਾਮ ਕਰਾਂਗੇ। ਵੈਸੇ ਤੇ ਕੱਲ ਵੀ ਅਸੀਂ ਤੁਹਾਡੇ ਨਾਲ ਪ੍ਰੋਗਰਾਮ ਕਰਨਾ ਹੈ, ਉਹ ਵੀ ਜ਼ਰੂਰ ਸੁਣਿਆ ਜੀ। ਇਹ ਮੁਹੱਬਤਾਂ ਇਹ ਪਿਆਰ ਜਿਹੜਾ ਇਹ ਇਸੇ ਤਰ੍ਹਾਂ ਸਲਾਮਤ ਰਹੇ। ਸੋ
ਜੀ ਤਾਂ ਨਹੀਂ ਕਰਨ ਡਿਆ ਪਰ ਜਾਣਾ ਤੇ ਪੈਣਾ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਚੋਂ ਮਾਈਕ੍ਰੋਫੋਨ ਦੇ ਇਸ ਪਾਸਿਓਂ ਲੈਂਦੇ ਪੰਜਾਬ ਤੋਂ, ਲਾਹੌਰ ਸ਼ਹਿਰ ਤੋਂ, ਪਾਕਿਸਤਾਨ ਤੋਂ, ਮੈਂ ਮਸੂਦ ਮੱਲੀ ਤੇ ਮੈਂ ਪਰਵੀਨ ਮਸੂਦ ਇੱਕ ਗੱਲ ਸਿਰਫ ਕਰਾਂਗਾ ਆਖਰ ਤੇ, ਇੰਨਾ ਕੁ ਟਾਈਮ ਹੈ ਨਾ। ਚੋਰਾਕਾਰਾਂ ਦੀ ਅੱਜ ਕੱਲ੍ਹ ਰੇਲ ਬਹੁਤ ਹੈ, ਚੋਰਾਕਾਰਾਂ ਦੀ ਅੱਜ ਕੱਲ੍ਹ ਰੇਲ ਬਹੁਤ ਹੈ। ਤੁਸੀਂ ਆਪਣੇ ਮਾਲ ਦਾ ਖਿਆਲ ਰੱਖਣਾ ਤੇ ਕਿਤੇ ਅਣਘੜਤ ਨਾ ਰਹਿ ਜਾਣਾ, ਕਿਤੇ ਅਣਘੜਤ ਨਾ ਰਹਿ ਜਾਣਾ, ਕਿਸੇ ਸੁੱਚੇ ਚ ਖੁਦ ਨੂੰ ਢਾਲ ਰੱਖਣਾ ਤੇ ਖਿਲਰ ਪੁੱਲਰ ਕੇ ਮੋਤੀਆਂ ਵਾਂਗ ਥਾਂ ਥਾਂ, ਖਿਲਰ ਪੁੱਲਰ ਕੇ ਮੋਤੀਆਂ ਵਾਂਗ ਥਾਂ ਥਾਂ ਕੀ ਕਿਸੇ ਵਜੂਦ ਬਹਾਲ ਰੱਖਣਾ ਤੇ ਬੜੇ ਭੁੱਖੇ ਨੇ ਲੋਕ ਤਮਾਸ਼ਿਆਂ ਦੇ, ਬੜੇ ਭੁੱਖੇ ਨੇ ਲੋਕ ਤਮਾਸ਼ਿਆਂ ਦੇ, ਕੋਲ ਕੋਈ ਤੇ ਹੁਨਰ ਕਮਾਲ ਰੱਖਣਾ ਤੇ ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਦੀਵਾ ਫਿਰ ਵੀ ਬੰਨੇ ਤੇ ਬਾਲ ਰੱਖਣਾ। 10 ਸਾਲਾਂ ਦੀਆਂ ਆਪ ਸਭ ਸੁਣਨ ਵਾਲਿਆਂ ਨੂੰ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ ਜਿਨ੍ਹਾਂ ਇਹਨਾਂ ਪਿਆਰ ਬਖਸ਼ਿਆ, ਬਲਵਿੰਦਰ ਜੀ ਨੂੰ, ਹਰਜੋਤ ਭਾਅ ਜੀ ਨੂੰ, ਸਾਡੀ ਸਾਰੀ ਟੀਮ, ਅੱਜ ਹਰਵਿੰਦਰ ਕੰਗ ਹੋਣੇ ਅਗਰ ਸੁਣ ਰਹੇ ਹੋਣ, ਅੱਜ ਗੁਰਜਸਪਾਲ ਹੋਣੇ ਅਗਰ ਸੁਣ ਰਹੇ ਹੋਣ, ਰਾਜਕਰਨਵੀਰ ਹੋਣੇ, ਔਰ ਬਾਕੀ ਸਾਡੀ ਸਾਰੀ ਸਮੁੱਚੀ ਟੀਮ, ਅਸੀਂ ਬਹੁਤ ਮਿਸ ਕੀਤਾ ਅੱਜ ਗਿੱਲ ਅੰਕਲ ਹੋਣਾ ਨੂੰ ਹੁੰਦੇ ਤੇ ਉਹਨਾਂ ਦੇ ਬਸ ਮੁਹੱਬਤਾਂ ਨੇ ਜਿਹੜੀਆਂ ਅੱਜ ਵੀ ਸਾਨੂੰ ਯਾਦ ਨੇ, ਇਹ ਉਹ ਸਾਰੇ ਜੀ ਨੇ ਜਿਹੜੇ ਸਾਡਾ ਪਰਿਵਾਰ ਨੇ ਔਰ ਅਸੀਂ ਆਪਣੇ ਆਪ ਨੂੰ ਇਸ ਪਰਿਵਾਰ ਦਾ ਹਿੱਸਾ ਸਮਝਨੇ ਆ, ਸਮੇਤ ਆਪਣੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੇ ਹੱਥ ਜੋੜ ਕੇ ਆਪ ਸਭ ਜੀ ਦਾ ਬਹੁਤ ਧੰਨਵਾਦ, ਔਰ ਬਹੁਤ ਧੰਨਵਾਦ, ਬਹੁਤ ਧੰਨਵਾਦ ਕਿ ਤੁਸੀਂ ਇੰਨਾ ਪਿਆਰ ਬਖਸ਼ਿਆ 10 ਸਾਲਾਂ 'ਚ। ਅਸੀਂ ਅਰਦਾਸ ਕਰਨੇ ਹਾਂ ਰੱਬ ਅੱਗੇ, ਦੁਆ ਕਰਨੇ ਝੋਲੀ ਅੱਡ ਕੇ ਪਿਆਰ ਇਸੇ ਤਰ੍ਹਾਂ ਕਾਇਮ ਦਾਇਮ ਰਹੇ ਔਰ ਦਿਨ ਦੁੱਗਣਾ ਰਾਤ ਚੁੱਗਣਾ ਵੱਧਦਾ ਰਹੇ। ਮਾਈਕ੍ਰੋਫੋਨ ਦੇ ਇਸ ਪਾਸਿਓਂ ਕੱਲ੍ਹ ਤੱਕ ਦੀ ਮੁਲਾਕਾਤ ਲਈ ਮੈਨੂੰ ਮਸੂਦ ਮੱਲੀ ਨੂੰ, ਮੈਨੂੰ ਪਰਵੀਨ ਮਸੂਦ ਨੂੰ ਇਜਾਜ਼ਤ ਬਖਸ਼ਿਓ, ਫਿਰ ਮਿਲਾਂਗੇ ਉਸ ਵੇਲੇ ਤੱਕ ਲਈ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ।